ਪ੍ਰਾਈਮ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਕੁਟਪੂਰਾ ਅੱਜ ਸਾਡੇ ਸ਼ੋਅ ਦੇ ਵਿੱਚ ਸਾਡੇ ਮਹਿਮਾਨ ਰਹਿਣਗੇ ਹਰਪ ਫਾਰਮਰ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੂੰ ਚੜ੍ਹਦੀ ਕਲਾ ਤੁਸੀਂ ਸੁਣਾਓ ਤੁਸੀਂ ਪੰਜਾਬੀ ਨੂੰ ਬਹੁਤ ਪਰਫੁੱਲਤ ਕਰਦੇ ਹੋ ਜਿੰਨਾ ਕਿ ਮੈਨੂੰ ਪਤਾ ਹੈ ਨਾ ਪੰਜਾਬੀ 'ਚ ਗੱਲ ਕੀਤੀ ਜਾਵੇ ਜਾਂ ਪੰਜਾਬ ਦੀ ਗੱਲ ਪੰਜਾਬੀ ਦੀ ਗੱਲ ਨਾ ਥੋਟਾ ਹਰਪ ਫਾਰਮਰ ਬੜੀਆ ਸਵਾਲ ਹੈ ਹਾਂ ਨਾ ਹਰਪ ਫਾਰਮਰ ਮੈਂ ਆਪ ਨਹੀਂ ਰੱਖਿਆ ਹੈਗਾ ਜੀ ਹੂੰ ਮੋਸਟਲੀ ਕੀ ਆਪ ਸੋਚ ਕੇ ਰੱਖਦੇ ਆ ਹਾਂ ਹਾਂ ਕਹਿੰਦੇ ਉਹ ਜਿੱਦਾਂ ਦਾ ਪ੍ਰਭਾਵ ਹੋਵੇ ਉਦਾਂ ਦਾ ਹੁੰਦਾ ਨਾ ਮੇਰਾ ਨਾ ਹਰਪ੍ਰੀਤ ਸਿੰਘ ਆ ਅੱਛਾ ਜੀ ਜੋ ਤੂੰ ਵੀ ਮੈਂ ਕਿਸੇ ਨੂੰ ਆਪਣੀ ਇੰਟਰੋਡਕਸ਼ਨ ਦੇਣਾ ਮੈਂ ਉਹਨੂੰ ਹਰਪ੍ਰੀਤ ਹੀ ਕਹਿਣਾ ਆ ਕਿ ਮੈਂ ਹਰਪ੍ਰੀਤ ਹਾਰਪ ਤਾਂ ਬਹੁਤ ਘੱਟ ਕਹਿੰਦਾ ਫਿਰ ਜੇ ਨਾ ਪਤਾ ਲੱਗੇ ਫਿਰ ਮੈਨੂੰ ਕਹਿਣਾ ਬੰਦਾ ਫਾਰਮਰ ਫਿਰ ਮੈਂ ਫਾਰਮਰ ਯੂਜ਼ ਕਰਦਾ ਹਾਂ ਜੇ ਨਹੀਂ ਜਿਆਦਾ ਪਤਾ ਲੱਗੇ ਫਿਰ ਮੈਂ ਹਾਰਪ ਨਾਲ ਜੋੜ ਦਿੰਦਾ ਹੈ ਨਾ ਹਾਰਪ ਸਾਜ ਆ ਫਾਰਮਰ ਕਿਸਾਨ ਆ ਹੈ ਨਾ ਮੈਂ ਅਸਲ ਚ ਪੂਨੇ ਪੜਦਾ ਸੀਗਾ ਜੀ 2000 ਸਤ ਅੱਠ ਵਿੱਚ ਸੌਫਟਵੇਅਰ ਇੰਜੀਨੀਅਰ ਐ ਮੈਂ ਸੌਫਟਵੇਅਰ ਦਾ ਹੂੰ ਤਾਂ ਉੱਥੇ ਜਦੋਂ ਪੜਦਾ ਸੀਗਾ ਤੇ ਜਦੋਂ ਅਸੀਂ ਪੰਜਾਬ ਤੋਂ ਵੱਖ ਹੁੰਨੇ ਆ ਜਦੋਂ ਆਪਣੀ ਮਿੱਟੀ ਤੋਂ ਦੂਰ ਜਾਂਦੇ ਆ ਮੈਂ ਸਾਰੀ ਉਮਰ ਆਪਣੇ ਪਿੰਡ 'ਚ ਹੀ ਰਿਹਾ ਮਤਲਬ ਹੁਣ ਵੀ ਮੈਂ ਪਿੰਡ 'ਚ ਰਹਿੰਦਾ ਸੀ ਹੁਣੇ ਥੋੜੇ ਚਿਰ ਤੋਂ ਇੱਥੇ ਮੋਹਾਲੀ ਰਹਿਣਾ ਮਤਲਬ ਮੋਹਾਲੀ ਵੀ ਪਿੰਡ ਹੀ ਹੈ ਇੱਕ ਤਰ੍ਹਾਂ ਦਾ ਹਨਾ ਹਾਂ ਟਿਪੀਕਲ ਪਿੰਡ 'ਚ ਮੈਂ ਰਹਿੰਦਾ ਤੇ ਮੇਰੇ ਆਸ-ਪਾਸ ਕੋਈ ਸ਼ਹਿਰ ਨਹੀਂ ਹੈਗਾ 25 ਕਿਲੋਮੀਟਰ ਦੇ ਦਾਇਰੇ ਵਿੱਚ ਮੇਰੇ ਪਿੰਡ ਜਿੱਥੇ ਮੇਰਾ ਪਿੰਡ ਆ ਕਿਹੜਾ ਪਿੰਡ ਥੋਟਾ ਮੇਰਾ ਪਿੰਡ ਨਡਾਲੋ ਆ ਜੀ ਨਡਾਲੋ ਹਜ਼ਾਰਪ ਫਗਵਾੜਾ ਬੰਗਾ ਮਾਲਪੁਰ ਨਵਾਂ ਸ਼ਹਿਰ ਗੜਸ਼ੰਕਰ ਮਤਲਬ ਮੇਰੇ ਸੈਂਟਰ ਚ ਮੇਰਾ ਪਿੰਡ ਹੈ ਜੀ ਜੀ ਹਨਾ ਤਾਂ ਪਿੰਡ ਤੋਂ ਦੂਰ ਗਿਆ ਮੈਂ ਤਾਂ ਉੱਥੇ ਜਦੋਂ ਅਸੀਂ ਪੜਦੇ ਆਂ ਅਸਲ ਚ ਪੰਜਾਬ ਚ ਕੀ ਹੁੰਦਾ ਮੈਂ ਸ਼ੁਰੂ ਤੋਂ ਦੱਸਦਾ ਅਸੀਂ ਜਦੋਂ ਇੰਗਲਿਸ਼ ਪੜ੍ਹਦੇ ਆਂ ਇੱਥੇ ਪੰਜਾਬ ਚ ਹਾਂਜੀ ਸਿਰਫ ਸਾਨੂੰ ਰੀਡਿੰਗ ਤੇ ਰਾਈਟਿੰਗ ਦਾ ਪਤਾ ਹੁੰਦਾ ਹਮ ਹਨਾ ਜੀ ਲਿਸਨਿੰਗ ਤੇ ਸਪੀਕਿੰਗ ਸਾਡੀ ਹੈ ਨਹੀਂਗੀ ਪੰਜਾਬ ਚ ਜਿਹੜੇ ਪਿੰਡਾਂ ਚ ਪੜ੍ਹਦੇ ਕਿਉਂਕਿ ਸਾਨੂੰ 19 ਜਿੰਨੀ ਕਿ ਲੋੜ ਹੈ ਅਸੀਂ ਉਨਾ ਹੀ ਕੀ ਕਰਦੇ ਆਂ ਹਰ ਇੱਕ ਬੰਦਾ ਹੀ ਉਦਾਂ ਕਰਦਾ ਹਨਾ ਬਿਲਕੁਲ ਜਦੋਂ ਮੈਂ ਪੂਨੇ ਪੜਨ ਗਿਆ ਉੱਥੇ ਆਪਣੀ ਸਪੀਕਿੰਗ ਹੈ ਨਹੀਂ ਸੀਗੀ ਤਾਂ ਜਦੋਂ ਉੱਥੇ ਇੰਗਲਿਸ਼ ਬੋਲਣੀ ਪੈਂਦੀ ਸੀਗੀ ਕਿਉਂਕਿ ਉਹ ਇੰਜ ਸੌਫਟਵੇਅਰ ਸਾਰਾ ਇੰਗਲਿਸ਼ ਵਿੱਚ ਆ ਉਹਨਾਂ ਨੇ ਆਪਣੀ ਭਾਸ਼ਾ ਚ ਰੱਖਿਆ ਹੋਇਆ ਹੈ ਨਾ ਜਿਨ੍ਹਾਂ ਦੀ ਭਾ ਜਿਨ੍ਹਾਂ ਨੇ ਬਣਾਇਆ ਅਸਲ ਚ ਉਹੀ ਹੁੰਦਾ ਜਿਨ੍ਹਾਂ ਦੀ ਭਾਸ਼ਾ ਜਿਨ੍ਹਾਂ ਨੇ ਜਿਸ ਚੀਜ਼ ਬਣਾਇਆ ਉਹਨਾਂ ਦਾ ਰਹਿੰਦਾ ਹੈ ਨਾ ਤਾਂ ਆਪਾਂ ਪਹਿਲਾਂ ਟ੍ਰਾਂਸਲੇਟ ਕਰਦੇ ਦਿਮਾਗ ਚ ਉੱਥੇ ਫੰਬਲ ਵਾਜ ਜਾਂਦਾ ਸੀਗਾ ਮਤਲਬ ਮਿਸ ਹੋ ਜਾਂਦਾ ਸੀਗਾ ਕਮਿਊਨੀਕੇਸ਼ਨ ਗੈਪ ਆ ਜਾਂਦਾ ਸੀਗਾ ਕਹਿ ਸਕਦੇ ਨਾ ਤਾਂ ਮੈਨੂੰ ਇੱਕ ਮੇਰਾ ਮਿੱਤਰ ਸੀਗਾ ਉਹ ਕਹਿੰਦਾ ਇੰਗਲਿਸ਼ ਫਿਲਮਾਂ ਦੇਖਿਆ ਕਰ ਇੰਗਲਿਸ਼ ਫਿਲਮਾਂ ਲਾ ਕੇ ਉੱਥੋਂ ਮੈਨੂੰ ਫੋਟੋਗ੍ਰਾਫੀ ਪਤਾ ਲੱਗੀ ਹੂੰ ਕਿਉਂਕਿ ਮੈਂ ਇੰਨੀਆਂ ਕਿ ਫਿਲਮਾਂ ਦੇਖ ਚੁੱਕਿਆ ਕਿ ਸਬਕੌਨਸ਼ੀਅਸ ਮਾਈਂਡ ਚ ਆ ਜਦੋਂ ਮੈਂ ਫਿਲਮਾਂ ਦੇਖਦਾ ਸੀਗਾ ਤਾਂ ਮੈਂ ਖੇਤਾਂ 'ਚ ਮੇਰਾ ਕੰਮ ਸੀਗਾ ਫਿਰਦਾ ਰਹਿੰਦਾ ਸੀਗਾ ਮੈਂ ਹੈਨਾ ਪਿੰਡ 'ਚ ਹੀ ਸੀਗਾ ਤਾਂ ਉੱਥੇ ਮੈਂ ਇੱਕ ਵਾਰ ਕਵਿਤਾ ਲਿਖੀ ਮੈਂ ਕਿਸਾਨ ਹਾਂ ਮਿੱਟੀ ਦਾ ਹਾਂ ਮਿੱਟੀ 'ਚ ਮਤਲਬ ਮੈਂ ਕੁਝ ਕਰਕੇ ਮਿੱਟੀ 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 바ਵਾ ਕੋ ਜੋੜਦਾ ਹੋਇਆ ਹੈ ਹੁਣ ਹੈਨਾ ਪਹਿਲੀ ਵਾਰ ਮੈਂ ਕੁਝ ਲਿਖਿਆ ਮੋਲ ਮੇਰੀ ਪਹਿਲੀ ਕਵਤਾ ਹੋਆ ਉਹ ਮੈਂ ਕਿਸਾਨ ਹਾਂ ਫਿਰ ਮੈਂ ਕਿਹਾ ਗੂਗਲ ਕਰਦਾ ਪਿਆ ਸੀਗਾ ਤਾਂ ਉੱਥੇ ਮੈਨੂੰ ਇੱਕ ਕਵਤਾ ਮਿਲੀ ਆਈ ਏਮ ਓਨਲੀ ਅ ਫਾਰਮਰ ਹੂੰ ਵੀ ਇੱਕ ਦਿਨ ਕੱਲ ਪਰਸੂ ਮੈਂ ਇੱਕ ਕਿਤੇ ਇੰਟਰਵਿਊ ਦਿੱਤੇ ਕਿਸੇ ਨੇ ਪਾਈ ਹੋਈ ਕਿ ਇਹ ਉਹਦੀ ਨਹੀਂ ਰਾਈਟ ਅਨੋਨਿਮਸ ਰਾਈਟਰ ਉਹ ਜਿਹੜੀ ਕਵਤਾ ਮੁੰਡੇ ਨੇ ਲਿਖ ਕੇ ਪਾਪੇ ਜੀ ਕਮੈਂਟ ਚ ਦੱਸੀ ਹੋਈ ਆ ਉਹ ਕਵਤਾ ਹੋਰ ਹੈ ਜਿਹੜੀ ਮੇਰੇ ਕੋ ਏਮ ਓਨਲੀ ਫਾਰਮਰ ਉਹ ਤਾਂ ਬੜੀ ਕਮਾਲੀ ਉਹਦੇ ਚ ਇੱਕ ਇਨਸਾਨ ਜਿੰਨੇ ਵੀ ਕਿਤੇ ਕਰਦਾ ਕੋਈ ਇੱਕ ਕਿਸਾਨ ਨੂੰ ਦੱਸੇ ਹੋਇਆ ਬੜੀ ਕਮਾਲ ਕਵਤਾ ਹੈ ਇੰਗਲਿਸ਼ ਦੀ ਆ ਥਲੇ ਅਨੋਨਿਮਸ ਰਾਈਟਰ ਆ ਮਤਲਬ ਕੁ ਕਪਤਾ ਤੱਕ ਕਪਤਾ ਹੀ ਹੈ ਨਾ ਕਮਾਲ ਹੈ ਉਹ ਜੋ ਵੀ ਲਿਖਿਆ ਮੈਨੂੰ ਬੜਾ ਫੈਸੀਨੇਟ ਹੋ ਮੈਨੂੰ ਇਹ ਲੱਗਾ ਮੇਰੀ ਕਪਤਾ ਵਰਗੀ ਆ ਹਾਂ ਉਹ ਜਦ ਕੇ ਬਾਅਦ ਚ ਮਿਲੀ ਮੈਨੂੰ ਹਾਂ ਤਾਂ ਉਥੋਂ ਫਾਰਮਰ ਮੈਨੂੰ ਵਧੀਆ ਲੱਗਾ ਹਾਂ ਇੰਗਲਿਸ਼ ਦਾ ਤੇ ਮੇਰਾ ਜਨਮਕ ਦਸੰਬਰ ਮਹੀਨੇ ਦਾ ਤਾਂ ਮੇਰੇ ਘਰ ਦੇ ਕਿੰਨੀ ਤਰੀਕ ਨੂੰ 6 ਦਸੰਬਰ ਦਾ 6 ਦਸੰਬਰ ਲੰਘ ਗਿਆ ਹੈਪੀ ਬਰਥਡੇ ਬਿਲੇਟਰ ਥੈਂਕ ਯੂ ਸੋ ਮਚ ਧੰਨਵਾਦ ਤੇ ਉਹ ਜਦੋਂ ਪੜਦੇ ਸੀਗੇ ਉੱਥੇ ਮੈਂ ਫਾਰਮਰ ਚੱਕ ਲਿਆ ਉਥੋਂ ਮੂਰੀ ਮੇਰਾ ਕਣਕ ਦੀ ਸਿੱਟੇ ਬਣਾਤੇ ਕਣਕ ਦੇ ਸਿੱਟੇ ਆ ਉਹਦੇ ਚ ਹਾਂ ਹਾਂ ਹਨਾ ਥੱਲੇ ਸੋਇਂ ਦਾ ਸੀਟਸ ਆਫਟ ਮਾਰੋ ਐਵੇਂ ਲਿਖ ਲਿਆ ਹੁਣ ਇੰਗਲਿਸ਼ ਉਸ ਵੇਲੇ ਚੱਲਦਾ ਉਹ ਸੀਗਾ ਉਹ ਬਣਾ ਲਿਆ ਫਿਰ ਜਦੋਂ ਮੈਂ ਪੰਜਾਬ ਚ ਆਇਆ ਇੱਥੇ ਮੈਂ ਫੋਟੋਗ੍ਰਾਫੀ ਕਰ ਲਾ ਪਈ ਇਕਨੋਮਿਕ ਸਲੋ ਡਾਊਨ ਸੀਗਾ ਉਹ ਤਾਂ ਇਕਨੋਮਿਕ ਸਲੋ ਡਾਊਨ ਚ ਮੈਨੂੰ ਜੌਬ ਨਹੀਂ ਮਿਲੀ ਮੈਂ ਫਰੈਸ਼ਰ ਸੀਗਾ ਜਿੱਦਾਂ ਹੁਣ ਵੀ ਮੈਂ ਫਰੈਸ਼ਰ ਹੀ ਇੱਥੇ ਜੀ ਜੀ ਤਾਂ ਜੌਬ ਨਹੀਂ ਮਿਲੀ ਇੱਥੇ ਫਿਰ ਖੇਤਾਂ ਚ ਫਿਰਦਾ ਸੀਗਾ ਤੇ ਮੇਰੇ ਹੱਥ ਕੈਮਰਾ ਲੱਗ ਗਿਆ ਹਾਂ ਮੈਂ ਫੋਟੋਆਂ ਖਿੱਚਣ ਲੱਪਿਆ ਮਨ ਜੀ ਕਿਤਾ ਖੇਚ ਮੈਂ ਨੀਆ ਕੋ ਫਿਲਮਾਂ ਦੇਖ ਚੁੱਕਿਆ ਮੈਨੂੰ ਰੂਲਸ ਨਹੀਂ ਪਤਾ ਹੈਗਾ ਕਿਹੜਾ ਕੀ ਆ ਕਿਵੇਂ ਆ ਬਸ ਮੈਂ ਖਿੱਚਦਾ ਸੀਗਾ ਹੂੰ ਕੁਦਰਤੀ ਉਹ ਕੰਪੋਜੀਸ਼ਨ ਸੀ ਕਿਉਂਕਿ ਮੈਂ ਨੀਆ ਦੇਖ ਚੁੱਕਿਆ ਫਿਲਮਾਂ ਮੈਨੂੰ ਦੱਸਣਾ ਨਹੀਂ ਕਿਉਂਕਿ ਇੱਥੇ ਪੀ ਚੁੱਕਿਆ ਮੈਂ ਉਹ ਸਾਰਾ ਕੁਝ ਇਹ ਕਿ ਹੋਈ ਵੀ ਹੈ ਨਾ ਤੁਸੀਂ ਦੇਖ ਕੇ ਜ਼ਿਆਦਾ ਸਿੱਖਦੇ ਆ ਵਜਾਏ ਉਹ ਪੜਨਾ ਹੂੰ ਪੜਨਾ ਵੀ ਤਾਂ ਪੜਨ ਤੋਂ ਬਾਅਦ ਵੀ ਪ੍ਰੈਕਟਿਸ ਕਰਨੀ ਪੈਂਦੀ ਆ ਹਾਂ ਹੈ ਨਾ ਜੀ ਬਿਲਕੁਲ ਤਾਂ ਉਹ ਪ੍ਰੈਕਟਿਸ ਮੇਰੀ ਇੱਦੇ ਹੋ ਗਈ ਉਹ ਪੜ ਚੁੱਕਿਆ ਸੀ ਦੇਖ-ਦੇਖ ਕੇ ਹੂੰ ਪ੍ਰੈਕਟਿਸ ਮੇਰੀ ਇੱਥੇ ਹੁਣ ਲਾਪੀ ਖੇਤਾਂ 'ਚ ਹੂੰ ਤਾਂ ਫੋਟੋ ਮੈਂਵੇਂ ਖਿੱਚਦੇ ਖਿੱਚਦੇ ਫਿਰ ਉਹ ਜਿਹੜਾ ਖਿੱਚਣ ਲੱਪਿਆ ਉਹ ਮੈਂ ਫੋਟੋਆਂ ਖਿੱਚ ਕੇ ਬਲੌਗ ਬਣਾਉਂਦਾ ਸੀ ਇੱਕ ਮੇਰਾ ਪਿੰਡ ਨਟਾਲੂ ਕਰਕੇ ਮੇਰਾ ਬਲੌਗ ਹੈ ਕੋਈ ਹੱਲੇ ਵੀ ਹੈਗਾ ਫੋਟੋਆਂ ਵਾਲਾ ਬਲੌਗ ਹੈ ਜੀ ਤਾਂ ਉੱਥੇ ਫੋਟੋਆਂ ਪਾ ਦਿੰਦਾ ਸੀਗਾ ਉਦੋਂ ਜਦੋਂ ਤੁਸੀਂ ਫੋਟੋਗ੍ਰਾਫੀ ਪਹਿਲਾਂ ਕਰਦੇ ਆ ਤਾਂ ਤੁਹਾਨੂੰ ਤੁਹਾਨੂੰ ਇਹ ਹੁੰਦਾ ਕਿ ਕੋਈ ਤੁਹਾਡਾ ਚੌਕ ਨਾ ਲਵੇ ਵੀਰਾ ਵੀ ਨਾਮ ਜਾਵੇ ਉੱਤੇ ਮੈਂ ਫਾਰਮਰ ਕੱਲਾ ਲਾਉਂਦਾ ਫਿਰ ਮੈਂ ਇੱਕ ਦਿਨ ਬੈਠੇ ਬੈਠੇ ਨੇ ਹਰਪ੍ਰੀਤ ਲਿਖਣ ਲੱਗਾ ਸੀਗਾ ਗੂਗਲ ਤੇ ਉਹ ਤੇ ਹਾਰਪ ਮੂਰੇ ਆ ਗਿਆ ਮੈਂ ਕਿਹਾ ਕੀ ਕੀ ਆ ਦੇਖਿਆ ਹਾਰਪ ਹਮ ਸਾਜ ਹੈ ਇੱਕ ਸਟ੍ਰਿੰਗ ਇਨਸਟਰੂਮੈਂਟ ਆ ਗੋਰਿਆਂ ਦੀ ਸਭੇਤਾ ਦਾ ਮਤਲਬ ਪਰੀਆਂ ਦੇ ਹੱਥ ਚ ਨਹੀਂ ਹੁੰਦਾ ਹੈਗਾ ਜਿਵੇਂ ਰੁੱਖ ਜੇ ਵਾਂਗ ਹੁੰਦਾ ਉਹ ਆ ਦੇਟ ਇਜ਼ ਹਾਰਪ ਹੈ ਨਾ ਹਮ ਇਥੇ ਹਾਰਪ ਵੀ ਕਹਿੰਦੇ ਹਾਰ ਪਿਆ ਉਹ ਅਸਲ ਚ ਹਾਹੀ ਨੂੰ ਕਿੰਨਾ ਰਾਰਾ ਪਾਪਾ ਪੰਜਾਬੀ ਚ ਜੇ ਲਿਖਾਂਗੇ ਤਾਂ ਤਮੇ ਉਤੇ ਪੋਣਾ ਸ਼ੁਰੂ ਕਰ ਦਿੱਤਾ ਹਾਰਪ ਫਾਰਮਰ ਹਾਂ ਉਹ ਮੇਰੇ ਉਲੂ ਇੱਕ ਮੈਂ ਭੁੱਲ ਗਿਆ ਸੀ ਉਸ ਤੋਂ ਬਾਅਦ ਫਿਰ ਇੱਕ ਦਿਨ ਬੈਠੇ ਬੈਠੇ ਚੀਤੇ ਆ ਉਹ ਮੈਂ ਹਾਰਪ ਮੂਰੇ ਲਾਤਾ ਹਾਰਪ ਕਣਕ ਦੀ ਸਿੱਟੀ ਫਾਰਮਰ ਉਹ ਬੜਾ ਫੈਸੀਨੇਟਿੰਗ ਲੱਗਾ ਸੋਨਾ ਖਿੱਚਦਾ ਸੀਗਾ ਮੈਂ ਫੋਟੋਆਂ ਤੇ ਲਾਉਣਾ ਸ਼ੁਰੂ ਕਰ ਦਿੱਤਾ ਕਿ ਯਾਰ ਕੋਈ ਚੱਕੂਗਾ ਤੇ ਮੇਰਾ ਨਾਮ ਜਾਊਗਾ ਮੇਰਾ ਕਿ ਮੇਰਾ ਪ੍ਰੋਡਕਸ਼ਨ ਹਾਊਸ ਦਾ ਨਾਮ ਰੱਖਿਆ ਸੀਗਾ ਕਿ ਮੈਂ ਪ੍ਰੋਡਕਸ਼ਨ ਹਾਊਸ ਖੋਲੂੰਗਾ ਤਾਂ ਨਾ ਹਾਰਪ ਫਾਰਮਰ ਹੋ ਜਾਊਗਾ ਫਿਰ ਮੈਂ ਬਲੌਗ ਬਣਾਉਂਦਾ ਸੀ ਕਿ ਮੇਰਾ ਮਿੱਤਰ ਸੀਗਾ ਤੇ ਉਹ ਕਹਿੰਦਾ ਕਿ ਫੇਸਬੁੱਕ ਤੇ ਪਾਇਆ ਕਰ ਫੇਸਬੁਕ ਨੂੰ ਹਾਲੀਵੁੱਡ ਦੇ ਸਾਰੇ ਕਲਾਕਾਰ ਉਹ ਯੂਜ਼ ਕਰਦੇ ਆ ਕਿਉਂਕਿ ਉਹ ਆਰਕਟ ਦਾ ਜਦੋਂ ਦੌਰ ਸੀ ਮੈਂ ਚਲਾ ਹੀ ਨਹੀਂ ਉਹ ਮੈਨੂੰ ਨਹੀਂ ਵੱਧਦੀ ਲੱਗੀ ਸੀ ਮੈਂ ਇੱਕ ਦੋ ਵਾਰ ਚਲਾ ਕੇ ਵੇਖੀ ਬੰਦ ਕਰਤੀ ਉਹ ਫੇਸਬੁਕ ਤੇ ਫੋਟੋਆਂ ਪਾਉਣ ਲੱਪਿਆ ਉੱਥੇ ਹਰਪ੍ਰੀਤ ਸਿੰਘ ਸੀਗਾ ਪਹਿਲਾਂ ਫਿਰ ਇੱਕ ਦਿਨ ਬੈਠੇ ਬੈਠੇ ਨੇ ਉੱਥੇ ਵੀ ਮੈਂ ਹਾਰ ਪਰਫਾਰਮਰ ਕਰ ਦਿੱਤਾ ਫੋਟੋ ਲਾ ਦਤੀ ਆਪਣੀ ਮੇਰੀ ਦਾੜੀ ਵਾਲੀ ਫੋਟੋ ਲੋਕਾਂ ਨੂੰ ਲੱਗਾ ਕਿ ਇੱਕ ਗੂਰਾ ਪੰਜਾਬ ਦੀਆਂ ਫੋਟੋਆਂ ਖਿੱਚਦਾ ਉਹ ਤੋਂ ਪਤਾ ਨਹੀਂ ਲੱਗਦਾ ਸੀ ਡੀਪੀ ਕਿਉਂਕਿ ਮੈਂ ਆਪਣੀ ਦਾ ਫੋਟੋ ਪਾਉਂਦਾ ਨਹੀਂ ਸੀਗਾ ਪੰਜਾਬ ਦੀਆਂ ਫੋਟੋਆਂ ਸੀਆਂ ਤਾਂ ਮੇਨੂੰ ਨਾਲ ਬਹੁਤ ਲੁੱਕ ਐਡ ਉਹਨੂੰ ਪਤਾ ਲੱਗਿਆ ਤਾਂ ਪੰਜਾਬ ਦਾ ਆ ਹੂੰ ਫਿਰ ਮੈਂ ਪੰਜਾਬੀ ਉਹ ਮੈਂ ਆਪਣੇ ਪ੍ਰੋਡਕਸ਼ਨ ਹਾਊਸ ਲਈ ਰੱਖਿਆ ਸੀਗਾ ਫਿਰ ਉਹ ਇੰਨਾ ਕਿ ਫੇਸਬੁੱਕ ਤੇ ਮੈਨੂੰ ਧੂਕੇ ਲੈ ਗਿਆ ਨਾਮ ਹੂੰ ਸੋਸ਼ਲ ਮੀਡੀਆ ਤੇ ਹੂੰ ਕਿਉਂ ਮੈਨੂੰ ਮਿਲ ਗਿਆ ਹੂੰ ਐਵੇਂ ਨਹੀਂ ਹੈਗਾ ਕਿ ਮੈਂ ਜਾਣ ਬੁਝ ਕੇ ਉਹ ਮੈਨੂੰ ਲੋਕਾਂ ਫਿਰ ਉਹ ਨਾਮ ਨਾ ਦੇਣਾ ਸ਼ੁਰੂ ਕਰ ਦਿੱਤਾ ਕਿ ਤੂੰ ਹਾਰਪ ਫਾਰਮਰ ਮੁੰਡਾ ਆ ਐਵੇਂ ਕਰਕੇ ਹਣਾ ਉਹ ਮੈਨੂੰ ਮਿਲ ਗਿਆ ਮੈਂ ਵੀ ਐਕਸੈਪਟ ਕਰ ਗਿਆ ਜਿਵੇਂ ਤੁਸੀਂ ਕਿਹਾ ਨਾ ਵੀ ਹਾਂ ਇੱਕ ਗੋਰਾ ਪੰਜਾਬ ਦੀਆਂ ਫੋਟੋਆਂ ਖਿੱਚਦਾ ਕਰ ਹਣਾ ਤੁਹਾਡੀ ਬੀਅਰਡ ਵਾਲੀ ਜਿਹੜੀ ਫੋਟੋ ਆ ਦਾੜੀ ਵਾਲੀ ਫੋਟੋ ਬਹੁਤ ਮਤਲਬ ਉਹ ਬਹੁਤ ਸੋਹਣੀ ਲੱਗਦੀ ਆ ਇੱਕ ਜਿਵੇਂ ਮਾਰਨਿੰਗ ਵੀ ਆਪਾਂ ਗੱਲ ਕਰ ਰਹੇ ਸੀਗੇ ਜਿਹੜਾ ਅਨਮੋਲ ਗਗਨ ਮਾਨ ਹੋਰਾਂ ਦਾ ਗਾਣਾ ਸੀਗਾ ਹਾਂਜੀ ਸ਼ੁਕੀਨ ਜੱਟ ਅੱਛਾਕੀਨ ਜੱਟ ਦੇ ਵਿੱਚ ਤੁਸੀਂ ਆਉਣੇ ਮਾਡਲਿੰਗ ਕਰਦੇ ਹੋ ਤੁਹਾਡੀ ਬੀਅਰਡ ਦਾ ਕਲਰ ਵੀ ਬ੍ਰਾਊਨ ਸੀ ਤੇ ਹਣਾ ਬ ਮਹਾਰਾਜ ਦੀ ਕਿਰਪਾ ਨਾਲ ਗਲੋ ਵਧੀਆਂ ਤੁਹਾਡਾ ਤੇਰਾ ਪ੍ਰਭਾਵਤਾ ਤਾਂ ਉਹ ਆ ਹੀ ਲੱਗਦਾ ਸੀਗਾ ਵੀ ਹਾਂ ਅੰਗਰੇਜ਼ ਹੀ ਹੋਊਗਾ ਹਾਂ ਐਵੇਂ ਮੇਰੇ ਨਾਲ ਇੱਕ ਦਰਬਾਰ ਸਾਹਿਬ ਇਨਸੀਡੈਂਟ ਸੀਗਾ ਮੈਂ ਬਹੁਤ ਹਮਾਰੀ ਜ਼ਿਕਰ ਕਰਦਾ ਹੂੰ ਹੂੰ ਰਾਤ ਦੇ 2 ਕ ਬੱਜੇ ਹੋਏ ਮੈਂ ਉੱਥੇ ਕਿਸੇ ਦੇ ਗਿਆ ਸੀਗਾ ਮਿੱਤਰ ਦੇ ਮੈਨੂੰ ਚੰਗਾ ਲੱਗ ਮੈਂ ਉੱਥੇ ਦਰਬਾਰ ਸਾਹਿਬ ਆ ਕੇ ਤੁਰ ਕੇ ਹੂੰ ਤਾਂ ਉੱਥੇ ਮੈਂ ਪ੍ਰਕਰਮਾ ਚ ਘੋਮ ਰਿਹਾ ਜਿੱਥੇ ਦੇਗ ਮਿਲਦੀ ਆ ਉੱਥੇ ਮੈਂ ਖੜਾ ਪ੍ਰਕਰਮਾ ਚ ਕਿਉਂਕਿ ਰਾਤ ਨੂੰ ਉੱਥੇ 골ਡਨ ਆਉਰਾ ਹੁੰਦਾ ਇੱਕ ਸਿਆਲਾ ਦੇ ਨ ਮੈਂ ਪਟਕਾ ਬੰਨਿਆ ਹੋਇਆ ਇਸ ਰਮਾਲ ਚ ਬੰਨਿਆ ਸੀਗਾ ਵਾਲ ਬੜੇ ਲੰਬੇ ਲੰਬੇ ਦਾੜੀ ਵੀ ਪੂਰੀ ਹੋਈ ਹੋਸੀਗੀ ਤੇ ਇੱਕ ਸ਼ੈਡੋ ਦਰਬਾਰ ਸਾਹਿਬ ਦਾ ਜਿਹੜਾ 골ਡਨ ਆਉਰਾ ਬੰਦੇ ਦੇ ਚਿਹਰੇ ਤੇ ਵੀ ਪਤਾ ਲੱਗਦਾ ਨਾ ਕਿ ਹਾਂ ਵੀ 골ਡਨ ਸਾਰਾ 골ਡਨ ਹੁੰਦਾ ਉੱਥੇ ਸਾਰਾ ਕੁਝ 골ਡਨ ਹੈ ਉੱਥੇ ਨਾ ਤਾਂ ਉੱਥੇ ਇੱਕ ਸਰਦਾਰ ਸਾਹਿਬ ਆਏ ਮੇਰੇ ਕੋਲ ਦੂਰੋਂ ਦੇਖ ਰੇ ਸੀ ਫਿਰ ਗੱਲ ਕਰਨ ਦੇ ਹੈ ਜੈਂਟਲਮੈਨ ਯੂ ਹੈ ਕਮ ਫਰੋਮ ਵਿਚ ਕੰਟਰੀ ਮੈਂ ਕਹਾਂ ਜੀ ਪੇਨ ਹਡਡਾਉਂ ਜਿਲ੍ਹਾ ਸ਼ਰਪੜ ਤਜ਼ੀਦ ਅਰਸ਼ੰਗ ਬਲੋਕ ਮਾਲਪੁਰ ਹਾਂ ਮਾਲਪੁਰ ਮੈਂ ਐਦਾ ਬੋਲਦਾ ਇਹ ਤਾਂ ਹਲ ਮੈਂ ਹੋਲੀ ਬੋਲਿਆ ਬਹੁਤ ਫਾਸਟ ਬੋਲਦਾ ਮੈਂ ਤਾਂ ਜਿਵੇਂ ਯਾਰਨ ਮੁੱਲੇ ਚੋ ਟੈਂਕਾ ਕਹਿੰਦਾ ਹੁੰਦਾ ਪਤਾ ਨਹੀਂ ਐਦਾ ਮੈਨੂੰ ਪਤਾ ਨਹੀਂ ਹੈਗਾ ਤੇ ਉਹ ਬੜਾ ਫਾਸਟ ਬੋਲਿਆ ਤੇ ਉਹ ਕਹਿੰਦਾ ਤੂੰ ਪੰਜਾਬ ਤੋਂ ਮੈਂ ਕਹਾਂ ਹਾਂਜੀ ਤੇ ਉੱਥੇ ਦੇਖ ਤੇ ਇੱਕ ਬੰਦਾ ਸੀਗਾ ਉਹਨਾਂ ਦੀ ਡਿਊਟੀ ਲੱਗੀ ਹੋਈ ਸੀਗੀ ਉਹਨਾਂ ਮੈਨੂੰ ਰਾਤ ਨੂੰ ਦੁੱਧ ਪਿਆਸ ਵਾਲਾ ਦਿਨ ਸੀ ਕਿ ਕਹਿੰਦੇ ਪੁੱਤ ਆ ਜਾ ਬੇਤ ਕੋਈ ਬੈਠ ਦੋ ਉਹਨਾਂ ਦੁੱਧ ਪਿਆਸ ਠੰਡ ਨਾਲ ਲੱਕੀ ਤੈਨੂੰ ਕਹਿੰਦਾ ਮੈਂ ਵੀ ਤੈਨੂੰ ਗੂਰਾ ਸਮਝਣ ਕਿ ਬੁਲਾਉਣ ਲੱਗਾ ਸੀਗਾ ਮਤਲਬ ਐਵੇਂ ਸੀਗਾ ਮੇਰ ਨਾਲ ਤਾਂ ਐਵੇਂ ਫਿਰ ਮੈਨੂੰ ਨਾ ਮਿਲ ਗਿਆ ਮੈਂ ਐਵੇਂ ਕਹਾ ਕਿ ਐਦਾ ਕੀਤਾ ਐਦਾ ਸਕ੍ਰਿਪਟਿੰਗ ਚ ਇਹਦੇ ਵਿੱਚ ਕੁਝ ਨਹੀਂ ਹੈਗਾ ਹੂੰ 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 ਮਤਲਬ ਮੈਂ ਐਕਸੈਪਟ ਕਰ ਲਿਆ ਹੂੰ ਸੋਣਾ ਆ ਉਹਦੇ ਵਿੱਚ ਮੈਨੂੰ ਇਹ ਲੱਗਦਾ ਰਹਿੰਦਾ ਹਮੇਸ਼ਾ ਕਿ ਇਸ ਨਾਮ ਵਿੱਚ ਜਿਆਦਾ ਕਲਾ ਆ ਮੈਂ ਉਹਦੇ ਬਰਾਬਰ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸ ਨਾਮ ਨੂੰ ਜਿਹੜੇ ਮੇਰੀ ਫਿਜ਼ੀਕਲ ਬਾਡੀ ਕਹਿ ਸਕਦੇ ਉਹ ਜਿਹੜਾ ਨਾਮ ਨੂੰ ਮੈਨੂੰ ਮਿਲਿਆ ਹੈ ਅੱਛਾ ਫੋਟੋਗ੍ਰਾਫੀ ਦਾ ਸ਼ੌਂਕ ਕਿਵੇਂ ਪਿਆਗਾ ਮਤਲਬ ਜਿਵੇਂ ਤੁਸੀਂ ਸੌਫਟਵੇਅਰ ਇੰਜੀਨੀਅਰ ਸੀਗੇ ਸ਼ੌਂਕ ਮਤਲਬ ਐਵੇਂ ਫਿਲਮਾਂ ਦੇਖੀਆਂ ਹੋਈਆਂ ਸੀ ਆਂ ਪੰਜਾਬ ਚ ਆਇਆ ਸੀਗਾ ਮੈਂ ਤਾਂ ਉੱਥੇ ਜੋਬ ਤਾਂ ਮਿਲੀ ਨਹੀਂ ਫਿਰ ਮੈਂ ਪਿੰਡ ਆ ਗਿਆ ਪਿੰਡ ਫਿਰ ਤਾਂ ਸੀ ਖੇਤਾਂ ਚ ਮੈਂ ਘੁੱਗੀਆਂ ਘਟਾਰਾਂ ਆਪਣੀਆਂ ਜਿੰਨੇ ਵੀ ਸੀ ਇਹਨਾਂ ਦੀਆਂ ਫੋਟੋਆਂ ਖਿੱਚਦਾ ਸੀਗਾ ਤਾਂ ਮੂਰ ਚਿੰਨੇ ਵੀ ਸਾਡੇ ਪਿੰਡਾਂ ਚ ਉਧਰ ਰੁੱਖ ਬਹੁਤ ਨੇ ਸਾਡੇ ਏਰੀਆ ਚ ਨਾ ਇਤਾ ਉਹ ਫੋਟੋਆਂ ਖਿੱਚਦਾ ਰਹਿੰਦਾ ਸੀਗਾ ਮੈਂ ਤੇ ਸੋਸ਼ਲ ਮੀਡੀਆ ਤੇ ਪੋਸਟ ਰੈਂਦਾ ਫਿਰ ਉਵੇਂ ਉਵੇਂ ਕਰਕੇ ਇੱਕ ਵਾਰ ਮੇਰੀ ਫੋਟੋ ਵੇਖ ਗਈ ਹੂੰ ਵਧੀਆ ਕਿਹੜੀ ਇੱਕ ਕਣ ਮਾਂਹ ਦੇ ਬੂਟੇ ਦੀ ਹੈ ਮਾਂ ਦਾ ਫੁੱਟਾ ਫੁੱਟਿਆ ਹਲੇ ਉਹ ਜ਼ਮੀਨ ਚੋਂ ਨਿਕਲਿਆ ਆ ਦੋ ਤਿੰਨ ਦਿਨ ਹੋਏ ਹੋਗੇ ਬੜੀ ਹੱਦ ਉਹਨਾਂ ਵਿਚਾਰੇ ਨੂੰ ਤਾਂ ਉਹ ਖਿੱਚੀ ਉਹ ਮੇਰੀ ਵੇਕੀ 5000 ਰੁਪਏ ਦੀ ਲੈ ਮੈਨੂੰ ਲੱਗਾ ਬਹੁਤ ਵਧੀਆ ਕੰਮ ਆਇਆ ਮੈਂ ਮੈਂ ਲਓ ਫੋਟੋ ਖਿੱਚ ਲਾਵੇ ਮੈਂ ਆਪਣੇ ਭਰਾ ਨੂੰ ਕਿਹਾ ਮੈਨੂੰ ਕੈਮਰਾ ਲੈ ਕੇ ਦੇ ਦੇ ਹੋਰ ਵੱਡਾ ਕੈਮਰਾ ਦੇ ਦੇ ਉਹਨਾਂ ਨੇ ਕੈਮਰਾ ਦਿੱਤਾ ਹੌਲੀ ਹੌਲੀ ਕਰਕੇ ਫਿਰ ਇੱਧਰ ਆ ਗਿਆ ਫਿਰ ਮੈਂ ਪਿੰਡਾਂ 'ਚ ਫਿਰਦਾ ਰਿਹਾ ਫੋਟੋ ਖਿੱਚਦਾ ਰਿਹਾ ਲੋਕਾਂ ਦੀ ਮੈਨੂੰ ਬੜਾ ਚਾ ਆਇਆ ਪਿੰਡਾਂ ਦੇ ਲੋਕਾਂ ਦੇ ਚਿਹਰੇ ਖਿੱਚਣਾ ਪੋਰਟਰੇਟ ਜਿਹਨੂੰ ਕਹਿੰਦੇ ਨੇ ਆਪਾਂ ਪੋਰਟਰੇਟ ਮੈਂ ਹਰ ਇੱਕ ਮੇਰਾ ਦੋਸਤ ਕਹਿੰਦਾ ਉਹਦੀ ਤਰ੍ਹਾਂ ਪੋਰਟਰੇਟ ਤੁਰਿਆ ਜਾਂਦਾ ਜਦੋਂ ਵੀ ਕਿਸੇ ਬਜ਼ੁਰਗ ਦੀ ਫੋਟੋ ਦੇਖਣਾ ਨਾ ਮੈਨੂੰ ਐਂ ਕਹਿੰਦੇ ਉਹ ਤੇਰਾ ਪੋਰਟਰੇਟ ਤੁਰਿਆ ਜਾਂਦਾ ਮਤਲਬ ਮੈਂ ਕਹਿੰਦਾ ਨਾ ਹਰ ਇੱਕ ਨੂੰ ਕਹਿੰਦਾ ਮੇਰੇ ਪੋਰਟਰੇਟਸ ਆ ਇਹ ਤੇ ਇੱਕ ਲੈਂਡਸਕੇਪ ਮਤਲਬ ਖੇਤਾਂ ਵਿੱਚ ਦੂਰ ਰੁੱਖ ਨੇ ਕਣਕਾਂ ਮਤਲਬ ਐਵੇਂ ਮੈਨੂੰ ਵਧੀਆ ਲੱਗਦਾ ਆਕਰਸ਼ਿਤ ਕਰਦੀ ਆ ਤੁਹਾਡੀ ਫੋਟੋਗ੍ਰਾਫੀ ਦੇਖਦਾ ਨਾ ਮਤ ਕਣਕਾਂ ਬਹੁਤ ਹੁੰਦੀਆਂ ਨੇ ਕਣਕ ਦੀ ਮਤਲਬ ਕਣਕ ਮੈਨੂੰ ਜਿਆਦਾ ਵਧੀਆ ਲੱਗਦੀ ਜੀ ਮੈਨੂੰ ਬਹੁਤ ਮੈਨੂੰ ਐ ਲੱਗਦਾ ਵੀ ਸਕਰੀਨ ਦੇ ਉੱਪਰ ਜਿਹਨੂੰ ਸਿਨੇਮਾ ਕਹਿੰਦੇ ਨੇ ਆ ਕਣਕ ਕੋ ਬਹੁਤ ਸਿਨੇਮਾ ਲੋਕ ਪ੍ਰੈਜੈਂਸ ਆ ਜਿਹਦਾ ਕਹਿੰਦੇ ਨੇ ਬੰਦੇ ਕੋ ਸਿਨੇਮਾ ਪ੍ਰੈਜੈਂਸ ਆ ਇਹਦੀ ਕਣਕਾ ਕੋ ਬਾ ਕਮਾਲ ਸਿਨੇਮਾ ਪ੍ਰੈਜੈਂਸ ਹੈ ਹੋਰ ਵੀ ਹੈਗੀ ਮੈਨੂੰ ਕਣਕਾ ਜਿਆਦਾ ਕਿਉਂਕਿ ਮੈਨੂੰ ਲੱਗਦਾ ਮੇਰੇ ਲਈ ਮਤਲਬ ਇਹ ਮੀਰਾ ਮੰਨਣਾ ਆ ਤਾਂ ਮੈਨੂੰ ਜਿਆਦਾ ਫੈਸੀਨੇਟ ਕਰਦੀ ਹੈ ਜਿਹਨੂੰ ਕਹਿੰਦੇ ਆਪਾਂ ਕੇ ਪੈਸੀਫੀਟ ਕਰਦੀ ਹੈ ਰੂਟੀ ਕਣਕ ਦੀ ਖਾਂਦੇ ਨੇ ਨੇ ਸਭ ਸਾਰੀਆਂ ਖਾਣਾਂ ਨੂੰ ਵੈਜ ਜਾਂ ਵੈਜ ਸਾਰਾ ਕੁਝ ਖਾਣਾਂ ਜੀ ਮੈਂ ਅੱਛਾ ਵੈਜ ਖਾਣਾ ਹਾਂ ਵੈਜ ਜੀ ਸਾਰਾ ਮੈਂ ਅੱਜਕੱਲੋ ਮਤਲਬ ਥੋੜਾ ਜਿਹਾ ਕਲਾਕਾਰ ਜਿੱਦਾਂ ਉਹੀ ਪ੍ਰੇਜ ਰੱਖਦੇ ਆ ਨਾ ਵੀ ਹਾਂ ਵੀ ਡਾਈਟ ਡੂ ਇਟ ਹਨਾ ਵੀ ਆਹ ਨਹੀਂ ਖਾਣਾ ਆਹ ਖਾਣਾਗਾ ਥੋੜੇ ਮਿਲਟਸ ਨਹੀਂ ਨਹੀਂ ਮਿਲਟਸ ਤੋਂ ਕੁਝ ਨਹੀਂ ਹੈ ਕੁਝ ਨਹੀਂ ਹੈਗਾ ਜੀ ਥੋੜੀ ਬੈਲੈਂਸ ਹੋਣਾ ਜ਼ਰੂਰੀ ਆ ਸਰੀਰ ਦਾ ਉਹਦੇ ਵਿੱਚ ਜਿਹੜੀ ਕਾਣਕ ਮਿਲਟਸ ਮੂਲਸ ਇਹ ਸਾਰਾ ਕੁਝ ਕਾਪਸ ਆ ਜਿਹਨੇ ਸਾਡੇ ਸਰੀਰ ਨੂੰ ਦਿਹਾੜੀ ਦੇ ਉਹ ਕੰਮ ਕਰਦੇ ਹੋ ਉਹਨੇ ਦੇਣਾ ਪ੍ਰੋਟੀਨਸ ਜਿਹੜੀਆਂ ਹੁੰਦੀਆਂ ਉਹਨੇ ਮਸਲ ਬਣਾਉਣੇ ਆ ਫੈਟ ਨੇ ਤੁਹਾਡਾ ਸਰੀਰ ਚੱਲਦਾ ਰੱਖਣਾ એનર્ਜੀ ਜ਼ਿਆਦਾ ਦੇਣੀ ਕੋ ਕਾ ਦਿਮਾਗ ਚਲਾਉਣਾ ਮਿਨਰਲਸ ਤੁਹਾਡੇ ਇੱਕ ਦੂਜੀ ਹਰ ਇੱਕ ਚੀਜ਼ ਇੱਕ ਦੂਜੀ ਦਾ ਬੈਲੈਂਸ ਮੰਗਦੀ ਹੈ ਇੱਕ ਦੂਜੇ ਨੂੰ ਖਾਂਦੀ ਆ ਹਣਾ ਸੋ ਉਹ ਬੈਲੈਂਸ ਜ਼ਰੂਰੀ ਹੁੰਦਾ ਉਹ ਨਹੀਂ ਜ਼ਰੂਰੀ ਹੈਗਾ ਕਿ ਕਣਕ ਛੱਡ ਦੋ ਜਾਂ ਆਟਾ ਛੱਡ ਦੋ ਜਾਂ ਚੌਲ ਖਾਣ ਲਾਪੋ ਇਕੱਲੇ ਉਹ ਨਹੀਂ ਮੈਂ ਹੈਗਾ ਬੈਲੈਂਸ ਜ਼ਰੂਰੀ ਆ ਹੂੰ ਜਿਵੇਂ ਮਹਾਰਾਜ ਕਹਿੰਦੇ ਫਿੱਟ ਇਹ ਹੈ ਵਾ ਜੀ ਜਿਤ ਖਾਦੇ ਵਿਦਾਇਆ ਪੇਟ ਵੀ ਇਹ ਹੈ ਜੀਣਾ ਕੀ ਢੇਡੀ ਵਿਦਾਇਆ ਖਾਪੀ ਉਹ ਵੀ ਨਹੀਂ ਜ਼ਰੂਰੀ ਉਹ ਉਹ ਵੀ ਗਲਤ ਆ ਬਿਲਕੁਲ ਹਨਾ ਬੈਲੈਂਸ ਜ਼ਰੂਰੀ ਆ ਬੈਲੈਂਸ ਵਿੱਚ ਤਾਂ ਜੋ ਵੀ ਕੁਝ ਬੈਲੈਂਸ ਕਰਦਾ ਆ ਉਹ ਖਾ ਲਓ ਹਮ ਹਨਾ ਜੀ ਤੇ ਉਹ ਕਣਕਾਂ ਕਰਕੇ ਮੈਂ ਪੁੱਛਿਆ ਨਾ ਮੈਂ ਕਿਹਾ ਕਲਾਕਾਰ ਜੇ ਮਿਲਟਸ ਖਾਂਦੇ ਆ ਮੈਂ ਪੁੱਛ ਲੱਗ ਗਿਆ ਨਹੀਂ ਮੈਂ ਮੇਰੇ ਜੋ ਮੈਨੂੰ ਮੇਰਦਾ ਮੈਂ ਖਾਲਣ ਜੀ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਹਮ ਜੋ जिम وچ ਜਿਆਦਾ ਜ਼ੋਰ ਲਾਦੀ ਦਾ ਹਮ ਅੱਜ ਕੱਲ ਜਿਮ ਆ ਪਹਿਲਾਂ ਖੇਤ ਸੀ ਕਿ ਹੁਣ ਜਿਮ ਚ ਜਿਆਦਾ ਅੱਧਾ ਘੰਟਾ ਵਧ ਲਾਦੀ ਜੀ ਵਾਧੇ ਮਾੜਾ ਮੋਟਾ ਬੈਲੈਂਸ ਤੋਂ ਉੱਪਰ ਚਲ ਜਵੀ ਤਾਂ ਫਿਰ ਉਦੋਂ ਬੈਲੈਂਸ ਕਰ ਲਈਦਾ ਐਵੇਂ ਆ ਬੈਲੈਂਸ ਜ਼ਰੂਰੀ ਆ ਕਿਤੇ ਵੀ ਚਲ ਚੋਂ ਬੈਲੈਂਸ ਨਹੀਂ ਹੈਗਾ ਤਾਂ ਫਿਰ ਹਮ ਹਾਂਜੀ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਸੀ ਫਿਰ ਉਦੋਂ ਫੋਟੋਗ੍ਰਾਫੀ ਕਰਦੇ ਹੁੰਦੇ ਸੀ ਜਾਂ ਉਦੋਂ ਨਹੀਂ ਸੀ ਕਰਦੇ ਹੁੰਦੇ ਕੀ ਤੀ ਉਦੋਂ ਫੋਟੋਗ੍ਰਾਫੀ ਕਰਦਾ ਸੀਗਾ ਜੀ ਤਾਂ ਇੰਡਸਟਰੀ ਸੀਗੀ ਉਦੋਂ ਨਹੀਂ ਨਵਾਂ ਨਵਈ ਸੀ 2014 ਦੀ ਗੱਲ ਆ ਹੂੰ ਤਾਂ ਸਾਰਿਆਂ ਨੇ ਪੁੱਛਿਆ ਵੀ ਮੁੰਡਾ ਕੀ ਕੰਮ ਕਰਦਾ ਹੈ ਨਹੀਂ ਇਹ ਨਹੀਂ ਪੁੱਛਿਆ ਜੀ ਅੱਛਾ ਇਦਾਂ ਤਾਂ ਨਹੀਂ ਕੋਈ ਵੀ ਪੁੱਛਦਾ ਮੈਨੂੰ ਮਤਲਬ ਮੈਨੂੰ ਇਹ ਮੈਨੂੰ ਅੱਜ ਤੱਕ ਨਿਹਰੇ ਘਰ ਦੇ ਆਣੇ ਵੀ ਨਹੀਂ ਕਿਹਾ ਕਿ ਤੂੰ ਕਿਉਂ ਐਵੇਂ ਕੰਮ ਕਰਦਾ ਜਿੱਦਾਂ ਅਕਸਰ ਕਿਹਾ ਜਾਂਦਾ ਵੀ ਘਰ ਦੇ ਵਰਜ ਦੇ ਮੇਰੇ ਘਰ ਦੇ ਕੁਝ ਨਹੀਂ ਕਹਿੰਦੇ ਜੀ ਉਹਨਾਂ ਨੂੰ ਇਹ ਹੈ ਕਿ ਚੰਗਾ ਕੰਮ ਕਰੋ ਮਤਲਬ ਜਿਹੜਾ ਵੀ ਕੰਮ ਕਰੋ ਚੰਗਾ ਕੰਮ ਕਰੋ ਹਾਂ ਆਪਣੀ ਨੀਤਾ ਸੁਚੀਆਂ ਰੱਖੋ ਹੂੰ ਹਨਾ ਨੀਤ ਸੁਚੀ ਹੋਊਗੀ ਤਾਂ ਜੋ ਮਰਜ਼ੀ ਕਰ ਸਕਦੇ ਆ ਹਨਾ ਜੀ ਉਹ ਆ બસ ਇਹ ਨਾਲ আচ্ছা ਤੁਸੀਂ ਮਤਲਬ ਕਿਤੇ ਵੈਕੈਂਸੀ ਲੱਭੀ ਨਹੀਂ ਵੀ ਹਾਂ ਤੁਸੀਂ ਸੌਫਟਵੇਅਰ ਇੰਜੀਨੀਅਰ ਸੀਗੇ ਵੀ ਲੱਭਿਆ ਜਾਵੇ ਕਿਤੇ ਨਹੀਂ ਮੈਂ ਲੱਭਦਾ ਸੀਗਾ ਮੈਂ ਅਪਲਾਈ ਕਰਦਾ ਸੀਗਾ ਮੇਰਾ ਰੈਜ਼ਿਊਮਾ ਤੁਸੀਂ ਮੈਂ ਤੁਹਾਨੂੰ ਭੇਜ ਦੂੰਗਾ ਮੇਰਾ ਸਭ ਤੋਂ ਵਧੀਆ ਰੈਜ਼ਿਊਮਾ ਆ ਹਮ ਜਿਹੜੇ ਮੈਂ ਪ੍ਰੋਜੈਕਟ ਕੀਤੇ ਹੋਏ ਅਕਸਰ ਜਦੋਂ ਤੁਸੀਂ ਰੈਜ਼ਿਊਮੇ ਦੇਖਦੇ ਆ ਹਮ ਜੇ ਕੋਈ ਸੁੰਦਰ ਰੈਜ਼ਿਊਮੇ ਬਣਾਉਣ ਵਾਲਾ ਨਾ ਰੈਜ਼ਿਊਮਾ ਕਿਵੇਂ ਬਣਾਉਂਦੇ ਆ ਆ ਸਭ ਤੋਂ ਪਹਿਲਾਂ ਆਪਣੀਆਂ ਡਿਗਰੀਆਂ ਲਿਖਦੇ ਆ ਹਮ ਕੰਮ ਮੈਂ ਸਭ ਤੋਂ ਪਹਿਲਾਂ ਪ੍ਰੋਜੈਕਟ ਲੇਖੇ ਹੋਏ ਮੈਂ ਕੀ ਕੀ ਕੀਤਾ ਹਮ ਡਿਗਰੀ ਤਾਂ ਬਹੁਤ ਬਾਅਦ ਵਿੱਚ ਆ ਹਮ ਮੇਰੇ ਰਿਜ਼ੂਮੇ 'ਚ ਸਭ ਤੋਂ ਪਹਿਲਾਂ ਮੇਰਾ ਨਾਮ ਡਿਗਰੀਆਂ ਮੈਂ ਇੱਕ ਪ੍ਰੋਜੈਕਟ ਕੀਤਾ ਕਿ ਕੀ 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 ਸੀਗਾ ਫਿਰ ਲਾਸਟ ਵਿੱਚ ਮੇਰੀ ਉਹ ਆ ਹਮ ਕੁਆਲੀਫਿਕੇਸ਼ਨ ਤੇ ਉਹ ਦੇਖ ਕੇ ਮੈਨੂੰ ਹਰ ਕੋਈ ਕਾਲ ਕਰਦਾ ਸੀਗਾ ਪਰ ਜਦੋਂ ਮੈਂ ਉਹਨਾਂ ਨੂੰ ਕਹਿੰਦੇ ਸੀ ਮੈਂ ਫਰੈਸ਼ਰ ਆ ਹਮ ਉਦੋਂ ਇਕਨੋਮਿਕਸ ਲੋ ਡਾਊਨ ਸੀਗਾ ਕਿਉਂਕਿ ਫਰੈਸ਼ਰਸ ਨੂੰ ਕੋਈ ਲੈ ਨਹੀਂ ਸੀ ਰਿਹਾ ਹੈਗਾ ਐਕਸਪੀਰੀਅੰਸ ਚਾਹੀਦੀ ਸੀ ਬੰਦੇ ਹਮ ਫਿਰ ਤਾਂ ਕਰਕੇ ਫਿਰ ਮੈਨੂੰ ਵੀ ਸ ਇੱਕ ਮੈਂ ਲਾਸਟ ਜਿੰਨਾ ਕਾਲ ਕੀਤੀ ਸੀ ਉਹ ਮੈਂ ਉਹਨੂੰ ਕਿਹਾ ਭਾਈ ਜੇ ਤੁਸੀਂ ਨਹੀਂ ਲਉਂਗੇ ਫਿਰ ਮੈਨੂੰ ਕਿੱਦਾਂ ਜੌਬ ਮਿਲੂਗੀ ਕਹਿੰਦਾ ਜੇ ਮੈਂ ਤੈਨੂੰ ਰੱਖ ਲਵਾਂ ਤੇਰਾ ਜੀ ਰੈਜ਼ਿਊਮਾ ਬਹੁਤ ਵਧੀਆ ਆ ਤੈਨੂੰ ਤਾਂ ਮੈਂ ਰੱਖ ਲਵਾਂ ਬਟ ਮੈਂ ਐਚ ਆਰ ਆ ਮੈਨੂੰ ਉੱਪਰ ਮੈਂ ਕੀ ਜਵਾਬ ਦੇਹੀ ਦਊਗਾ ਕਿਉਂਕਿ ਉਹਨਾਂ ਨੂੰ ਤਾਂ ਮੈਨੂੰ ਜਵਾਬ ਦੇਣਾ ਪੈਣਾ ਕਿਉਂਕਿ ਉਹਨਾਂ ਦੀ ਰਿਕੁਆਇਰਮੈਂਟ ਐਕਸਪੀਰੀਅੰਸ ਹੋਲਡਰ ਆ ਪਰ ਤੀਮ ਫਰੈਸ਼ਰ ਆ ਫਿਰ ਮੈਂ ਕਿਹਾ ਚਲੋ ਠੀਕ ਤੁਸੀਂ ਵੀ ਠੀਕ ਉਹ ਵੀ ਠੀਕ ਨੇ ਆਪਣੀ ਜਗ੍ਹਾ ਤੇ ਫਿਰ ਮੈਂ ਇੱਧਰ ਪੰਜਾਬ ਆ ਗਿਆ ਅੱਛਾ ਹਰ ਫਾਰਮਰ ਜ ਫਵਾ ਗੁੱਸੇ ਵਾਲਾ ਜਿਵੇਂ ਹੁਣ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਹਨ ਉਹ ਹਰ ਬਹੁਤ ਗੁੱਸੇ ਵਾਲਾ ਹੈਗਾ ਮਤਲਬ ਜਿਵੇਂ ਤੁਹਾਡੇ ਪੋਰਟਰੇਟ ਨੇ ਜਿਵੇਂ ਤੁਹਾਡੀਆਂ ਫੋਟੋਜ਼ ਨੇ ਪਰ ਹਾਂ ਮੈਨੂੰ ਲੱਗ ਨਹੀਂ ਰਹੇ ਤੁਸੀਂ ਨਹੀਂ ਮੈਂ ਗੁੱਸੇ ਵਾਲਾ ਤਾਂ ਹੈਗਾ ਆ ਉਹ ਰੂਪ ਕਿਸ ਨੇ ਦੇਖਿਆ ਨਹੀਂ ਹੈਗਾ ਘਰਦਿਆਂ ਨੂੰ ਪਤਾ ਹੋਊਗਾ ਜਿਹੜੇ ਮੇਰੇ ਅਸਰ ਅਸੇ ਸੰਕਰ ਬਾਲ ਵਾਲੀ ਹੁੰਦੀ ਉਹਨਾਂ ਨੂੰ ਜ਼ਿਆਦਾ ਕਿਉਂਕਿ ਹਰ ਥਾਂ ਤੇ ਥੋੜੀ ਪਬਲਿਕ ਲਈ ਥੋੜੀ ਗੁੱਸਾ ਕਰਨਾ ਗੁੱਸਾ ਤਾਂ ਉੱਥੇ ਆਊਗਾ ਨਾ ਜਿੱਥੇ ਕੁਝ ਗਲਤ ਹੋਊਗਾ ਹੂੰ ਉਹ ਉਹਨਾਂ ਦੇ ਜਿਨ੍ਹਾਂ ਦੇ ਤਪੜੇ ਪਏ ਹੋਏ ਜਿਨ੍ਹਾਂ ਦੇ ਤਪੜੇ ਪਏ ਉਹਨਾਂ ਨੂੰ ਪੁੱਛ ਲੋ ਅੱਛਾ ਕਿੰਨਾ ਗੁੱਸੇ ਕੋਰੇ ਮੈਂ ਗੁੱਸਾ ਵਾਲਾ ਹੈਗਾ ਆ ਹੂੰ ਗਲਤ ਜਗ੍ਹਾ ਜਦੋਂ ਹੁੰਦੀ ਹੈ ਗੁੱਸਾ ਤਾਂ ਆਉਂਦਾ ਹੀ ਹਰੇਕ ਬੰਦੇ ਨੂੰ ਆਉਂਦਾ ਹਾਂ ਨਾ ਤਾਂ ਮੈਂ ਕਰ ਦਿੰਨਾ ਮੈਂ ਰੱਖਦਾ ਨਹੀਂ ਹੈਗਾ ਮੈਂ ਸਿੱਧਾ ਹੀ ਆ ਜੀ ਮੈਨੂੰ ਉਹ ਨਹੀਂ ਹੈਗਾ ਕਿ ਵੱਲ ਬੁੱਲ ਨਹੀਂ ਪਾਉਣੇ ਹੈਗੇ ਆਪਣੇ ਗੁੱਸੇ ਨੂੰ ਆਪਣੇ ਦਿਲ ਚ ਗਰਜਾ ਰੱਖੀ ਜਾਓ ਮੈਂ ਰੱਖਦਾ ਰੁਕਦਾ ਹੈ ਨਹੀਂਗਾ ਜੀ ਇੰਡਸਟਰੀ ਚ ਵੀ हां ਕਿਤੇ ਵੀ ਨਹੀਂ ਮੇਰੇ ਗਰਜਾਂ ਗੁਰਜਾਂ ਨਹੀਂ ਮੈਂ ਰੱਖਣੀਆਂ ਜੀ ਗਰਜ ਜਿਸ ਨੂੰ ਕਹਿੰਦੇ ਨੇ ਅੰਗਰੇਜ਼ੀ ਚ ਉਹ ਕਿਹਾ ਵੀ ਰੱਖੂ ਮੈਂ ਨਹੀਂ ਰੱਖਦਾ ਜੀ ਮੈਂ ਕਿਉਂ ਰੱਖਾਂ ਆਪਣੇ ਦਿਲ ਤੇ ਭਾਰ ਭਾਈ ਰੱਖਾਂ ਰੱਖੇ ਜੀ ਇੱਥੇ ਕਿਹਾ ਜਾਂਦਾ ਕਿ ਆਪਣੇ ਦਿਲ ਚ ਗਰਜਾਂ ਰੱਖੋ ਸਮਾਂ ਆਏ ਤੇ ਉਹਨਾਂ ਦਿਖਾ ਦਿਓ ਮੈਂ ਵੇਟ ਬੂਟ ਨਹੀਂ ਕਰਨੀ ਜੀ ਸਮਾਂ ਸਮਾਂ ਨਹੀਂ ਹੈਗਾ ਸਮਾਂ ਕਦੋਂ ਸਮੇਂ ਤਾਂ ਕੱਲੂ ਕੀ ਪਤਾ ਕੀ ਹੋਣਾ ਬਿਲਕੁਲ ਹਨਾ ਜੀ ਤੇ ਮੇਰੇ ਕੋਲ ਅੱਜ ਮੈਂ ਉਸ ਵੇਲੇ ਉਸੇ ਬਿਲ ਮੌਕੇ ਦੇ ਮੌਕੇ ਦੇ ਹਸਾਬ ਤੋਂ ਕਰਨ ਦਾ ਮੈਨੂੰ ਚੰਗਾ ਲੱਗਦਾ ਉਹ ਨਹੀਂ ਦਿਲ ਚ ਨਹੀਂ ਰੱਖਣਾ ਜੀ ਦਿਲ ਚ ਕਿਉਂ ਰੱਖਣਾ ਦਿਲ ਚ ਹੋਰ ਵੀ ਬਹੁਤ ਕੁਝ ਰੱਖਣ ਨੂੰ ਹੈਗਾ ਹਮ ਗਰਜਾਂ ਹੀ ਰੱਖੀ ਜਾਈਏ ਕੀ ਕੀ ਰੱਖਣ ਨੂੰ ਹੈਗਾ ਬਹੁਤ ਕੁਝ ਹੈ ਸਾਰਾ ਸਾਰੀ ਤਰਤ ਦਿਲ ਚ ਹੀ ਆ ਹਾਂ ਹਨਾ ਜੀ ਚੰਗੀਆਂ ਚੀਜ਼ਾਂ ਰੱਖੀਏ ਗੁੱਸਾ ਕਦੇ ਦਿਲ ਚ ਰੱਖਣਾ ਕਿਸੇ ਲਈ ਗ੍ਰੇਜਿਅਸ ਜਾਂ ਕਾਹਦੇ ਲਈ ਦਿਲ ਚ ਰੱਖੀਏ ਹਨਾ ਹੈਗੇ ਨੇ ਥੋੜੇ ਬੱਤੇ ਉਹ ਵੀ ਹੈ ਮਤਲਬ ਉਹ ਰਫੇ ਜਿਹੜੇ ਹੈਗੇ ਨੇ ਉਨਾ ਬੜੀ ਮੇ ਸੋਚਦਾ ਨਹੀਂ ਉਹ ਉਹਦੇ ਲਈ ਮਹਾਰਾਜ ਆਪ ਕਰ ਦਿੰਦੇ ਆ ਹੂੰ ਬੜੇ ਨੇ ਜਿਨ੍ਹਾਂ ਦੇ ਮਹਾਰਾਜ ਨੇ ਕੀਤੇ ਹੋਏ ਆ ਅਮੀ ਬੱਲੇ ਬੱਲੇ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਆਪ ਹੀ ਕਾਲਪੁਰਖ ਦੇਖ ਲੈਂਦਾ ਜਿੱਦੂ ਪਤਾ ਤੁਸੀਂ ਚੰਗੇ ਰਾਹ ਤੁਰੋਗੇ ਹਨਾ ਤਾਂ ਜਿਹੜਾ ਕਰਤਾ ਆ ਉਹ ਆਪ ਤੁਹਾਡੀ ਜਗ੍ਹਾ ਤੇ ਆ ਕੇ ਨਵੀੜਾ ਕਰਦਾ ਜੇ ਤੁਸੀਂ ਚੰਗਾ ਸਹੀ ਹੋ ਜੇ ਤੁਸੀਂ ਸਹੀ ਨਹੀਂ ਹੋ ਫਿਰ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਹਨਾ ਜੀ ਤਾਂ ਇੰਨਾ ਆ ਹੋਰ ਤਾਂ ਕੁਝ ਨਹੀਂ ਆਪਾਂ ਮਤਲਬ ਦੇਰਸ ਐ ਇਥੇ ਆਸ-ਪਾਸੇ ਤੁਹਾਡੇ ਕੋਈ ਤਾਕਤ ਹੈਗੀ ਆ ਜਿਹੜੀ ਤੁਹਾਨੂੰ ਹੋਲਡ ਕਰਦੀ ਆ ਉਹ ਮੰਨਣਾ ਜਾਂ ਨਾ ਮੰਨਣਾ ਉਹ ਤੁਹਾਡੇ ਤੇ ਆ ਵਿਸ਼ਵਾਸ ਤੇ ਆ ਹੂੰ ਮੇਰੇ ਲਈ ਤਾਂ ਹੈਗੀ ਆ ਜੀ ਉਹ એનર્ਜੀ ਪ੍ਰਮਾਤਮਾ ਵੀ ਆ ਉਹ ਕੱਲੇ ਇਨਸਾਨਾਂ ਚ ਨਹੀਂ ਹੈਗੀ ਉਹ ਤਾਕਤ ਜਿਹੜੀ ਆ ਉਹ ਹਰ ਇੱਕ ਚੀਜ਼ੇ ਇਹਦੇ ਵਿੱਚ ਵੀ ਹੈਗੀ ਇਹਦੇ ਵਿੱਚ ਵੀ ਹੈਗੀ ਇਹਦੇ ਵਿੱਚ ਵੀ ਹੈਗੀ ਸਾਰੇ ਕਿਤੇ ਉਹੀ ਆ ਹੂੰ ਸਾਰਾ ਕੁਝ ਉਹੀ ਆ ਜਿੱਦਾਂ ਮਹਾਰਾਜ ਕਹਿੰਦੇ ਆ ਨਾ ਵੀ ਹਰ ਥਾਂ ਤੇ ਉਹੀ ਆ ਮਹਾਰਾਜ ਨੇ ਕਹਿੰਦੇ ਗੁਨਾਹ ਨੁਪਾਸਾ ਕਹਿੰਦੇ ਘਟ ਘਟ ਮੇਂ ਹਰ ਜੂ ਬਸੇ ਪਈ ਉਹ ਪਹਿਲਾਂ ਉਹਨਾਂ ਨੇ ਕ੍ਰੀਏਟ ਕੀਤੀ ਫਿਰ ਉਹ ਆਪ ਹੀ ਉਹਦੇ ਚ ਸਮਾ ਗਏ ਜੀ ਮਤਲਬ ਵੱਖਰਾ ਕੁਛ ਨਹੀਂ ਹੈਗਾ ਆ ਸਾਰਾ ਕੁਛ ਆ ਸਾਰਾ ਕੁਛ ਉਹੀ ਆ ਹਾਂ ਪਰ ਅਸੀਂ ਇੰਨੀ ਜੋਗੀ ਹੈ ਨਹੀਂਗੇ ਫਲੇ ਮੈਂ ਵੀ ਨਹੀਂ ਹੈਗਾ ਉਪਰ ਘਰ ਤੇ ਇਦਾਂ ਦੀ ਗੁੱਸਾ ਕਰੀ ਜਾਂਦੇ ਹਾਂ ਤੁਹਾਨੂੰ ਹੁਣ ਮਤਲਬ ਇੱਥੇ ਵੇਖ ਕੇ ਨਹੀਂ ਲੱਗਦਾ ਪਰ ਫੋਟੋਆਂ ਵਿੱਚ ਬਹੁਤ ਮਤਲਬ ਫੋਟੋਆਂ ਵਿੱਚ ਇਦਾਂ ਲੱਗਦਾ ਹੁੰਦਾ ਇਹ ਬੰਦਾ ਬਹੁਤ ਗੁੱਸੇ ਵਾਲਾ ਹਾਂ ਹਾਂ ਫੋਟੋਆਂ ਵਿੱਚ ਮੈਨੂੰ ਅਕਸਰ ਕਿਹਾ ਜਾਂਦਾ ਕਿਉਂਕਿ ਮੈਂ ਇੱਕ ਤਰ੍ਹਾਂ ਦੀ ਫੋਟੋਆਂ ਦੇਖਿਆ ਘੂਰੀ ਜੀ ਵਟ ਕੇ ਦੇਖਿਆ ਘੂਰੀ ਹੁਣ ਮੈਂ ਨਟਰਾਜ ਵਾਲੀਆਂ ਵੀ ਦੇਖ ਰਿਹਾ ਸੀ ਉਹ ਹਾਂਜੀ ਮਤਲਬ ਉਹ ਇਦਾਂ ਹਣਾ ਫਿਰ ਨਟਰਾਜ ਤਾਂ ਹੈਗਾ ਹੀ ਫਿਰੋਦ ਲਈ ਸੀਗਾ ਟੰਡਵ ਵਾਲਾ ਬੰਦਾ ਮਤਲਬ ਥੜਾਈ ਜਦੋਂ ਖੁਲੀ ਗੁੱਸੇ ਵਾਲੀ ਆ ਕਿਹਾ ਜਾਂਦਾ ਗੁੱਸੇ ਵਾਲੀ ਆ ਪਰ ਥੜਾਈ ਗਿਆਨ ਦੀ ਵੀ ਹੋ ਸਕਦੀ ਆ ਹਮ ਕਿ ਬੰਦਾ ਠੰਡਾ ਹੋ ਗਿਆ ਬਿਲਕੁਲ ਹਣਾ ਹਰੇਕ ਦਾ ਆਪਣਾ ਆਪਣਾ ਆ ਜੋ ਪਹਿਲਾਂ ਦੱਸਿਆ ਗਿਆ ਆ ਇੱਕ ਨੇ ਦੱਸ ਦਿੱਤਾ ਸਾਰੇ ਅੱਗੇ ਉਹੀ ਫੋਲੋ ਕਰਦੇ ਆ ਰਹੇ ਆ ਹਮ ਉਹਨਾਂ ਨੇ ਕਦੀ ਇਹ ਨਹੀਂ ਕਿਹਾ ਕਿ ਇਹਨੂੰ ਵਿਚਾਰੀਏ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਪੜੀਏ ਨਾਹੀਂ ਭੇਦ ਬੂਝੀਏ ਪਾਵਣਾ ਹਮ ਡਿੱਠੇ ਮੁਕਤ ਨਾ ਹੋਵੇ ਜਿੱਥੇ ਸ਼ਬਦ ਨਾ ਕਰੇ ਵਿਚਾਰ ਦੇਖਿਆ ਮੁਕਤੀ ਨਹੀਂ ਹੈਗੀ ਜਦ ਤੱਕ ਸ਼ਬਦ ਨੂੰ ਵਿਚਾਰਿਆ ਹੀ ਨਹੀਂ ਹੈਗਾ ਪਰ ਇਹ ਨਹੀਂ ਭੇਦ 부ਜੀ ਪਾਵਣਾ ਹਨਾ ਉਹ ਇੱਕ ਨੇ ਪੜਾਤਾ ਅੱਗੇ ਪੜਦੇ ਆ ਰਹੇ ਆ ਆਪਾਂ ਪੜੂਗੇ ਨਾਲ ਅਮਲ ਕਰਨਾ ਹਨਾ ਅਮਲ ਮਤਲਬ ਉਹ ਕਹਿੰਦੇ ਕੀ ਪਏ ਨੇ ਹਰ ਕੋਸ਼ਿਸ਼ ਕਰਦਾ ਅਮਲ ਕਰਨ ਦੀ ਹਾਂ ਜਿੰਨਾ ਕਰ ਸਕਦਾ ਕਰਦਾ ਜੀ ਬਾਕੀ ਜਦੋਂ ਜਦੋਂ ਗੁੱਸੇ 'ਚ ਹੁੰਦਾ ਉਦੋਂ ਉਦੋਂ ਉਹ ਰੀਅਲ ਹੁੰਦਾ ਉਹ ਤਾਂ ਭੁੱਲ ਜਾਂਦਾ ਬੰਦਾ ਸਾਰਾ ਕੁਝ ਹੈ ਨਾ ਹਾਂ ਗੁੱਸੇ 'ਚ ਤਾਂ ਗੁੱਸੇ 'ਚ ਤਾਂ ਚੰਗੀਆਂ ਚੀਜ਼ਾਂ ਵੀ ਨਹੀਂ ਚੰਗੀਆਂ ਚੀਜ਼ਾਂ ਵੀ ਬੁਰੀਆਂ ਲੱਗਦੀਆਂ ਗੁੱਸੇ 'ਚ ਕਿੰਨਾ ਮਰਜੀ ਕਿਸੇ ਨੂੰ ਉਸੇ ਮੰਜਾ ਲਓ ਜਦੋਂ ਸਾਹਮਣੇ ਵਾਲਾ ਗੁੱਸਾ ਜੇ ਮੈਂ ਮੰਨ ਲਓ ਮੈਂ ਗੁੱਸੇ 'ਚ ਜੇ ਮੈਂ ਨੂੰ ਕੋਈ ਠੰਡਾ ਕਰਨ ਦੀ ਕੋਸ਼ਿਸ਼ ਕਰੂਗੀ ਇਹ ਨਹੀਂ ਐਨ ਹੁੰਦਾ ਸਮਝ ਨਹੀਂ ਸਮਝਣਾ ਕੋਈ ਵੀ ਨਹੀਂ ਸਮਝਦਾ ਉਹ ਰੂਪ ਜਦੋਂ ਕਿਸੇ ਕੋਲ ਹੁੰਦਾ ਆ ਕੋਈ ਵੀ ਇਨਸਾਨ ਧਰਤੀ ਤੇ ਉਹਦੀ ਕੋਈ ਕਿਸੇ ਕੋ ਵੀ ਨਹੀਂ ਕੰਟਰੋਲ ਦਾ ਕੋਈ ਹੁੰਦਾ ਮਹਾਪੁਰਖ ਹੁੰਦੇ ਆ ਇਹ ਜਿਹੜੇ ਮਹਾਰਾਜ ਸੀਗੇ ਉਹੀ ਸੀਗੇ ਆਪਾਂ ਨਹੀਂ ਹੈਗੇ ਤੁਸੀਂ ਬਾਣੀ ਪੜਦੇ ਹੋ ਮਤਲਬ ਕਾਫੀ ਕੋਟ ਕਰ ਰਹੇ ਹੋ ਹਨਾ ਤੁਸੀਂ ਨਹੀਂ ਜਿੰਨੀ ਨਹੀਂ ਐ ਥੋੜੀ ਦੱਸਣਾ ਹੁੰਦਾ ਨਹੀਂ ਮਤਲਬ ਹੁਣ ਦੱਸਾਂ ਕਿੰਨੀ ਕੀ ਪੜਦੀ ਆ ਹਾਂ ਆਈ ਮੀਨ ਮੈਂ ਚੈਪ ਪਾਠ ਕਰਦੇ ਹਾਂ ਵੀ ਜਾਂ ਮਤਲਬ ਜਿਵੇਂ ਕੋਟ ਕਰ ਰਹੇ ਹੋ ਤੁਸੀਂ ਹਨਾ ਕਾਫੀ ਕੋਟ ਕਰਦੇ ਮੈਂ ਪੜ ਜਦੋਂ ਜੀ ਕਰਦਾ ਪੜ ਲੈਂਦੀ ਆ ਅਮਲ ਕਰਨ ਨੂੰ ਦਿਲ ਕਰਦਾ ਹੁੰਦਾ ਜੇ ਕਿਸੇ ਨੂੰ ਗਿਆਨ ਦੇਣਾ ਹੁੰਦਾ ਉਹ ਆਪਨੀ ਆਪਨੀ ਗਿਆਨ ਰੱਖਣਾ ਹੁੰਦਾ ਗਿਆਨ ਸਿਰ ਬੰਡੜਾ ਹੁੰਦਾ ਆਪ ਦਾ ਅਮਲ ਕੋਈ ਵੀ ਨਹੀਂ ਕਰਦਾ ਹਣਾ ਇਦਾਂ ਆਪਾ ਵੀ ਅਮਲ ਘੱਟ ਕਰੀਦਾ ਹੂੰ ਸਾਹਮਣੇ ਵਾਲੇ ਨੂੰ ਦੱਸਦੀਦਾ ਹੂੰ ਕਿ ਭਾਈ ਇਦਾਂ ਆ ਹਾ ਜਿੰਨਾ ਕੋ ਹੋ ਸਕਦਾ ਕਰੀਦਾ ਬਸ ਇਨਾ ਆ ਕਿ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਕਰੀਦੀ ਹਾ ਕਿ ਜਿੱਥੇ ਚੰਗਾ ਹੋਵੇ ਹੂੰ ਅੱਛਾ ਮਾੜਾ ਤਾਂ ਉਹ ਬੰਦਾ ਹਰ ਕੋਈ ਕਰ ਦਿੰਦਾ ਮਾੜਾ ਤਾਂ ਹੁੰਦਾ ਹੀ ਰਹਿੰਦਾ ਇਹਦੇ ਵਿੱਚ ਅੱਛਾ ਆਪ ਨੂੰ ਮੈਂ ਪੁੱਛਣਾ ਵੀ ਅ ਗੁੱਸਾ ਜਿਵੇਂ ਤੁਸੇ ਗੁੱਸਾ ਆ ਜਾਂਦਾ ਇੰਡਸਟਰੀ ਚ ਕਿਹਦੇ ਕਿਹਦੇ ਤੇ ਗੁੱਸਾ ਬੜਿਆਂ ਤੇ ਜੀ ਕੀ ਤੇ ਹੈ ਨਹੀਂ ਬੜੇ ਆ ਉਹਨਾਂ ਵਿਚਾਰੇ ਨੂੰ ਕੀ ਪਤਾ ਹ ਹੈਗੇ ਨਹੀਂ ਬਥੇਰੇ ਨਹੀਂ ਨਹੀਂ ਇਦਾਂ ਦੇ ਚ ਰੱਖੀਦਾ ਨਹੀਂ ਮਿਲ ਚ ਹੈਗਾ ਹੁਣ ਮੈਂ ਤਾਂ ਰੱਖਦਾ ਹੈਗਾ ਗੁੱਸਾ ਮਤਲਬ ਉਹਨਾਂ ਨੇ ਉਹਨਾਂ ਨੂੰ ਕੁਝ ਕਹਿੰਦਾ ਥੋੜੀ ਹੈਗਾ ਮੈਂ ਹੂੰ ਉਹਨੂੰ ਕਿਹਾ ਹੀ ਨਹੀਂ ਕਿਸੇ ਨੂੰ ਵੀ ਕੁਝ ਵੀ ਗੁੱਸਾ ਤਾਂ ਸੀਗਾ ਉਹਨਾਂ ਨੇ ਚੰਗਾ ਨਹੀਂ ਕੀਤਾ ਹੂੰ ਹੈਨਾ ਜਿਨ੍ਹਾਂ ਨੇ ਚੰਗਾ ਨਹੀਂ ਕੀਤਾ ਉਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਚੰਗਾ ਨਹੀਂ ਕੀਤਾ ਹੈਗਾ ਅਸਲ ਚ ਹਰੇਕ ਇਨਸਾਨ ਨੂੰ ਪਤਾ ਹੁੰਦਾ ਆਪਣਾ ਕਿ ਮੈਂ ਕਿੱਥੇ ਚੰਗਾ ਆ ਕਿੱਥੇ ਬੁਰਾ ਆ ਹੂੰ ਉਹ ਤਾਂ ਡਿਫੈਂਸ ਮੈਕੈਨਿਜ਼ਮ ਹੁੰਦੀ ਆ ਆਪਣੇ ਆਪ ਨੂੰ ਬਚਾਉਣ ਦਾ ਤਰੀਕਾ ਹੁੰਦਾ ਹਰ ਇੱਕ ਬੰਦੇ ਕੋਲ ਹੋਏਗਾ ਕਿ ਮੈਂ ਆਪਣੇ ਬਚਾ ਲਈ ਆਹਾ ਬੋਲਾਂ ਕਿਉਂਕਿ ਜੀ ਮੈਂ ਤੁਹਾਡੇ ਤੁਹਾਡੀ ਮੇਰੀ ਲੜਾਈ ਚੱਲਦੀ ਮੰਨ ਲਓ ਹੂੰ ਤੁਸੀਂ ਡਿਫੈਂਸ ਚ ਆਪਣੇ ਸਭ ਤੋਂ ਲੋਕਾਂ ਨੂੰ ਦੱਸਣੇ ਆ ਮੈਂ ਆਪਣੇ ਦੱਸਣੇ ਆ ਜੀ ਜੀ ਬਿਲਕੁਲ ਜਿਨ੍ਹਾਂ ਨੂੰ ਦੱਸ ਰਿਹਾ ਉਹਨਾਂ ਨੂੰ ਬੈਕ ਸਟੋਰੀ ਪਤਾ ਹੀ ਨਹੀਂ ਗੱਲ ਕਿੱਥੋਂ ਹੋਈ ਫਿਰ ਆਪਾਂ ਇੱਕ ਦੂਜੇ ਨਾਲ ਅੱਧੇ ਤੁਹਾਡੇ ਪੱਖ ਦੇ ਹੋ ਜੂਗੇ ਅੱਗੇ ਮੇਰੇ ਪੱਖ ਦੇ ਹੋਊਗੇ ਜਿਵੇਂ ਮੈਂ ਤੁਹਾਨੂੰ ਇੱਕ ਦੱਸਦਾ ਮੇਰੇ ਇੱਕ ਵਾਰ ਮੇਰਾ ਦੋਸਤ ਸੀਗਾ ਉਹਦੀ ਕਿਸੇ ਨਾਲ ਲੜਾਈ ਹੋਈ ਜੀ ਜਿਹਦੇ ਨਾਲ ਲੜਾਈ ਹੋਈ ਉਹਦਾ ਵੀ ਦੋਸਤ ਸੀਗਾ ਹੂੰ ਉਹਨੇ ਕਿ ਮੇਰੀ ਫਲਾਣ ਨੇ ਐਂ ਕੀਤਾ ਮੇਰੇ ਨਾਲ ਹੂੰ ਹੂੰ ਉਹ ਕਿਤੇ ਮੈਨੂੰ ਟੱਕਰਿਆ ਮੈਂ ਕਿਹਾ ਹਾਂ ਓਏ ਤੂੰ ਤਾਂ ਐਂ ਕੀਤਾ ਸੀਗਾ ਹਾਂ ਕਹਿੰਦਾ ਭਾਈ ਤੈਨੂੰ ਗੱਲ ਦਾ ਪਤਾ ਹੂੰ ਕੀ ਹੋਈ ਸੀਗੀ ਮੇਰੇ ਕਿਉਂਕਿ ਉਹਨੇ ਮੈਨੂੰ ਗੱਲ ਨਹੀਂ ਸੀ ਦੱਸੀ ਹੈਗੀ ਉਹ ਤਾਂ ਸਿਰਫ ਇੰਨਾ ਦੱਸਿਆ ਕਿ ਉਹ ਮੈਨੂੰ ਐਵੇਂ ਕਾ ਕਹਿ ਕੇ ਚਲਾ ਗਿਆ ਜੀ ਤਾਂ ਕਿ ਬੰਦੀ ਲੈ ਕੇ ਆਇਆ ਸੀ ਮੈਨੂੰ ਕੁੱਟਣ ਲਈ ਹੂੰ ਐਵੇਂ ਸੀਗਾ ਉਹ ਮੈਨੂੰ ਕਿਤੇ ਟੱਕਰਿਆ ਤਾਂ ਮੈਂ ਉਹਨੂੰ ਕਹਿਤਾ ਮੈਂ ਹਾਂ ਓਏ ਤੂੰ ਉਹਨੂੰ ਕੁੱਟਣ ਗਿਆ ਸੀਗਾ ਐਦਾਂ ਕੀਤਾ ਕਿੰਨਾ ਭਾਈ ਤੁਹਾਨੂੰ ਗੱਲ ਦਾ ਪਤਾ ਉਦੋਂ ਮੈਨੂੰ ਪਤਾ ਲੱਗਾ ਭਾਈ ਇਦਾਂ ਨਹੀਂ ਕਿਹਾ ਜਾਇਦਾ ਕਿਸੇ ਨੂੰ ਵੀ ਮੈਂ ਤਾਂ ਉਹ ਉਦੀ ਗੱਲ ਸੁਣੀ ਸੀ ਕਿ ਉਹਨੂੰ ਕਹਿਤਾ ਟੱਕਰਿਆ ਕਿ ਭਾਈ ਤੂੰ ਕਿਉਂ ਕੀਤਾ ਇਦਾਂ ਮੈਂ ਸਿੱਧਾ ਕਿਹਾ ਹਾਂ ਓਏ ਤੂੰ ਇਦਾਂ ਕੀਤਾ ਸੀਗਾ ਤੈਨੂੰ ਕਦੇ ਬੁਲਾਵਾਂ ਮੈਂ ਹਾਂ ਨਾ ਪਰ ਉਹ ਕਹਿੰਦਾ ਭਾਈ ਤੁਹਾਨੂੰ ਗੱਲ ਦਾ ਪਤਾ ਉਹਨੂੰ ਅੱਗੇ ਮੁੰਡੇ ਨੇ ਗੱਲ ਕਹੀ ਮੈਨੂੰ ਬੜੀ ਵਧੀਆ ਲੱਗੀ ਕਿ ਹਾਂ ਭਾਈ ਕਹਿੰਦਾ ਤੁਹਾਨੂੰ ਪੂਰੀ ਗੱਲ ਦਾ ਪਤਾ ਫੇ ਐਵੇਂ ਹੀ ਹੁੰਦਾ ਅਸਲ 'ਚ ਜਦੋਂ ਅਸੀਂ ਕਿਤੇ ਕਮੈਂਟਿੰਗ ਕਰਨ ਲੱਪਨੇ ਆ ਦੂਜੇ ਬੰਦੇ ਨੂੰ ਸਾਹਮਣੇ ਵਾਲੇ ਦਾ ਪਤਾ ਹੀ ਨਹੀਂ ਤੁਹਾਨੂੰ ਸਟੋਰੀ ਹੀ ਨਹੀਂ ਪਤਾ ਪੂਰੀ ਹਾਂ ਉਹ ਕਿੱਥੋਂ ਚੱਲੀ ਆ ਕਿਵੇਂ ਹਾਲਾਤਾਂ ਚ ਗਿਆ ਉਹਨੇ ਕੀ ਕੀਤਾ ਹੁਣ ਮੈਂ ਆਪਣਾ ਪੱਖ ਦੱਸ ਦਿੱਤਾ ਕਿ ਮੇਰੇ ਨਾਲ ਇਹਨੇ ਮਾਰਾ ਕੀਤਾ ਪਰ ਤੁਸੀਂ ਵੀ ਆਪਣਾ ਦੱਸੋ ਕਿ ਇਹਨੇ ਵੀ ਮਾਰਾ ਕੀਤਾ ਹਮ ਜਦ ਕਿ ਇੱਕ ਦੂਜੇ ਲਈ ਪਹਿਲਾਂ ਚੰਗੇ ਸੀਗੇ ਆਪਾਂ ਹਮ ਜਦੋਂ ਤੂੰ ਤੂੰ ਮੈਂ ਮੈਂ ਹੋ ਗਈ ਉਦੋਂ ਅਸੀਂ ਪਬਲਿਕ ਇਨਵੋਲਵ ਕਰ ਲਈ ਹਮ ਉਦੋਂ ਆਪਸ ਵਿੱਚ ਸਲਾਹ ਨਹੀਂ ਕੀਤੀ ਮੈਂ 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 ਨਾ ਕਿਸੇ ਵਕੀਲ ਕੋਲੇ ਬੈਠਾ ਥੋੜੇ ਤੋਂ ਪਹਿਲਾਂ ਹਾਂਜੀ ਕੋਈ ਗੱਲ ਚੱਲੀ ਹਮ ਅ ਮੈਨੂੰ ਆਂਦੇ ਵੀ ਕਹਿੰਦੇ ਯਾਰ ਨਾ ਵੀ ਸਾਡੇ ਵਾਲਾ ਭਾਈਚਾਰਾ ਇਕੱਠਾ ਹੈ ਕਹਿੰਦੇ ਇੱਕ ਵਕੀਲ ਨੂੰ ਕੋਈ ਕੁਝ ਕਹਿ ਦੇਣਾ ਮਿੰਟ ਚ ਸਾਰੇ ਇਕੱਠੇ ਹੋ ਜਾਂਦੇ ਆ ਕਹਿੰਦੇ ਤੁਹਾਡੇ ਜਰਨਲਿਸਟ ਨਹੀਂ ਹੁੰਦੇ ਕਹਿੰਦੇ ਆ ਕਲਾਕਾਰਾਂ ਦਾ ਮੈਂ ਵੇਖਿਆ ਕਲਾਕਾਰ ਨਹੀਂ ਹੁੰਦੇ ਹਾਂਜੀ ਹਨਾ ਐ ਕਿਉਂ ਆ ਕਿਉਂ ਕਲਾਕਾਰ ਇਹ ਨਾ ਕਲਾਕਾਰ ਨਹੀਂ ਹੈਗੇ ਕਿਉਂਕਿ ਉਹ ਕਲਾਕਾਰ ਨਹੀਂ ਹੂੰ ਕਲਾਕਾਰ ਨਹੀਂ ਹੈਗੀ ਹੂੰ ਕਲਾ ਕਰਦੀ ਆ ਹੂੰ ਹੈਨਾ ਕਲਾਕਾਰ ਨੇ ਇਨੀ ਕਲਾਕਾਰ ਮੈਂ ਕਲਾਕਾਰ ਆਇਆ ਮੈਨੂੰ ਕਿ ਇੱਕ ਮੇਰਾ ਦਸਤ ਮੇਰਾ ਮਿੱਤਰ ਵੀ ਇਹ ਕਹਿੰਦਾ ਸੀਗਾ ਹਾਂ ਤੁਹਾਡੇ ਕਲਾਕਾਰ ਐ ਹੁੰਦੇ ਆ ਮੈਂ ਕਿਹਾ ਉਹ ਹੋਣਗੇ ਮੈਂ ਕਲਾਕਾਰ ਆਇਆ ਹੂੰ ਮੈਂ ਕਲਾਕਾਰ ਘਟ ਕਲਾਕਾਰ ਆਇਆ ਹੈ ਹੈਨਾ ਕਲਾਕਾਰ ਪਤਾ ਨਹੀਂ ਕਲਾਕਾਰ ਉਹਨਾਂ ਕੋ ਕਲਾ ਹੋਊ ਮੇਰੇ ਕੋ ਮੈਨੂੰ ਐ ਲੱਗਦਾ ਵੀ ਮੈਨੂੰ ਸਿਰਫ ਚਾਹ ਆ ਜੀ ਮੈਨੂੰ ਸੋਣਾ ਮੈਂ ਫੋਟੋ ਫੋਟੋਆਂ ਖਿੱਚਣ ਚ ਤਾਂ ਆਇਆ ਕਿਉਂਕਿ ਵੀਡੀਓਜ਼ ਫਿਲਮ ਪਹਿਲਾਂ ਮੈਂ ਫੋਟੋ ਖਿੱਚਦਾ ਫਿਰ ਮੈਨੂੰ ਲੱਗਾ ਵੀ ਵੀਡੀਓ ਵੀ ਬਣਾ ਲਵਾਂ ਕਿ ਸਮੇ ਨੂੰ ਸਾਂਭ ਲਈਏ ਉਹ ਕਿਤੇ ਕਿਉਂਕਿ ਇਹ ਕਿਤਨਾ ਦੇ ਰੈਫਰੈਂਸ ਬਣ ਜਾਣਗੇ ਕਿਉਂਕਿ ਹੁਣ ਮੈਨੂੰ ਪਤਾ ਹੀ ਨਹੀਂ ਹੈਗਾ ਜੀ ਮੈਂ ਪੁਰਾਣੇ ਆਪਣੇ ਯੁੱਧਿਆਂ ਦੀਆਂ ਫਿਲਮਾਂ ਬਣਾਉਣਾ ਚਾਹਣਾ ਉਦੋਂ ਕੈਮਰੇ ਨਹੀਂ ਹੁੰਦੇ ਸੀਗੇ ਹਾਂ ਨਾ ਜੀ ਹੁਣ ਮੈਂ ਦੇਖਣਾ ਚਾਹਣਾ ਫਿਲਮਾਂ ਮੇਰਾ ਅਸਲ ਮੁੱਦਾ ਮੇਰੇ ਇਹ ਹੈ ਮੈਂ ਫਿਲਮਾਂ ਬਣਾਉਣਾ ਚਾਹਣਾ ਉਹ ਹੋ ਜੀਆਂ ਜਿਹੜੀਆਂ ਯੁੱਧਿਆਂ ਦੀ ਜਿਵੇਂ ਇੰਗਲਿਸ਼ ਫਿਲਮਾਂ ਬਣਾਉਂਦੇ ਆ ਉਹ ਐਂ ਲੱਗਦਾ ਕਿਤੇ ਵਾਪਰਿਆ ਹੁੰਦਾ ਉਹਨਾਂ ਦੀ ਫਿਲਮਾਂ ਇੰਨੀ ਐ ਡਿਟੇਲਡ ਹੁੰਦੀ ਹਣਾ ਜੀ ਉਹ ਸਾਡੇ ਜਿਹੜੀ ਯੋਧੇ ਸੀ ਜੰਗਾ ਲੜਦੇ ਸੀ ਉਹ ਕਿਵੇਂ ਦੇ ਹੁਣ ਉਹ ਤਾਂ ਬਣਾਈ ਜਾਂਦੇ ਆ ਅਸੀਂ ਵੀ ਬਣਾਈਏ ਆ ਪਾਕ ਨਕਲੀ ਨਕੀ ਜੇ ਬਣਾਈ ਜਾਂਦੇ ਆ ਹਣਾ ਨਕਲੀ ਬਣਾਉਂਦੇ ਰਹਿੰਦੇ ਆ ਮੈਂ ਕੁਝ ਮੈਂ ਰੀਅਲ ਰੀਅਲਿਸਟਿਕ ਹਣਾ ਸਵਾਲ ਕਰੂੰਗਾ ਜਿਵੇਂ ਪਿਛਲੇ ਦਿਨੀ ਤੁਹਾਡੀ ਮੂਵੀ ਆਈ ਹਣਾ ਰਜ਼ਾਏਸ਼ਕਾ ਉਹਨੂੰ ਸ਼ੋ ਨਹੀਂ ਮਿਲਿਆ ਕੋਈ ਆਈ ਨਹੀਂ ਅਜੇ ਆਈ ਨਹੀਂ ਹਾਂ ਮਤਲਬ ਹਲੇ ਰਿਲੀਜ਼ ਨਹੀਂ ਹੋਈਗੀ ਹਣਾ ਰਿਲੀਜ਼ ਕਰਨੀ ਸੀ 8 ਤਰੀਕ ਨੂੰ ਤੁਸੀਂ ਬਟ ਉਹ ਰਿਲੀਜ਼ ਨਹੀਂ ਕੀਤੀ ਸ਼ੋ ਨਹੀਂ ਮਿਲਿਆ ਕਿਉਂਕਿ ਹਾਂ ਜੀ ਜਿਵੇਂ ਇੱਕ ਇੱਕ ਇਹ ਹੁੰਦਾ ਵੀ ਜਿਵੇਂ ਜਿਹੜੀ ਤੁਹਾਡੀ ਆਡੀਅנס ਹੁੰਦੀ ਹੈ ਜਿਹੜੀ ਤੁਹਾਡੀ ਪੱਕੀ ਆਡੀਅנס ਆ ਉਹ ਦੇਖ ਰਹੀ ਆ ਹਾਂ ਜੀ ਜਾਂ ਜਿਹੜੀ ਇਹ ਸ਼ੋ ਦੀ ਆਡੀਅנס ਆ ਜਾਂ ਚੈਨਲ ਦੀ ਆਡੀਅנס ਆ ਵੀ ਉਹ ਦੇਖ ਰਹੀ ਹੁੰਦੀ ਆ ਵੀ ਹਾਂ ਵੀ ਮਤਲਬ ਹਰ ਫਾਰਮਰ ਇੱਕ ਸੈਲੀਬ੍ਰਿਟੀ ਆ ਹਾਂ ਜੀ ਬਟ ਹਾਂ ਕਿਸੇ ਨੂੰ ਰੈਲਿਟੀ ਨਹੀਂ ਪਤਾ ਹੁੰਦੀ ਵੀ ਹਾਂ ਬੈਕ ਫੁੱਟ ਤੇ ਕੀ ਚੱਲ ਰਿਹਾ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਵੀ ਬੰਦਾ ਕਿੰਨੀ ਸਟਰਗਲ ਕਰ ਰਿਹਾ ਮੈਂ ਕਦੀ ਆਪਣੇ ਮਨ ਨੂੰ ਸੈਲੀਬ੍ਰਿਟੀ ਨਹੀਂ ਮੰਨਦਾ ਜੀ ਮੈਂ ਇਹੀ ਫਿਰਦਾ ਰਹਿਣਾ ਹਾਂ ਸੈਲੀਬ੍ਰਿਟੀ ਨਹੀਂ ਮੈਂ ਬਟ ਲੋਕਾਂ ਲਈ ਤਾਂ ਤੁਸੀਂ ਹੁੰਨੇ ਹਾਂ ਹਾਂ ਉਹਨਾਂ ਲਈ ਤਾਂ ਹਰੇਕ ਕਿਉਂਕਿ ਦੂਰ ਬੈਠੇ ਹਨ ਉਹਨਾਂ ਨੂੰ ਐਂ ਲੱਗਦਾ ਕਿ ਉਹ ਆ ਬਟ ਇਦਾਂ ਕੋਈ ਵੀ ਨਹੀਂ ਹੁੰਦਾ ਹੈ ਨਹੀਂ ਮੁਹਾਲੀ 'ਚ ਜਿਹੜੇ ਨੇੜੇ ਵੀ ਬੈਠੇ ਆ ਉਹਨਾਂ ਨੂੰ ਵੀ ਲੱਗਦਾ ਮਤਲਬ ਜਿਹੜੇ ਰੋਜ਼ ਮਿਲਦੇ ਵੀ ਨੇ ਕੋਈ ਸੁਣਾ ਸਾਹ ਮਿਲ ਗਿਆ ਤੁਹਾਨੂੰ ਜਾਂ 3 ਵੀ 2 ਜਾਂ ਕਿਸੇ ਮਾਰਕਟ 'ਚ ਮਿਲ ਗਿਆ ਹਮੇ ਉਹੀ ਦੱਸਣਾ ਕਿ ਮੈਂ ਆਪਣੇ ਆਪ ਨੂੰ ਨਹੀਂ ਮੰਨਦਾ ਮੈਂ ਸੋਸ਼ਲ ਮੀਡੀਆ ਮੇਰੇ ਹੈਗਾ ਅਸਲ 'ਚ ਸੋਸ਼ਲ ਮੀਡੀਆ ਤੇ ਤੁਹਾਡੀ ਉਹ ਕਾਊਂਟਿੰਗ ਤੋਂ ਚੈੱਕ ਕਰਦੇ ਆ ਕਿ ਤੁਸੀਂ ਕਿੱਡੇ ਵੱਡੇ ਆ ਹਾਂ ਹਣਾ ਵੱਡਾ ਤਾਂ ਹਰ ਇੱਕ ਇਨਸਾਨ ਹੈ ਉਹ ਤਾਂ ਆਪਣੇ ਆਪ ਨੂੰ ਮੰਨਣ ਦੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਮੰਨਦੇ ਕਿ ਨਹੀਂ ਮੰਨਦੇ ਅਸੀਂ ਦੂਜਿਆਂ ਨੂੰ ਮੰਨਣ ਲੱਪਨੇ ਕਿ ਉਹ ਵੱਡਾ ਜਾਂ ਕਿ ਮੰਨਣਾ ਆਏ ਸੀਗਾ ਕਿ ਅਸੀਂ ਵੱਡੇ ਹਾਂ ਕਿਉਂਕਿ ਸਿੰਗਲ ਆਇਡੈਂਟੀਟੀ ਹਰ ਕੋਈ ਵੱਡੀ ਆ ਬਿਲਕੁਲ ਜੀ ਕਿਸੇ ਹਰ ਇੱਕ ਹਰ ਕੋਈ ਆਪਣੇ ਧਾਰੇ ਚ ਵੱਡਾ ਆ ਜਿੰਨਾ ਵੀ ਉਹਦਾ ਦਾਇਰਾ ਆ ਹੂੰ ਉਹਦੀ ਮੁਕਤ ਹੁੰਦੀ ਆ ਉਹ ਕਿਸੇ ਵੀ ਤੁਸੀਂ ਜਰਨਲਿਸਟ ਹੋ ਤੁਹਾਡੇ ਦਾਇਰੇ ਚ ਤੁਹਾਨੂੰ ਪਤਾ ਜਾਂ ਜਾਣਦੇ ਨਾ ਹੂੰ ਤੁਹਾਡੇ ਇੱਕ ਕੰਮ ਦੀ ਤੁਹਾਡੇ ਇਸ ਦੀ ਕਦਰ ਆ ਹਰ ਇੱਕ ਬੰਦੇ ਦੀ ਜਿੰਨਾ ਦਾਇਰਾ ਹੁੰਦਾ ਉਹਦੀ ਕਦਰ ਹੁੰਦੀ ਬਾਹਰ ਆਊਟ ਆਫ ਦਾਰੇਜ ਤਾਂ ਹਰ ਕੋਈ ਕਹਿੰਦਾ ਐਵੇਂ ਆਏ ਐਵੇਂ ਆਏ ਆਪਾਂ ਕਹ ਅਖਾਣ ਬਣਾ ਦੇ ਗੱਲਾਂ ਬਣਾਉਨੇ ਆ ਹੱਸਦੇ ਆ ਠਾਕੇ ਲਉਨੇ ਉਹ ਤਾਂ ਉਹਨਾਂ ਦਾ ਕੰਮ ਆ ਉਹ ਐਂਟਰਟੇਨਮੈਂਟ ਆ ਅੰਟਿਲ ਨਾਲ ਸੇ ਤੁਹਾਨੂੰ ਕੋਈ ਇੰਟੈਂਸ਼ਨਲੀ ਮਤਲਬ ਜਾਣ ਬੁੱਝ ਕੇ ਨਾ ਹੋ ਮਜ਼ਾਕ ਤੁਹਾਡਾ ੜਾਇਆ ਜਾਵੇ ਉਹ ਹੁੰਦਾ ਜੇ ਕੋਈ ਉ ਅਨ ਇੰਟੈਂਸ਼ਨਲ ਜਾਂ ਮਤਲਬ ਉਹੀ ਹਾਸੇ ਠੱਟੇ ਲਈ ਕੋਈ ਤੁਹਾਡਾ ਉਹ ਤਾਂ ਐਵੇਂ ਆ ਹਾਂ ਹਾਂ ਅਸਲ 'ਚ ਹੁਣ ਮੈਂ ਤੁਹਾਡੇ ਬਾਰੇ ਤੇ ਗੱਲ ਕਰਦਾ ਹੋਵਾਂ ਬਾਹਰ ਕਿਸੇ ਨੂੰ ਮਜ਼ਾਕ ਲਈ ਹੈ ਨਾ ਉਹ ਇੰਟੈਂਸ਼ਨਲ ਆ ਜਾਣ ਬੁੱਝ ਕੇ ਆ ਕਿ ਉਹੀ ਆ ਇੱਕ ਹੁੰਦਾ ਨਾ ਮਿੱਤਰਤਾ ਤਾਂ ਪਤਾ ਹੀ ਹੁੰਦਾ ਕਿ ਬੰਦਾ ਇਹ ਮਜ਼ਾਕ ਕਰਦਾ ਜੇ ਇਹ ਮਜ਼ਾਕ ਅੜ ਮੁਖੌਲ ੜਾਊਗਾ ਉਹ ਵੱਖਰੀ ਗੱਲ ਹੁੰਦੀ ਆ ਇੱਕ ਜਾਣ ਬੁੱਝ ਕੇ ਉਹ ਵੱਖਰੀ ਗੱਲ ਹੁੰਦੀ ਆ ਐਵੇਂ ਆ ਮੈਂ ਕਿਹੜੀ ਗੱਲ ਕਰਦਾ ਸੀ ਭੁੱਲ ਗਿਆ ਆਪਾਂ ਗੱਲ ਕਿੱਥੇ ਸੀਗੀ ਆਪਾਂ ਹਾਂ ਸੈਲੀਬ੍ਰਿਟੀ ਗੱਲ ਕਰ ਰਹੇ ਸੀਗੇ ਵੀ ਮਤਲਬ ਲੋਕ ਇਹ ਸੋਚਦੇ ਹੁੰਦੇ ਆ ਵੀ ਯਾਰ ਇਹ ਸੈਲੀਬ੍ਰਿਟੀ ਆ ਹਨਾ ਇਹ ਘੈਂਟ ਆਏ ਆ ਪਰ ਆਹ ਬੈਕਫਰਟ ਤੇ ਜਿਵੇਂ ਸਟਰਗਲ ਬਹੁਤ ਚੱਲ ਰਹੀ ਹੁੰਦੀ ਜਿਵੇਂ ਸ਼ੋ ਨਹੀਂ ਮਿਲੇ ਮੂਵੀ ਨੂੰ ਹਨਾ ਆਪਾਂ ਗੱਲ ਕਰ ਰਹੇ ਸੀਗੇ ਹਾਂਜੀ ਮੈਂ ਕਲਾਕਾਰ ਜਿਹੜੇ ਸੋਸ਼ਲ ਮੀਡੀਆ ਮੈਂ ਵੀ ਬਣਾਇਆ ਸੀ ਨਾ ਜਦੋਂ ਮੈਂ ਏਸੇ ਲਈ ਬਣਾਇਆ ਸੀਗਾ ਕਿ ਮੈਂ ਆਪਣਾ ਕੰਮ ਦਿਖਾ ਸਕਾਂ ਜਦੋਂ ਮੈਂ ਇੱਥੇ ਕੰਮ ਕੀਤਾ ਪੰਜਾਬ ਚ ਹੂੰ 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 ਕਈਆਂ ਦੇ ਕਲਾਕਾਰਾਂ ਦੇ ਕੰਮ ਕੀਤੇ ਹਾਂਜੀ ਜੀ ਸੁਣ ਰਹੇ ਉਹਨਾਂ ਨੂੰ ਪਤਾ ਆ ਹੂੰ ਉਹਨਾਂ ਨੇ ਮੇਰਾ ਕਦੀ ਕੰਮ ਨਹੀਂ ਸ਼ੇਅਰ ਕੀਤਾ ਹੂੰ ਫਿਰ ਮੈਂ ਆਪਣੀ ਬਣਾ ਲਏ ਕੋਈ ਵੀ ਬਣਾ ਸਕਦੇ ਤਾਂ ਮੈਂ ਵੀ ਬਣਾ ਸਕਦਾ ਕੋਈ ਵੀ ਬਣਾ ਸਕਦਾ ਅੱਜ ਕੱਲ ਤੁਸੀਂ ਦੇਖ ਲਓ ਹਰ ਕੋਈ ਸੋਸ਼ਲ ਮੀਡੀਆ ਤੇ ਬਣਾ ਕੇ ਜਿਹੜਾ ਕੰਮ ਕਰ ਗਿਆ ਉਹ ਛਾ ਗਿਆ ਹੈ ਨਾ ਜੀ ਮੈਂ ਵੀ ਬਣਾਤੇ ਕਿਉਂਕਿ ਮੈਂ ਹੁਣ ਮੇਰੇ ਸੋਸ਼ਲ ਮੀਡੀਆ ਤੇ ਮੈਨੂੰ ਬਹੁਤ ਲੱਖ ਜ਼ੋਰ ਲਾਉਂਦੇ ਭਾਜੀ ਮੇਰਾ ਸ਼ੇਅਰ ਕਰ ਦਿਓ ਮੈਂ ਕਦੀ ਵੀ ਕਿਸੇ ਦਾ ਨਹੀਂ ਕਰਦਾ ਚਾਹੇ ਨਵਾਂ ਚਾਹੇ ਪੁਰਾਣਾ ਕੁਝ ਵੀ ਨਹੀਂ ਹਾਂ ਮੈਂ ਉਹਨਾਂ ਨੂੰ ਕੰਮ ਜ਼ਰੂਰ ਦੇ ਦਿੰਦਾ ਹਾਂ ਜੀ ਕੁ ਮੇਰੇ ਵਾਸਤੇ ਜਿੰਨਾ ਹੁੰਦਾ ਮੈਂ ਕੰਮ ਜ਼ਰੂਰ ਕਰਾ ਲਾ ਲਣਾ ਕੰਮ ਵਿਦੇਵੀ ਦਿਨਾ ਸ਼ੇਰ ਸ਼ੂਰ ਵਾਲਾ ਜਿੱਥੇ ਮੈਂ ਮੈਂ ਮੇਰਾ ਪ੍ਰੋਟੋਕੋਲ ਹੈ ਜੀ ਮੀਆਂ ਸਾਡੇ ਵਾਲਾ ਸ਼ੂ ਕਰਨਾ ਪੈਣਾ ਨਹੀਂ ਮੈਂ ਨਹੀਂ ਮੇਰਾ ਪ੍ਰੋਟੋਕੋਲ ਬਿਹਾਰ ਫਾਰਮਰ ਉਥੇ ਹੋਣਾ ਚਾਹੀਦਾ ਮੌਜੂਦ ਹੋਣਾ ਚਾਹੀਦਾ ਅੱਛਾ ਆਦਰਵਾਇਜ਼ ਮੈਂ ਇਹ ਨਹੀਂ ਕਰੂੰਗਾ ਫਿਰ ਠੀਕ ਹੈ ਮਤਲਬ ਆਪਣੇ ਵਾਲਾ ਹੋ ਜੂਗਾ ਸ਼ੇਰ ਪਤਾ ਨਹੀਂ ਇਹ ਨਹੀਂ ਪਤਾ ਹੈਗਾ ਨਹੀਂ ਆਏ ਕਿਉਂ ਤਾ ਇਹ ਨਹੀਂ ਕੰਫਰਮਡ ਨਹੀਂ ਹੈਗਾ ਨਾ ਕੰਫਰਮ ਨਹੀਂ ਹੈ ਗੱਲ ਸੁਣੋ ਅੱਛਾ ਅੱਗੇ ਤੁਸੀਂ ਪੋਡਕਾਸਟ ਰੀਲੀਜ਼ ਕਰੋਗੇ ਕਿ ਨਹੀਂ ਨਹੀਂ ਕਰਾਂਗੇ ਰੀਲੀਜ਼ ਇਹ ਲਗਾਓ ਕਿ ਯਾਰ ਉਹਨੇ ਸ਼ੇਅਰ ਨਹੀਂ ਕਰਾ ਸੀ ਕੱਟ ਦਈਏ ਇਹਨੂੰ ਨਹੀਂ 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 ਉਹ ਤਾਂ ਫਿਰ ਕਰਾ ਲਾਂਗੇ ਅਸੀਂ ਤੇ ਐਵੇਂ ਹੁੰਦਾ ਹੂੰ ਤਾਂ ਉਹਨਾਂ ਨੇ ਨਹੀਂ ਕੀਤਾ ਫਿਰ ਮੈਂ ਆਪਣੇ ਬਣਾ ਲਏ ਹਰ ਕੋਈ ਬਣਾ ਸਕਦਾ ਇਹਦੇ ਵਿੱਚ ਕੋਈ ਆ ਨਹੀਂ ਮੈਨੂੰ ਕੋਈ ਕਹਿੰਦਾ ਹੁੰਦਾ ਭਾਈ ਕਰ ਦਈ ਮੈਂ ਕਿ ਜਰਾ ਆਪਣੇ ਬਣਾ ਕੇ ਕਰੋ ਹੂੰ ਆਪਦਾ ਬਣਾਉਂ ਕੋਈ ਚੱਕਰ ਨਹੀਂ ਹੈਗਾ ਮੈਨੂੰ ਕੋਈ ਪੁੱਛਦਾ ਜਦੋਂ ਵੀ ਕੋਈ ਪੁੱਛਦਾ ਵੀ ਕੈਮਰਾ ਲੈਣਾ ਜਾਂ ਆਹ ਕਰਨਾ ਮੈਂ ਕਹਿੰਦਾ ਆਉ ਤਾ ਗਾ ਪਾਓ ਨਹੀਂ ਤਾਂ ਨਕਰੇ ਬੈਠੋ ਜੇ ਤੁਸੀਂ ਨਹੀਂ ਕਰਨਾ ਤਾਂ ਕਰੇ ਬੈਠੋ ਹਾਂ ਨਾ ਬਹੁਤ ਬੰਦੇ ਕਹਿੰਦੇ ਆ ਮੈਨੂੰ ਇੱਕ ਵਾਰ ਮੁੰਡੇ ਨੇ ਮੈਸੇਜ ਕੀਤਾ ਭਾਜੀ ਮੇਰੀ ਮਦਦ ਕਰੋ ਮੈਂ ਬਹੁਤ ਗਰੀਬ ਪਰਿਵਾਰ ਚੋਂ ਆ ਮੈਂ ਕਹਿੰਦਾ ਤੇਰੇ ਕੋ ਕਿੰਨੀ ਜ਼ਮੀਨ ਹੈ ਕਹਿੰਦਾ ਭਾਜੀ 10 ਕਿੱਲੇ ਕਹਿੰਦਾ ਮੇਰੇ ਕੋ ਚਾਰ ਕਨਾਲੇ ਚਲ ਜਾ ਇੱਥੋਂ ਬਹਾਨੇ ਜਿਨਾ ਘੜ ਮੈਨੂੰ ਬਹਾਨੇ ਘੜਦੇ ਆ ਸਪੋਰਟ ਕਦ ਲਈ ਤੁਸੀਂ ਆਪ ਯਾਰ ਸਾਰਾ ਕੁਝ ਆਪਾ ਅਸੀਂ ਪ੍ਰੋਸੈਸ ਕਰਦੇ ਆ ਪਾਵਰ ਜਿੰਨੀ ਯੂਨੀਵਰਸਿਟੀ ਦੇ ਹਰੇਕ ਬੰਦਾ ਉਹ ਪ੍ਰੋਸੈਸ ਕਰਦਾ ਉਹ ਤੁਹਾਨੂੰ ਜਾਣਨ ਤੇ ਆ ਕੋਈ ਇੰਡਸਟਰੀ ਚ ਕਿਸ ਨੇ ਸਪੋਰਟ ਕੀਤਾ ਜੋ ਤੁਸੀਂ ਆਏ ਜਦੋਂ ਤੂੰ ਮੈਂ ਆਇਆ ਹਾਂ ਨਹੀਂ ਉਹਨਾਂ ਨੇ ਕੰਮ ਕਰਾਇਆ ਪੈਸੇ ਵੀ ਕੱਟ ਦਿੱਤੇ ਤੇ ਸਪੋਰਟ ਵੀ ਨਹੀਂ ਕੀਤੀ ਮੁਰਕੇ ਕੰਮ ਵੀ ਇਹ ਜਦੋਂ ਆਪਣਾ ਉਹਨਾਂ ਨੂੰ ਪਤਾ ਸੀ ਕਿ ਹਾਰਪ ਕੋਲੋਂ ਆਹ ਕੰਮ ਮਿਲਦਾ ਹਾਰਪ ਫੂਕ ਚੀਜ਼ਾਂ ਬਣਾਉਂਦਾ ਆ ਪੰਜਾਬ ਦੀ ਇਹਦੇ ਕੋਲ ਕਰਾ ਲਓ ਹਾਰਪ ਆਪਾਂ ਕਰਾਂਗੇ ਅਗਲੀ ਵਾਰ ਅਗਲੀ ਵਾਰ ਕਦੀ ਨਹੀਂ ਅਗਲੀ ਵਾਰ ਕੋਈ ਸੀ ਹੋਰ ਜਿਹੜੇ ਚੱਕ ਲੋ ਧਰ ਲੋ ਵਾਲੇ ਗੀਤ ਸੀਗੇ ਮੈਂ ਮਿਊਜ਼ਿਕ ਵੀਡੀਓ ਬਣਾਉਣਾ ਹਾਂ ਹੈਨਾ ਉਹ ਤਾਂ ਹੋਰਾਂ ਤੋਂ ਕਰਾਏ ਤੇ ਜਿਹੜੇ ਪੰਜਾਬ ਵਾਲੇ ਸੀਗੇ ਉਹ ਮੈਨੂੰ ਕਹਿੰਦੇ ਸੀਗੇ ਫਿਰ ਅਖੇ ਜੀ ਇਹ ਕਮਰਸ਼ੀਅਲ ਨਹੀਂ ਹੈਗਾ ਮਤਲਬ ਮੈਨੂੰ ਇੱਕ ਕਲਾਕਾਰਾਂ ਦੀ ਇਹ ਗੱਲ ਨਹੀਂ ਸਮਝ ਲੱਗੀ ਕਿ ਜਿਹੜੀ ਲੈਂਗੁਏਜ ਤੋਂ ਤੁਸੀਂ ਖਾਨੇ ਆ ਹੂੰ ਜੇ ਤੁਸੀਂ ਉਹਦਾ ਪ੍ਰੋਜੈਕਟ ਉਸ ਲੈਂਗੁਏਜ ਲਈ ਇੱਕ ਗੀਤ ਕੀਤਾ ਹੂੰ ਮਨੂੰ ਪੰਜਾਬੀ ਬੋਲੀ ਤੇ ਵੀ ਬੂ ਬੋ ਗੀਤ ਨੇ ਜੀ ਗੀਤ ਕੀਤਾ ਉਹ ਕਹਿੰਦੇ ਆ ਕਿ ਇਹ ਕਮਰਸ਼ੀਅਲ ਹੀ ਹੈਗਾ ਚੱਲਣਾ ਨਹੀਂ ਹੈਗਾ ਇਹਦੇ ਲਈ ਘੱਟ ਪੈਸੇ ਲਾਉਣੇ ਆ ਹੂੰ ਜਿਹੜੀ ਲੈਂਗੁਏਜ ਤੋਂ ਤੁਸੀਂ ਇੰਨੀ ਕਮਾਈ ਖਾਨੇ ਆ ਜੇ ਤੁਸੀਂ ਉਹਦੇ ਤੇ 2 4 5 ਲੱਖ ਰੁਪਏ ਵੱਧ ਵੀ ਲਾਤਾ ਜੇ ਤੁਸੀਂ ਉਹਦੇ ਪਰ ਜੇ ਤੁਸੀਂ 10 ਕਰੋੜ ਰੁਪਏ ਸਾਲ ਦਾ ਕਮਾਉਨੇ ਆ ਸਿੰਗਰਸ ਕੋ ਸ਼ੋ ਆ ਜੇ ਤੁਸੀਂ ਉਹਦੇ ਪਰ 10 ਲੱਖ ਵੀ ਲਾ ਦੂਗੇ ਮਾਰਾ ਤਨੀ ਕੁਝ ਉਜਲਾ ਹਮ ਅਰੇ ਉਹ ਲੈਂਗੁਏਜ ਤੋਂ ਖਾਰੇ ਆ ਉਹਨੂੰ ਕਹਿੰਦੇ ਇਹ ਚੱਲਦੇ ਨਹੀਂ ਕਮਰਸ਼ੀਅਲ ਚੱਲਦੇ ਆ ਮੇਰੇ ਕੋਲ ਸਾਰੇ ਫੋਕ ਆ ਮੇਰੇ ਹਾਫ ਆਮ ਪਿਕਚਰ ਚੈਨਲ ਤੇ ਜਾਇਓ ਸਾਰੇ ਫੋਕ ਗਾਣੇ ਆ ਮੈਂ ਸਾਰੀ ਆਪਣੀ ਕਮਾਈ ਹੁਣ ਤੱਕ ਦੀ 10 ਸਾਲ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਸਾਰੇ ਉਹਦੇ ਉੱਪਰ ਲਾਏ ਹੋਇਆ ਕਿਸੇ ਨੇ ਸੁਣੇ ਹੀ ਨਹੀਂ ਪੰਜਾਬ ਦੇ ਨੇ ਨਹੀਂ ਸੁਣੇ ਹਮ ਆਪਾਂ ਕਿ ਇਹਨਾਂ ਨੂੰ ਕਹਾਂਗੇ ਫਿਰ ਪੰਜਾਬੀ ਐਕਸਪੈਕਟ ਕਿਉਂ ਕਰਦੇ ਆ ਵੀ ਹਾਂ ਉਹੀ ਤਾਂ ਗੱਲ ਹੈ ਮੁੱਦਾ ਇਹ ਹੀ ਆ ਕਿ ਆਪਾਂ ਇੱਕ ਪਾਸੇ ਕਹਿੰਦੇ ਅਸੀਂ ਪੰਜਾਬ ਨੂੰ ਸਪੋਰਟ ਕਰਦੇ ਆ ਪੰਜਾਬੀ ਲੈਂਗੁਏਜ ਨੂੰ ਸੁਣਦੇ ਹੈ ਨਹੀਂਗੇ ਮੇਰੇ ਤੁਸੀਂ ਮੇਰੇ ਸੋਸ਼ਲ ਮੀਡੀਆ ਤੇ ਚਲਜੋ ਜਾਂ ਤਾਂ ਮੈਂ ਕਦੀ ਕਿਸੇ ਹੋਰ ਦਾ ਗਾਣਾ ਮੈਂ ਆਪਣੇ ਗੀਤ ਹੀ ਸ਼ੇਅਰ ਕਰਦਾ ਚਾਹੇ ਚੱਲਣ ਚਾਹੇ ਨਾ ਚੱਲਣ ਹਾਂ ਇੱਕ ਆਦੂਕਾ ਹੋਰ ਤਰ੍ਹਾਂ ਦੇ ਉਦਾਂ ਦੇ ਵੀ ਕਰਕੇ ਵੇਖੀ ਹੋਏ ਉਹ ਵੀ ਨਹੀਂ ਚੱਲੇ ਮੇਰੇ ਤੋਂ ਮੈਂ ਉਦਾਂ ਦੇ ਕੀਤੇ ਉਹ ਚੱਲੇ ਹੀ ਨਹੀਂ ਜਿਹੜੇ ਜਿਹੜੇ ਕਰਨੇ ਸੁਣਨ ਵਾਲੇ ਸੀ ਉਹ ਵੀ ਨਹੀਂ ਚੱਲੇ ਜੇ ਮੈਂ ਉਹ ਕਰਤੇ ਕਹਿੰਦੇ ਤੂੰ ਇਹ ਕਾਤੇ ਕਰਦਾ ਹ ਹੁਣ ਮੈਂ ਕਿੱਦਾਂ ਕਰਾਂ ਮੈਨੂੰ ਪਤਾ ਹੀ ਨਹੀਂ ਹੈਗਾ ਮੈਨੂੰ ਆਪ ਨਹੀਂ ਸਮਝ ਲੱਗਦੀ ਮੈਂ ਕਿਹੜਾ ਕੰਮ ਕਰਾਂ ਕਿ ਜਿਹੜਾ ਚੱਲ ਜਵੇ ਫਿਰ ਜੇ ਉਹ ਵੱਡੇ ਕਲਾਕਾਰ ਉਹੋ ਜਿਹੇ ਗੀਤ ਕਰ ਦਿੰਦੇ ਆ ਕਿਸੇ ਨੂੰ ਐਕਸਪਲੋਇਟ ਕਰਕੇ ਕਿਸੇ ਨਵੇਂ ਕਲਾਕਾਰ ਨੂੰ ਐਕਸਪਲੋਇਟ ਕਰਕੇ ਉਹ ਬਹੁਤ ਚੱਲਦੇ ਆ ਹਮ ਮੈਂ ਵੀ ਕੀਤਾ ਮੈਂ ਵੀ ਮੈਂ ਨਵੇਂ ਕਲਾਕਾਰਾਂ ਨੂੰ ਤੋ ਕਰਾਏ ਹੋਏ ਆ ਹਮ ਜਿਹੜਾ ਮੈਨੂੰ ਲੱਗਦਾ ਸੀ ਇਹਦੀ ਵੋਕਲ ਚ ਸੋਹਣਾ ਲੱਗੂ ਮੈਂ ਉਹ ਤੋ ਕਰਾ ਲਿਆ ਜੀ ਕੋਈ ਕਹਿੰਦਾ ਭਾਜੀ ਮੇਰਾ ਗੀਤ ਇਹ ਕਰ ਦੂ ਮੈਂ ਕਰ ਦਿੰਦਾ ਸੀਗਾ ਹਣਾ ਜਿੰਨਾ ਕੁ ਮੇਰੇ ਵਾਸਤੇ ਸੀਗਾ ਜੀ ਮੈਂ ਵਾਅਦਾ ਨਹੀਂ ਕਹਿ ਸਕਦਾ ਕਿ ਮੈਂ ਕਈ ਕਹਿ ਸਕਦੀ ਸਾਡਾ ਵੀ ਨਹੀਂ ਕੀਤਾ ਉਹ ਜਿੰਨਾ ਮੇਰੇ ਵਾਸਤੇ ਹੋ ਸਕੇ ਮੈਂ ਉਨਾ ਕਰ ਸਕਿਆ ਜਿੰਨੇ ਕੁ ਮੇਰੇ ਤੋਂ ਬਣਦਾ ਸਰਦਾ ਸੀ ਮੈਂ ਹਰੇਕ ਦਾ ਕਿਉਂਕਿ ਮੇਰੇ ਕੋ ਪਰਿਵਾਰ ਵੀ ਮੈਂ ਪਰਿਵਾਰ ਵੀ ਪਾਲਣਾ ਆ ਹੁਣ ਪਰਿਵਾਰ ਪਾਲਣੇ ਮੇਰੇ ਗੀਤ ਹੀ ਨਹੀਂ ਚੱਲੇ ਫੇ ਮੈਂ ਕਿਦਾਂ ਪਰਿਵਾਰ ਪਾਲੂਗਾ ਫੇ ਕਿੰਨੀ ਕ ਇਨਵੈਸਟਮੈਂਟ ਕਰੀ ਜਾਊਗਾ ਰੈਵਨਿਊ ਖੂਹ ਭਟਿਆ ਆ ਖੂਹ ਚੋਂ ਪਾਣੀ ਆਊਗਾ ਤਾਂ ਮੈਂ ਪਾਣੀ ਪੜਾਊਗਾ ਬਿਲਕੁਲ ਦੋ ਗਲਾਸਾਂ ਨਾਲ ਮੈਂ ਕੀ ਕਰੀ ਜਾਊਗਾ ਹਮ ਹਨਾ ਜੀ ਤੇ ਉਹ ਆ ਹੁਣ ਇਹ ਪੰਜਾਬ ਵਾਲੇ ਵੀ ਇੱਥੇ ਜ਼ਿੰਮੇਵਾਰ ਨੇ ਕਿ ਤੁਸੀਂ ਆਪਦਿਆਂ ਨੂੰ ਕਦੇ ਨਹੀਂ ਇਹ ਜਿਦਾਂ ਉਹ ਤੁਸੀਂ ਕਹਿੰਦੇ ਰਲਦੇ ਨਹੀਂ ਪੰਜਾਬ ਵਾਲੇ ਵੀ ਨਹੀਂ ਰਲਦੇ ਹੈਗੇ ਜੀ ਹਮ ਇਹ ਆਪਾਂ ਨੂੰ ਅੱਛਾ ਹਾਰਪ ਦੇ ਦੋਸਤ ਕਿਹੜਾ ਕਿਹੜਾ ਦਾ ਮੈਨੂੰ ਕਹਿ ਸਕਦਾ ਮੈਂ ਆ ਆਪਦੇ ਨੂੰ ਕਰਨਾ ਚਾਹੀਦਾ ਹੁੰਦਾ ਜੀ ਹੂੰ 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 ਮੇਰੇ ਗੀਤ ਸੁਣੇ ਤਾਂ ਸਹੀ ਹੂੰ ਹਾਂਜੀ ਹਾਰਪ ਦੇ ਦੋਸਤ ਕੌਣ ਨੇ ਇੰਡਸਟਰੀ 'ਚ ਮੇਰੇ ਦੋਸਤ ਹੂੰ ਦੋ ਚਾਰ ਨੇ ਹੈਗੇ ਨਹੀਂ ਕੌਣ ਕੌਣ ਉਹ ਪਰਮੇਸ਼ਰ ਮੇਰਾ ਦੋਸਤ ਹੈਗਾ ਜੀ ਹੂੰ ਹੂੰ ਉਹ ਮੇਰ ਨਾਲ ਮੈਂ ਉਹਨੂੰ ਕਹਿਣਾ ਕੁਝ ਕਰਨ ਨੂੰ ਕਰਦਾ ਉਹ ਮੇਰ ਨਾਲ ਹੂੰ ਇੱਕ ਦੋ ਹੋਰ ਹੋਣਗੇ ਉਹਨਾਂ ਦੇ ਨਾਂ ਨੂੰ ਜ਼ਰੂਰੀ ਨਹੀਂ ਹੈਗੇ ਕਿਉਂਕਿ ਉਹ ਮਨਾ ਵੀ ਕਰਦੇ ਦੀ ਮੈਂ ਅਸਲ ਚ ਕਿਸੇ ਨੂੰ ਪੁੱਛਦਾ ਨਹੀਂ ਹੈਗਾ ਜੀ ਹੂੰ ਕਿਸੇ ਕੰਮ ਲਈ ਮੈਂ ਕਿੰਨੇ ਆ ਦੇ ਕੰਮ ਕੀਤੇ ਆ ਜਦੋਂ ਮੈਂ ਪੁੱਛਣਾ ਉਹਨਾਂ ਨੂੰ ਜੀ ਉਹਨਾਂ ਨੇ ਨਾ ਕਰਤੀ ਉਹ ਫਿਰ ਮੇਰਾ ਰੂਪ ਦੂਜਾ ਉਹ ਜਿਹੜਾ ਘੂਰੀ ਵਾਲਾ ਮੇਰਾ ਰੂਪ ਉਹ ਆ ਹਟ ਹੋ ਜਾਂਦਾ ਫਿਰ ਮੈਂ ਗਾਲੂ ਗਾਲੀ ਅੱਛਾ ਸਿੱਧੇ ਹੀ ਗਾਲੂ ਗਾਲੀ ਆ ਮੈਂ ਹੂੰ ਜੇ ਦੇ ਕਹਿੰਦੇ ਨਾ ਗਾਲਾ ਮੈਂ ਤਾਂ ਕੀਤਾ ਸੀ ਤੂੰ ਨਹੀਂ ਕਰਦਾ ਨਹੀਂ ਕੀਤਾ ਕਰਦਾ ਨਹੀਂ ਮਤਲਬ ਯਾਰ ਇਹ ਤਾਂ ਕਰਨਾ ਪੈਣਾ ਆ ਹੂੰ ਕੈਪਸ ਰਿਸਪੌਂਸਿਬਿਲਟੀ ਬੰਡ ਉਹ ਇਹ ਸ਼ੂਰ ਇਹ ਤਾਂ ਮਸਟ ਆ ਹੂੰ ਇਹ ਤਾਂ ਬਿਨਾ ਪੁੱਛੇ ਹੋਣਾ ਚਾਹੀਦਾ ਹੂੰ ਹਨਾ ਜੀ ਇਹ ਤਾਂ ਬਿਨਾ ਪੁੱਛੇ ਵਾਲੀ ਗੱਲ ਆ ਤੁਹਾਨੂੰ ਐ ਲੱਗਦਾ ਵੀ ਤੁਸੀਂ ਜ਼ਿਆਦਾ ਐਕਸਪੈਕਟ ਕਰਦੇ ਹੋ ਮਤਲਬ ਇੰਡਸਟਰੀ ਐਦਾਂ ਨਹੀਂ ਹੁੰਦੀਗੀ ਜਾਂ ਪੋਲਿਟਿਕਸ ਐਦਾਂ ਨਹੀਂ ਹੁੰਦੀ ਨਹੀਂ ਮੈਨੂੰ ਇੰਡਸਟਰੀ ਦਾ ਨਹੀਂ ਪਤਾ ਕਿਉਂਕਿ ਮੈਂ ਤਾਂ ਕਰਦਾ ਆ ਮੈਨੂੰ ਕਿਸੇ ਨੇ ਕਿਹਾ ਭਾਜੀ ਆ ਕਰ ਦੂ ਮੈਂ ਕਰ ਦਿੱਤਾ ਜਦੋਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕੀਤਾ ਨਹੀਂ ਹੈਗਾ ਮੈਂ ਬਹੁਤ ਵੱਡੇ ਵੱਡੇ ਨਾਮ ਨੇ ਇਹ ਹਰ ਨੂੰ ਐਂ ਲੱਗਦਾ ਵੀ ਵੱਡੇ ਮਤਲਬ ਚੋਟੀ ਦੇ ਕਲਾਕਾਰ ਨੇ ਉਹਨਾਂ ਦੇ ਉਹਨਾਂ ਦੇ ਇੱਕ ਬੋਲੇ ਤੇ ਮੇਰਾ ਸਾਰਾ ਕੁਝ ਸ਼ੋਅ ਮਿਲ ਜਾਣੇ ਸੀ ਮੈਨੂੰ ਕੋਈ ਵੀ ਨਹੀਂ ਬੋਲਿਆ ਉਹਨਾਂ ਦੇ ਇੱਕ ਬੋਲੇ ਤੇ ਸ਼ੋਅ ਮਿਲਨੇ ਚਾਹੀਦੇ ਆ ਐਡੇ ਵੱਡੇ ਨਾਮ ਵੀ ਹੈਗੇ ਨੇ ਤੁਸੀਂ ਐਡੇ ਵੱਡੇ ਨਾਮ ਹੈ ਪੰਜਾਬ ਦੇ ਉਹ ਇਹਨਾਂ ਦੇ ਇੱਕ ਬੋਲ ਤੇ ਹੋ ਜਾਣਾ ਮੈਨੂੰ ਫਿਰ ਵੀ ਬੋਲਣਾ ਮੈਨੂੰ ਆਪਣੇ ਆਪ ਕੋਈ ਚੱਕਰ ਨਹੀਂ ਮੈਂ ਆਪ ਬੋਲ ਦਿੱਤਾ ਹੈ ਜੀ ਤੁਸੀਂ ਅਪਰੋਚ ਕੀਤਾ ਉਹਨਾਂ ਨੇ ਮੈਂ ਕੀਤਾ ਜੀ ਕੀ ਜਾਂਦੇ ਕੀ ਕਹਿ ਸਕਦੇ ਹਾਂ ਕੋਈ ਗੱਲ ਤੁਹਾਨੂੰ ਜਨਾ ਕੋ ਮੈਨੂੰ ਤੁਸੀਂ ਇਹ ਦੇਖ ਲਓ ਮੈਂ ਆਪਣੀ ਫਿਲਮ ਬਣਾਈ ਆ ਆ ਉਹ ਦੇਖੋ ਗੁੱਸੇ 'ਚ ਜਾ ਰਹੇ ਆ ਮੈਂ ਹੁਣ ਥੋੜਾ ਜਿਹਾ ਤਾਂ ਪਾਣੀ ਪਿਆ ਤੁਹਾਡੇ ਕੋਲ ਨਹੀਂ ਹਾਂਜੀ ਮੈਂ ਫਿਲਮ ਬਣਾਈ ਹੈ ਆਪਣੀ ਸਭ ਨੂੰ ਪਤਾ ਹੈ ਜੀ ਮੈਨੂੰ ਫਿਲਮ ਜਿਹੜੀ ਲੌਬੀ ਆ ਫਿਲਮਾਂ ਡਿਸਟ੍ਰੀਬਿਊਟਰ ਜਾਂ سینਮਿਆਂ ਵਾਲੀ ਲੌਬੀ ਉਹ ਕਹਿੰਦੇ ਤੂੰ ਕੌਣ ਆ ਜਦ ਕਿ ਸਾਰੇ ਪੰਜਾਬ ਨੂੰ ਫਿਲਮ ਦਾ ਪਤਾ ਜਿੰਨਾ ਕਿ ਮੇਰਾ ਸਰਕਲ ਆ ਉਹਨਾਂ ਨੂੰ ਪਤਾ ਹੈ ਕਿ ਮੇਰੀ ਫਿਲਮ ਹੈ ਮੇਰਾ ਕੰਮ ਕਿੱਦਾਂ ਦਾ ਆ ਮੇਰੇ ਦੇਖਣਾ ਦੇਖੂਗੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈਗਾ ਫਿਰ ਉਹ ਕੀ ਕਰ ਸਕਦੇ ਉਹ ਕਹਿ ਸਕਦੇ ਆ ਸਭ ਨੂੰ ਪਤਾ ਜੀ ਕਹਿ ਸਕਦੇ ਹੁਣ ਵੀ ਕਹਿ ਸਕਦੇ ਹਲੇ ਤੱਕ ਨਹੀਂ ਬੋਲੇ ਹੈਗੇ ਕੋਈ ਵੀ ਹਲੇ ਤੱਕ ਨਹੀਂ ਕੋਈ ਬੋਲਿਆ ਐਕਸੈਪਟ 1 2 ਬਟ ਕੁਝ ਕੁਝ ਲੋਕ ਇਹ ਗੱਲ ਵੀ ਕਹਿ ਰਹੇ ਆ ਵੀ ਜਿਵੇਂ ਮੰਨ ਕੇ ਚੱਲੋ ਵੀ ਅ ਕੀ ਕਹਿ ਰਹੇ ਆ ਜਿਵੇਂ ਕੁਝ ਲੋਕ ਕੀ ਕਹਿ ਰਹੇ ਆ ਜਿਵੇਂ ਤੁਸੀਂ ਇਹ ਗੱਲ ਕਹਿਨੋ ਵੀ ਹਾਂ ਵੀ ਇੱਕ ਕਮਰਸ਼ੀਅਲ ਫਿਲਮ ਨਹੀਂ ਜਿਹੜੇ ਸਿਨੇਮਾ ਭਾਜੀ ਲਵ ਸਟੋਰੀ ਫਿਲਮ ਹੈ ਦੇਖੋ ਇਹ ਤੁਹਾਡੀ ਗੱਲ ਮੇਰਾ ਮੇਰਾ ਇੱਕ ਸਵਾਲ ਮੇਰਾ ਇੱਕ ਸਵਾਲ ਆ ਫਿਰ ਆਪਾਂ ਗੱਲ ਕਰਦੇ ਆ ਜਿਹੜੇ ਸਿਨੇਮਾ ਘਰਾਂ ਦੇ ਮਾਲਕ ਨੇ ਜਿਹੜੇ ਓਨਰ ਨੇ ਹਨਾ ਅ ਜਿਹੜੇ ਸਕਰੀਨਾਂ ਦੇ ਓਨਰ ਨੇ ਉਹ ਕਹਿੰਦੇ ਵੀ ਹਾਂ ਜਿਹੜੀ ਚੀਜ਼ ਵਿਕ ਰਹੀ ਆ ਸੀ ਤਾਂ ਉਹ ਵੇਚਣੀ ਆ ਉਹ ਕਹ ਰਿਹਾ ਕਿ ਇੱਕ ਕਮਰਸ਼ੀਅਲ ਫਿਲਮ ਨਹੀਂ ਗਈ ਇਸ ਕਰਕੇ ਹਲੇ ਨਹੀਂ ਅਸੀਂ ਉਹ ਕਹਿੰਦੇ ਅਸੀਂ ਵੀ ਬਿਜ਼ਨਸ ਕਰਨਾ ਉਹ ਕਿੱਥੋਂ ਦੇ ਆ ਹਾਂ ਪੰਜਾਬ ਦੇ ਆ ਹਾਂ ਫਿਰ ਫਿਟ ਲਾਂ ਤੇ ਉਹਨਾਂ ਤੇ ਹਾਂ ਹਾਂ ਇਹ ਆਪਣੇ ਘਰ ਦਾ ਕੋਈ ਗਵਾਂਡੀਆਂ ਨੂੰ ਰੋਟੀ ਪਕੜ ਦੇ ਰਹੇ ਆ ਹਾਂ ਫਿਰ ਫਿਟ ਲਾਂ ਤੇ ਉਹਨਾਂ ਦਾ ਵੀ ਉਹ ਕਹਿੰਦੇ ਅਸੀਂ ਬਿਜ਼ਨਸ ਕਰਨਾ ਨਹੀਂ ਫਿਰ ਫਿਟ ਲਾਂ ਤੇ ਉਹਦੇ ਚਾਹੇ ਬਿਜ਼ਨਸ ਆ ਹਾਂ ਫਿਟ ਲਾਂ ਤੇ ਆ ਕਿ ਤੁਹਾਡੇ ਤੁਹਾਡਾ ਆਪ ਦਾ ਧੀ ਪੁੱਤ ਭੁੱਖਾ ਮਰ ਰਿਹਾ ਹਾਂ ਤੁਸੀਂ ਜੱਦੇ ਬਿਜ਼ਨਸ ਦੇ ਹਮ ਇਹੋ ਜਿਹੇ ਬਿਜ਼ਨਸ ਨੂੰ ਕਰਨਾ ਕੀ ਆ ਹਮ ਇਹੋ ਜੇ ਕੀ ਬਿਜ਼ਨਸ ਨੂੰ ਕਰਨਾ ਹਮ ਜਿਵੇਂ ਤੁਸੀਂ ਰੈਵਨਿਊ ਦੀ ਗੱਲ ਕੀਤੀ ਵੀ ਹਾਂ ਮੇਰੇ ਕੋਲ ਦੋ ਗਲਾਸ ਪਾਣੀ ਆ ਮੈਂ ਕੈਸੇ ਨੂੰ ਕਿਵੇਂ ਪਿਆ ਦੂੰਗਾ ਸੋ ਫਿਰ ਉਹਨਾਂ ਦਾ ਵੀ ਇੱਕ ਦਿਨ ਕਿਤੇ ਇਹੀ ਪੁਆਇੰਟ ਆਫ View ਆ ਵੀ ਹਾਂ ਅਸੀਂ ਵੀ ਬਿਜ਼ਨਸ ਹੈ ਉਹਨਾਂ ਕੋ ਗਲਾਸ ਉਹ ਤਾਂ ਬਾਟੀਆਂ ਚੱਕੀ ਫਿਰਦੇ ਆ ਉਹ ਕਹਿੰਦੇ ਬਾਟੀ ਭਰੀ ਹੋਈ ਆ ਉਹਨਾਂ ਕੋ ਤੁਸੀਂ ਹਰਤ ਗੱਲ ਤੋ ਦਾ ਹੁਣ ਮੇਰੀ ਫਿਲਮ ਸੀਗੀ ਹਮ ਮੈਂ 5 ਤਰੀਕ 6 ਤਰੀਕ ਮੈਨੂੰ ਪਹਿਲੇ ਤੱਕ ਮੈਨੂੰ ਕਹਿੰਦੇ ਸੀ ਇੱਕ ਇੱਕ ਸ਼ੋਅ ਮਿਲ ਜੂਗਾ ਮੈਨੂੰ ਇੱਕ ਵੀ ਨਹੀਂ ਮਿਲਿਆ ਮੈਂ 6 ਦਸੰਬਰ ਨੂੰ ਮੇਰਾ ਬਰਥਡੇ ਹੈਗਾ ਮੈਂ ਆਪਣਾ ਜਨਮ ਦਿਨ ਮੈਂ ਚਾਹੁੰਦਾ ਸੀ ਕਿ ਸਕਰੀਨ ਤੇ ਆਉਂਗਾ ਮੈਂ ਆਪਣੇ ਤੇ ਮੈਨੂੰ ਮੈਨੂੰ ਕੋਈ ਇਦਾਂ ਦਾ ਮੈਂ ਉਹ ਮੈਂ ਨਾ ਕੇਕ ਕੱਟਦੇ ਨਾ ਲੋਕ ਮੈਂ ਉਹ ਚੀਜ਼ਾਂ ਕਦੀ ਨਹੀਂ ਮੈਨੂੰ ਕੇਕ ਕੱਟਣਾ ਪਸੰਦ ਨਹੀਂ ਹੈਗਾ ਮੈਂ ਕਦੀ ਨਹੀਂ ਕਿਸੇ ਦਾ ਕੇਕ ਕੱਟਦਾ ਜੇ ਕੀ ਕੱਟ ਦੂੰਗਾ ਮੈਂ ਮੈਂ ਉੱਥੇ ਐਬਸੈਂਟ ਹੁੰਦਾ ਮੈਂ ਤਾਂ ਜੇ ਕਿਸੇ ਦਾ ਕੇਕ ਵੀ ਲਿਆ ਕੇ ਵੀ ਦੇ ਦੂੰ ਨਾ ਮੈਂ ਆਪਣੇ ਚਿੱਤੋਂ ਨਹੀਂ ਹੁੰਦਾ ਜੇ ਕੋਈ ਜ਼ੋਰ ਪਾਵੇ ਕਿ ਇਹ ਕੱਟਣਾ ਮੈਂ ਕਰਾਵਾ ਦੂੰਗਾ ਪਰ ਮੇਰਾ ਫਸਟ ਔਰ ਨਹੀਂ ਹੈਗੀ ਕਿਉਂ ਮੈਨੂੰ ਨਹੀਂ ਬਧੀਆ ਲੱਗਦਾ ਕੇਕ ਕੱਟਣਾ ਨਹੀਂ ਮੈਨੂੰ ਬਧੀਆ ਮੈਨੂੰ ਇਹ ਹੁੰਦਾ ਕਿ ਮੈਂ ਯਾਦਗਾਰ ਬਣੇ ਉਹ ਯਾਦਗਾਰ ਕੇਕ ਕੱਟਣਾ ਕੱਲੀ ਯਾਦਗਾਰੀ ਆ ਕੇਕ ਕੱਟਣਾ ਹੀ ਯਾਦਗਾਰ ਆ ਜੇ ਤੁਸੀਂ ਸਮਾਜ ਲਈ ਕੁਝ ਵੱਡਾ ਕਰਕੇ ਜਾਓ ਕੁਝ ਕੁਝ ਕਰਕੇ ਜਾਓ ਤਾਂ ਹੀ ਯਾਦਗਾਰ ਬਣੋ ਕੇਕ ਬਰਥਡੇ ਮਨਾਉਣ ਦਾ ਫਾਇਦਾ ਹੀ ਕੋਈ ਕੁਝ ਕਰਕੇ ਜਾਓ ਹਮ ਅੱਛਾ ਤੁਹਾਡੇ 10 ਮੰਦੀਆਂ ਚ ਕੇਕ ਕਟਿਆ ਮੂੰਹ ਤੇ ਮਲਤਾ ਨਾ ਕੇ ਖਾ ਨਾ ਸਵਾਦ ਲਿਆ ਨਾ ਹੋਰ ਜੀ ਤਾਂ ਕਿਹੜੀ ਗੱਲ ਸੀ ਆਪਣੀ ਆਪਾਂ ਮੂਵੀ ਦੀ ਗੱਲ ਕਰ ਰਹੇ ਸੀ ਤੁਹਾਡਾ ਬਰਥਡੇ ਸੀਗਾ ਹਾਂ ਬਟ ਮੈਨੂੰ ਕਿਸੇ ਨਾਮ ਮਿਲ ਤੁਸੀਂ ਇਹ ਦੇਖੋ ਉਹ ਬਾਲਟੀਆਂ ਵਾਲਿਆਂ ਉਹਨਾਂ ਕੋ ਬਾਲਟੀਆਂ ਮੈਂ ਤਾਂ ਕਹਿ ਰਿਹਾ ਉਹਨਾਂ ਦੇ ਇੱਕ ਫਿਲਮ ਚੱਲਦੀ ਸੀਗੀ ਹਿੰਦੀ ਦੀ ਉਹਨਾਂ ਨੂੰ ਇੱਕ ਇੱਥੇ ਵੀ ਆਰ ਮਾਲ ਚ ਇੱਥੇ ਕਿਸੇ ਵੀ ਪੰਜਾਬ ਚੰਡੀਗੜ੍ਹ ਦੇ ਮਾਲ ਵਿੱਚ ਕਿਸੇ ਵੀ ਪੰਜਾਬ ਦੇ ਸਕਰੀਨ ਚ 18-18 ਸ਼ੋਅ ਸੀਗੇ ਇੱਕ ਫਿਲਮ ਦੇ ਹਾਂ ਤੇ ਮੈਨੂੰ ਟੋਟਲ ਪੰਜਾਬ ਚ 20 ਸ਼ੋਅ ਮਿਲ ਰਹੇ ਸੀਗੇ ਉਹਨਾਂ ਦੇ ਇੱਕ ਸਿਨੇਮੇ ਚ 18 ਸ਼ੋਅ ਹਿੰਦੀ ਨੂੰ ਉਹ ਬਾਲਟੀਆਂ ਵਾਲਿਆਂ ਕੋਲ ਤੇ ਮੈਨੂੰ ਉਹਨਾਂ ਨੂੰ ਬਾਲਟੀਆਂ ਪਰ ਪਰ ਦੇਈ ਜਾ ਰਹੇ ਆ ਤੇ ਵੇਖਣ ਨੂੰ ਤਾਂ ਪੰਜਾਬੀ ਜਾ ਰਹੇ ਆ ਨਾ ਫਿਰ ਉਹ ਵੀ ਜਿੰਮੇਵਾਰ ਹਮ ਉਹ ਕਹਿੰਦੇ ਅਸੀਂ ਕਹਿੰਨੇ ਆ ਅਸੀਂ 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 ਮੈਂ ਆਪਦੀ ਉਹ ਉਹੀ ਪੰਜਾਬ ਵਾਲੀ ਗੱਲ ਤੇ ਆ ਗਏ ਸੌਰੀ ਬਹਿਸ ਜੀ ਨਾ ਹੋਜੇ ਨਾ ਨਾ ਕੋਈ ਨਹੀਂ ਪੰਜਾਬ ਵਾਲੇ ਅਸੀਂ ਕਹਿੰਨੇ ਆ ਕਿ ਸਾਡੀ ਲੈਂਗੁਏਜ ਫਿਰ ਅਸੀਂ ਜੇ ਮੈਂ ਹੁਣ ਹਿੰਦੀ ਕਰ ਲਾ ਪਮਾ ਜਿਹੜੇ ਹਿੰਦੀ ਕਰਦੇ ਉਹਨਾਂ ਨੂੰ ਗਾਲਾਂ ਕੱਢਣ ਲਾ ਪੰਦੇ ਆ ਹਮ ਅਸੀਂ ਹੀ ਲੋਕ ਗਾਲਾਂ ਕੱਢਣ ਲੱਗ ਪੈਨੇ ਆ ਕਿ ਇਹ ਹਿੰਦੀ ਨੂੰ ਮੈਨੂੰ ਹੁਣ ਪਾਜੀ ਮੈਂ ਮੈਂ ਕਦੀ ਨਹੀਂ ਕਿਸੇ ਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਮੈਂ 10 ਤੋਂ 15 ਹਿੰਦੀ ਫਿਲਮਾਂ ਮਨੇ ਹੀ ਕਿ ਮਨਾ ਕੀਤੀਆਂ ਹੋਈਆਂ ਵਧੀਆ ਵਾਲੀਆਂ ਕਿਉਂ ਨਹੀਂ ਕਰਨੀਆਂ ਜੀ ਮੈਂ ਕਿਚੀ ਇੱਕ ਦੋ ਜਲੀ ਤਾਂ ਮੈਂ ਆਡੀਸ਼ਨ ਵੀ ਮੇਰੇ ਮਿੱਤਰ ਜਦੋਂ ਆ ਫਿਲਮ ਜਦੋਂ ਕੀਤੀ ਸੀਗੀ ਨਾ ਇਹ ਚ ਆਡੀਸ਼ਨ ਥੀਏਟਰ ਵਾਲੇ ਸੀ ਮੈਂ ਕਿਹਾ ਮੈਨੂੰ ਬਹੁਤ ਫਿਲਮਾਂ ਵਾਲੇ ਕਹਿੰਦੇ ਨੇ ਮੈਂ ਕਦੀ ਆਡੀਸ਼ਨ ਨਹੀਂ ਬਣਾ ਆਡੀਸ਼ਨ ਮੰਗਦੇ ਨੇ ਮੈਨੂੰ ਚੰਗਾ ਨਹੀਂ ਲੱਗਦਾ ਆਡੀਸ਼ਨ ਦੇੜਾ ਜੇ ਚਾਹੀਦਾ ਤਾਂ ਰੱਖ ਲਓ ਆਡੀਸ਼ਨ ਨਾ ਤੁਸੀਂ ਕੀ ਕਰ ਲੋਗੇ ਆਡੀਸ਼ਨ ਵੀ ਲੈ ਲੈਂਦੇ ਆ ਫਿਰ ਮੁੜ ਕੇ ਫੋਨ ਨਹੀਂ ਚੱਕਦੇ ਕਈ ਬੰਬੇ ਵਾਲੇ ਮੈਂ ਨਾ ਇੱਕ ਦੋ ਵਾਰ ਕਰ ਚੁੱਕਾ ਮੈਂ ਮਨਾ ਕਰਦੇ ਮੈਂ ਹੁਣ ਨਹੀਂ ਕਰਦਾ ਹੈਗਾ ਜੀ ਇੱਕ ਵਾਰ ਫਿਰ ਕੰਡੀਸ਼ਨ ਵਾਲਿਆਂ ਨੇ ਪੁੱਛਿਆ ਮੈਨੂੰ ਉਸੇ ਕੰਪਨੀ ਨੂੰ ਮੈਂ ਕਿਹਾ ਤੁਹਾਡੇ ਬੰਦੇ ਨੇ ਮੇਰਾ ਫੋਨ ਨਹੀਂ ਸੀ ਚੱਕਿਆ ਮੈਂ ਨਹੀਂ ਦੇਣਾ ਤੁਹਾਨੂੰ ਆਡੀਸ਼ਨ ਜੀ ਹਨਾ ਓ ਕਿ ਯੂ ਫਲਾ ਨਾ ਡਾਇਰੈਕਟਰ ਇਹ ਬਹੁਤ ਬੜੀਆ ਹੈ ਬਲਾ ਨਾ ਮੈਂ ਕਹਿੰਦਾ ਨਹੀਂ ਕਰਨਾ ਯਾਰ ਮੈਂ ਮਨਾ ਕਰ ਹੁਣ ਮੈਂ ਸਾਫ ਮਨਾ ਕਰਦਾ ਮੈਂ ਨਹੀਂ ਕਰ ਰਿਹਾ ਹੁਣ ਵੀ ਮੇਰੇ ਤੋਂ ਆਏ ਹੋਏ ਆ ਮੇਨ ਬਾਲੀਵੁੱਡ ਦੀਆਂ ਵੱਡੀਆਂ ਫਿਲਮਾਂ ਦੇ ਮੇਨ ਇੰਟੈਗਨਸ ਦੇ ਆਏ ਹੋਏ ਕਰੈਕਟਰ ਮੇਰੇ ਕੋਲ ਮੈਂ ਨਹੀਂ ਕਰ ਰਿਹਾ ਨਹੀਂ ਕਰਨਾ ਮੈਂ ਹੁਣ ਹੁਣ ਹੋਰ ਹੋ ਗਿਆ ਕਿ ਇਹਨਾਂ ਨੇ ਇਹਨਾ ਕਰਕੇ ਉਹਨਾਂ ਨੂੰ ਮੈਂ ਆਪਣੀ ਗਲੱਥਾ ਦਿਖਾਉਂਗਾ ਫਿਲਮ ਮੇਰੀ ਪਹਿਲੀ ਫਿਲਮ ਮੂਲ ਫਿਲਮਾਂ ਚ ਮੇਰੀ ਜਿਹੜੀਆਂ ਫਿਲਮਾਂ ਹੈ ਨਾ ਉਹਨਾਂ ਦਾ ਮੂਲ ਪੰਜਾਬੀ ਹੋਊਗਾ ਹਮੇਸ਼ਾ ਸਦਾ ਲਈ ਹਿੰਦੀ ਨਹੀਂ ਆਊਗਾ ਕਦੇ ਵੀ ਹਾਂ ਉਹ ਹਿੰਦੀ ਚ ਆਊਗਾ ਮਰਾਠੀ ਚ ਸਾਰੀਆਂ ਲੈਂਗੁਏਜ ਜਿੱਦਾਂ ਉਹ ਕਰਦੇ ਅਸੀਂ ਉਦਾਂ ਕਰਾਂਗੇ ਮੈਂ ਉਦਾਂ ਕਰੂੰਗਾ ਬਾਕੀ ਮੈਨੂੰ ਪਤਾ ਨਹੀਂ ਹੈਗਾ ਮੇਰਾ ਮੰਨਣਾ ਜ਼ਰੂਰੀ ਹੈ ਮੈਂ ਜ਼ਰੂਰ ਕਰੂੰਗਾ ਜਿਵੇਂ ਹੁਣ ਇਹ ਵੀ ਇਹ ਵੀ ਮੈਂ ਅਠਾ ਹੀ ਕਰੂੰਗਾ ਹਨਾ ਜੀ ਐਵੇਂ ਹਾਂ ਮਤਲਬ ਪੰਜਾਬ ਵਾਲੇ ਵੀ ਜ਼ਿੰਮੇਵਾਰ ਫਿਰ ਅਸੀਂ ਗਾਲਾਂ ਜਦੋਂ ਕੋਈ ਨਹੀਂ ਪੰਜਾਬੀ ਦੀ ਗੱਲ ਕਰਦਾ ਫਿਰ ਉਹਨੂੰ ਗਾਲਾਂ ਕੱਢਦੇ ਹੁਣ ਮੈਂ ਜਿਹੜੇ ਉਹਨੂੰ ਮੈਂ ਆਪਣੀ ਵਡਿਆਈ ਕਰ ਲਵਾਂ ਥੋੜੀ ਜੀ ਹਾਂ 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 ਬੋਲੋ ਬੋਲੋ ਜਿਹੜੇ ਕੁਰਤਾ ਚਾਦਰਾਂ ਪੰਜਾਬ ਚ ਮੈਲਬਨ ਮੈਨੂੰ ਬਹੁਤ ਲੋਕੀ ਕਹਿੰਦੇ ਵੀ ਤੂੰ ਕਮਾਲ ਕੀਤੀ ਮੈਂ ਕੁਰਤਾ ਚਾਦਰਾਂ ਮੈਲਬਨ ਚ ਫੋਟੋ ਖਿੱਚੀ ਸੀ 버ਗਰ ਖਾ ਰਿਹਾ ਕੰਡਾ ਨਾ ਮੈਂ ਆਪਣਾ ਕਰੈਕਟਰ ਸੀਗਾ ਮੈਂ ਦੇਖਣਾ ਚਾਹੁੰਦਾ ਸੀ ਗੋਰਿਆਂ ਦੇ ਵਿੱਚ ਉੱਥੇ ਉਹਨਾਂ ਦੇ ਔਰੇ ਵਿੱਚ ਕਿਦਾਂ ਦਾ ਬੰਦਾ ਲੱਗੂਗਾ ਮੈਂ ਬਣਾ ਲਿਆ ਉੱਥੇ ਇੱਕ ਮਿੱਤਰ ਨੇ ਮੈਨੂੰ ਕਿਹਾ ਕਹਿੰਦਾ ਯਾਰ ਇਹ ਮੈਂ ਵੀ ਕਰਨਾ ਚਾਹੁੰਦਾ ਸੀਗਾ ਮੈਂ ਕਿਹਾ ਭਾਈ ਤੁਹਾਨੂੰ 10 ਸਾਲ ਹੋ ਗਏ ਤੁਸੀਂ ਕੀਤਾ ਕਿਉਂ ਨਹੀਂ ਇਹ ਕਹਿਣ ਤੇ ਹੱਕਦਾਰ ਨਹੀਂ ਹੈਗੇ ਤੁਸੀਂ ਫਿਰ ਉਹਨਾਂ ਨੇ ਕੁਰਤੇ ਚਾਦਰੇ ਵੀ ਚੱਕ ਲੈ ਫਿਰ ਮੈਂ ਇੱਕ ਊੜਾੜਾ ਥਰਮੋਕੋਲ ਦਾ ਬਣਾਇਆ ਸੀਗਾ ਉਹ ਕਿਸੇ ਨੇ ਨਹੀਂ ਬਣਾਇਆ ਉਹ ਮੈਂ ਬਣਾਇਆ ਤੋਂ ਉਹ ਵੀ ਆਪਣੇ ਆਪਣੇ ਕ੍ਰੈਡਿਟ ਲੈ ਕੇ ਵੱਡੇ ਕਲਾਕਾਰ ਉਹ ਚੋਰੀ ਚੱਕ ਕੇ ਫਿਰ ਮੈਂ ਪੰਜਾਬ ਚ ਪਿੰਡਾਂ ਅੱਗੇ ਪਿੰਡਾਂ ਚ ਪ੍ਰੀ-ਵੇਡਿੰਗ ਸ਼ੂਟ ਮੈਂ ਇੱਕ ਦੋ ਪ੍ਰੀ-ਵੇਡਿੰਗ ਸ਼ੂਟ ਕੀਤੇ ਜਦੋਂ ਮੈਂ ਫੋਟੋਗ੍ਰਾਫੀ ਕਰਦਾ ਸੀ ਆਪਣੇ ਮਿੱਤਰਾਂ ਦੇ ਹੂੰ ਮਤਲਬ ਮਿੱਤਰਾਂ ਦੇ ਕੀਤੇ ਸੀ ਸਿਰਫ ਇੱਕ ਦੋ ਦੋ ਤਿੰਨ ਹੀ ਕੀਤੇ ਹੋਇਆ ਤਾਂ ਉਹ ਮੈਂ ਪਿੰਡਾਂ ਦੀਆਂ ਗਲੀਆਂ ਚ ਖੇਤਾਂ ਦੀਆਂ ਸੜਕਾਂ ਤੇ ਬੰਦੂਕਾਂ ਦੇ ਨਾਲੀਆਂ ਫੜ ਕੇ ਕੀਤੇ ਉਹ ਵੀ ਇਹ ਕਰ ਲੈ ਹੱਲੇ ਵੀ ਮੈਨੂੰ ਕਹਿੰਦੇ ਤੂੰ ਕਰਦਾ ਮੈਨੂੰ ਜਿੱਦਾਂ মিডিਆ ਲੌਬੀ ਵਾਲੇ ਜਿਹੜੇ ਵੀ ਇੰਡਸਟਰੀ ਕਹਿੰਦੇ ਤੂੰ ਕੀਤਾ ਕੀ ਆ ਹੂੰ ਹਲੇ ਮੈਨੂੰ ਕਹਿੰਦੇ ਤੂੰ ਕੀਤਾ ਕੀਆ ਯਾਰ ਸਾਰਾ ਕੁਝ ਤਾਂ ਮੇਰਾ ਆਇਆ ਇਹ ਮਤਲਬ ਮੇ ਤੋਂ ਪਹਿਲਾਂ ਵੀ ਮੌਜੂਦ ਸੀਗਾ ਇੱਕ ਬਲੌਕ ਸੀਗਾ ਲੱਗਾ ਹੋਇਆ ਮੈਂ ਫਿਰ ਦੁਬਾਰਾ ਜੀ ਕਰ ਦਿੱਤਾ ਆ ਕੇ ਮਤਲਬ ਉਹ ਚੀਜ਼ਾਂ ਪਹਿਲਾਂ ਵੀ ਮੌਜੂਦ ਸੀ ਇਹ ਨਹੀਂ ਮੈਂ ਹੀ ਕਰਤਾ ਪਰ ਅਕਾਲਪੁਰ ਕੀ ਕਿਰਪਾ ਉਹ ਮੇਰੇ ਹਿੱਸੇ ਆ ਗਈਆਂ ਕਿ ਉਹ ਫਿਰ ਦੁਬਾਰਾ ਜੀ ਖੜੀਆਂ ਸੁਰਜੀਤ ਹੋ ਗਈਆਂ ਚੀਜ਼ਾਂ ਮੇਰੇ ਹਿੱਸੇ ਆ ਗਈਆਂ ਉਹ ਮੇਰੇ ਜਿਸ ਬੰਦੇ ਦੇ ਹਿੱਸੇ ਆਈਆਂ ਤੁਹਾਨੂੰ ਜਿਸ ਬੰਦੇ ਦੀਆਂ ਤੁਸੀਂ ਚੀਜ਼ਾਂ ਚੱਕੀਆਂ ਬਿਨਾ ਬੋਲੇ ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ ਅੱਜ ਮੇਰ ਨਾਲ ਖੜਨਾ ਚਾਹੀਦਾ ਉਹਨਾਂ ਨੂੰ ਕਿਉਂਕਿ ਮੈਂ ਇਕੱਲੇ ਲਈ ਨਹੀਂ ਹੈਗਾ ਮੇਰੀ ਫਿਲਮ ਤਾਂ ਹੁਣ ਮੈਂ ਬਹਿਸ ਕਰ ਰਿਹਾ ਹਾਂ ਸਭ ਨਾਲ ਮੀਡੀਆ ਵਾਲੇ ਮੈਨੂੰ ਕਹਿੰਦੇ ਕਿ ਤੂੰ ਆਪਣੀ ਪ੍ਰੋਮੋਸ਼ਨ ਕਰ ਰਿਹਾ ਹੈਂ ਹਾਂ ਬਹੁਤੇ ਲੋਕ ਕਹਿੰਦੇ ਕਿ ਭਾਈ ਹੁਣ ਦੇਖੋ ਫਿਲਮ ਲੈਂਦਾ ਮਾਰਾ ਕਰ ਰਿਹਾ ਹਰ ਤਰਫ ਦੇਖੋ ਮੇਰੀ ਫਿਲਮ ਨੂੰ ਸ਼ੋਅ ਨਹੀਂ ਮਿਲੇ ਮੈਂ ਨਹੀਂ ਚਾਹੁੰਦਾ ਤੁਸੀਂ ਇੱਕ ਦੇਖਿਓ ਪੰਜਾਬ ਦੇ ਵਿੱਚ ਜਦੋਂ ਵੀ ਪੰਜਾਬੀ ਫਿਲਮ ਦੀ ਤਰੀਕ ਅੱਗੇ ਪਾਈ ਜਾਂਦੀ ਆ ਉਹ ਬਿਕੋਜ਼ ਆਫ ਹਿੰਦੀ ਫਿਲਮ ਪਾਈ ਜਾਂਦੀ ਆ ਕਿਉਂਕਿ ਇੱਥੇ ਕੋਈ ਲੋ ਨੀ ਹੈਗਾ ਕਿ ਪੰਜਾਬੀ ਫਿਲਮ ਨੂੰ ਸ਼ੋਅਸ ਮਿਲਣੇ ਮਿਲਣੇ ਚਾਹੀਦੇ ਬਾਕੀਆਂ ਸਟੇਟਾਂ ਚ ਹੈਗਾ ਮਹਾਰਾਸ਼ਟਰਾ ਚ ਮੈਨੂੰ ਪਤਾ ਲੱਗਾ ਜੇ ਕਿੱਡੀ ਵੱਡੀ ਫਿਲਮ ਲੱਗੀ ਹੋਵੇ ਜੇ ਮਰਾਠੀ ਫਿਲਮ ਵਿੱਚ ਆ ਗਈ ਨਾ ਉਹਨੂੰ ਮਿਨਿਮਮ 3 ਸ਼ੋਅ ਦੇਣੇ ਪੈਣੇ ਹਰੇਕ ਸਿਨੇਮੇ ਚ ਮੈਨੂੰ ਇੱਕ ਵੀ ਨਹੀਂ ਮਿਲਿਆ ਜਿਹੜੇ ਮਿਲਦੇ ਸੋ 20 ਕ ਦਿੱਤੇ 20 ਤੁਸੀਂ ਦੇਖ ਲਓ ਐਡਾ ਵੱਡਾ ਪੰਜਾਬ 150 ਮੇਰੇ ਖਿਆਲ ਨਾਲ ਸਿਨੇਮੇਸ ਆ ਉਹਦੇ ਵਿੱਚ 20 ਇਸ ਸ਼ੋ ਤੇ ਇੱਕ ਫਿਲਮ ਨੂੰ ਹਿੰਦੀ ਉਹ ਦੂਜੀਆਂ ਬਾਟੀਆਂ ਪਰ ਪਰਚਕਾਈ ਜਾਂਦੇ ਆ ਅਸੀਂ ਹੀ ਦੇਖਣ ਜਾ ਰਹੇ ਆ ਸਕਰੀਨ ਤੇ ਵਿਕ ਰਹੀ ਹੈ ਨਾ ਅਸੀਂ ਵੇਖਣ ਜਾਣੀ ਸੀ ਮੂਵੀ ਜਿਸ ਮੂਵੀ ਦੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਉਹ ਮੂਵੀ ਦੇਖਣ ਜਾਣੀ ਸੀ ਸਾਨੂੰ ਇੱਕ ਹਫਤਾ ਟਿਕਟ ਨਹੀਂ ਮਿਲੀ ਫਿਰ ਉਹੀ ਤਾਂ ਗੱਲ ਹੈ ਹੁਣ ਪੰਜਾਬ ਦੇ ਦੇਖ ਰਹੇ ਸੀਗੇ ਇੱਕ ਗਾਣੇ ਕਰਕੇ ਤੁਸੀਂ ਆਪ ਦੇ ਫਿਰ ਬਾਅਦ ਇਹ ਕਹਿ ਰਹੇ ਯਾਰ ਵਧੀਆ ਵੀ ਨਹੀਂ ਲੱਗੀ ਇਹ ਵੀ ਕਹਿ ਰਹੇ ਆ ਫਿਰ ਤੁਸੀਂ ਦੇਖਣ ਕਿਉਂ ਗਏ ਹੂੰ ਵੇ ਇੱਕ ਤੁਹਾਡੇ ਲਈ ਇੱਕ ਪੰਜਾਬ ਦੇ ਬੰਦੇ ਨੇ ਪੰਜਾਬੀ ਫਿਲਮ ਬਣਾਈ ਆ ਜਿਹਦੀਆਂ ਜਿਹਨੂੰ ਤੁਸੀਂ ਕਹਿੰਦੇ ਕਿ ਅਸੀਂ ਛੋਟੇ ਹੁੰਦੇ ਹਰ ਕੋਈ ਮੈਨੂੰ ਇਹ ਸਵਾਲ ਕਹਿੰਦਾ ਆ ਕਲਾਕਾਰ ਹੋਵੇ ਚਾਹੇ ਆਮ ਬੰਦਾ ਹੋਵੇ ਕਿ ਬਾਈ ਛੋਟੇ ਹੁੰਦੇ ਤੋਂ ਤੁਹਾਡੀਆਂ ਫਿਲਮ ਫੋਟੋਆਂ ਦੇਖਦੇ ਆ ਰਹੇ ਬੜੀਆਂ ਕਮਾਲ ਸੀਆਂ ਉਹ ਬੰਦੇ ਨੇ ਹੁਣ ਫਿਲਮ ਬਣਾਈ ਉਹ ਕਮਾਲ ਨਹੀਂ ਬਣਾਈ ਹੋਗੀ ਹੱਲੇ ਵੀ ਉਹਨੂੰ ਸ਼ਪਰੂਵ ਕਰਨਾ ਪਊਗਾ ਵੀ ਤੂੰ ਕੌਣ ਆ ਜਿਹੜੇ ਹਰ ਪਲੇ ਨਹੀਂ ਬੋਲ ਰਹੇ ਤੁਹਾਨੂੰ ਲੱਗਦਾ ਵੀ ਉਹ ਨਾ ਬੋਲਣ ਕੋਈ ਨਹੀਂ ਆਮ ਬਹੁਤ ਹੁਣ ਮੇਰੇ ਲਈ ਆਡੀਅנס ਬਹੁਤ ਆ ਜੀ ਉਹ ਸਾਰੇ ਕਹਿੰਦੇ ਆ ਜਿਹੜੇ ਪੰਜਾਬ ਵਾਲੇ ਜਿਨ੍ਹਾਂ ਨੂੰ ਹਰੇਕ ਕਿ ਹੀ ਇਸ ਇਹ ਨਹੀਂ ਆ ਗਲਤ ਆ ਨਾ ਉਹ ਸਾਰੇ ਹੈਗੇ ਮੇਰੇ ਨਾਲ ਮੈਨੂੰ ਉਹਨਾਂ ਦਾ ਧੰਨਵਾਦ ਜ਼ਿਆਦਾ ਆ ਵੱਡੇ ਜਿਵੇਂ ਵੱਡੇ ਹੀ ਰਾਜ ਮਹਾਰਾਜ ਵੱਡੇ ਹੀ ਕਰਨ ਉਹਨਾਂ ਨੂੰ ਹੋਰ ਇੱਕ ਗੱਲ ਆ ਹਨਾ ਮਤਲਬ ਮੋਸਟਲੀ ਮੈਂ ਮੈਂ ਹਰੇਕ ਜਗ੍ਹਾ ਵੈਸੀ ਸਿੱਧੂ ਦੀ ਗੱਲ ਨਹੀਂ ਕਰਦਾ ਲੋਕਾਂ ਨੂੰ ਐਂ ਲੱਗਦਾ ਹੁੰਦਾ ਵੀ ਸ਼ਾਇਦ ਸਿੱਧੂ ਦੀ ਗੱਲ ਮਤਲਬ ਸ਼ੋਅ ਦੇ ਵਿੱਚ ਕਿਉਂ ਹਨਾ ਜਾਂ ਮਤਲਬ ਕਿਉਂ ਜਾਣ ਕੇ ਜਾ ਮਤਲਬ ਪ੍ਰੋਮੋਸ਼ਨ ਲਈ ਹਨਾ ਬਟ ਮਤਲਬ ਜਿਵੇਂ ਮੂਸੇ ਵਾਲੇ ਦੀ ਜਿਹੜਾ ਆਪਾਂ ਗੱਲ ਕਰ ਲਈ ਸਿੱਧੂ ਦੀ ਹਨਾ ਹਾਂਜੀ ਸ਼ਦੂ ਮਤਲਬ ਕਹਿ ਦਿੰਦਾ ਸੀ ਵੀ ਹਨਾ ਵੀ ਦੁਸ਼ਮਣ ਖੇਤਰ ਦੇ ਨਹੀਂ ਹੁੰਦੇ ਦੁਸ਼ਮਣ ਤਰੱਕੀ ਦੇ ਹੁੰਦੇ ਆ ਹਰਫ ਨੂੰ ਐਂ ਲੱਗਦਾਗਾ ਮਤਲਬ ਉਹ ਅਲੱਗ ਜਾ ਚੱਲਦਾ ਸੀ ਸਾਰਿਆਂ ਤੋਂ ਅਲੱਗ ਜਾ ਜਾਂ ਉਹਨੂੰ ਅਲੱਗ ਜਾ ਰੱਖਿਆ ਜਾਂਦਾ ਸੀ ਅਜਿਹੀਆਂ ਚੀਜ਼ਾਂ ਵਧੀਆ ਨੇ ਮਤਲਬ ਪੋਲਿਟਿਕਸ ਪੋਲਿਟਿਕਸ ਹੁੰਦੀ ਹੈ ਹਰ ਇੱਕ ਜਗ੍ਹਾ ਜੀ ਪਾਜੀ ਇੱਥੇ ਬਿਜ਼ਨਸਮੈਨ ਦੀ ਗੱਲ ਕਰਦੇ ਨਾ ਬਿਜ਼ਨਸਮੈਨ ਪਤਾ ਕੀ ਕਰ ਰਿਹਾ ਮੈਂ ਬਿਜ਼ਨਸ ਸਟੱਡੀ ਕੀ ਮੇਰੇ ਸੌਫਟਵੇਅਰ ਇੰਜੀਨੀਅਰ ਬਿਜ਼ਨਸ ਪ੍ਰੋਸੈਸ ਮੈਨੇਜਮੈਂਟ ਵਿੱਚ ਸਿੱਖੀ ਬਿਜ਼ਨਸ ਚੱਲਦਾ ਕਿਵੇਂ ਆ ਤੇ ਮੈਂ ਬਿਜ਼ਨਸ ਦਾ ਸਾਰਾ ਕੁਝ ਪੜ੍ਹਿਆ ਇੰਨੇ ਦਾ ਮਤਲਬ ਹੁੰਦਾ ਕਿ ਲਕੀਰ ਵੱਡੀ ਖਿੱਚੀ ਜਾਓ ਆਪਣੀ ਲਕੀਰ ਨੂੰ ਖਿੱਚੀ ਜਾਓ ਹੂੰ ਇਹ ਗਵਾਂਡੀਆਂ ਦੇ ਲਕੀਰੇ ਢਾਈ ਜਾਂਦੇ ਜਿਹੜੇ ਹੋਰ ਲਕੀਰਾਂ ਖਿੱਚਣ ਨੂੰ ਫਿਰਦੇ ਆ ਹਰ ਇੱਕ ਦੀ ਲਕੀਰ ਆਪਣੀ ਆ ਉਹ ਖਿੱਚੀ ਜਾਓ ਤੁਸੀਂ ਆਪਣੀ ਲਕੀਰ ਖਿੱਚੋ ਇੱਕ ਹੀ ਕਰਦੇ ਢਾਉਣ ਤੇ ਲੱਗੇ ਹੋਇਆ ਉਹ ਢਾਉਣ ਵਾਲਾ ਕਦੀ ਸਫਲ ਨਹੀਂ ਹੁੰਦਾ ਫਿਰ ਢੋ ਕਿਉਂਕਿ ਉਹਨਾਂ ਦੀ ਉਹਨਾਂ ਦੀ ਊਰਜਾ ਜਿੰਨੀ ਉਹਨਾਂ ਦੀ ਤਾਕਤ ਆ ਉਹ ਢਾਉਣ ਚ ਲੱਗੀ ਹੋਈ ਆ ਜ਼ਿਆਦਾ ਮੈਨੂੰ ਐਂ ਲੱਗਦਾ ਲੋਕਾਂ ਜਿਹੜੇ ਵੀ ਹੈਗੇ ਨੇ ਹੁੰਦੇ ਨੇ ਉਹਨਾਂ ਦੀ ਊਰਜਾ ਢਾਉਣ ਵਿੱਚ ਜ਼ਿਆਦਾ ਲੱਗੀ ਰਹਿੰਦੀ ਨਾ ਕਿ ਬਣਾਉਣ ਚ ਲੱਗੀ ਰਹਿੰਦੀ ਆ ਹਾਂ ਮੈਂ ਮੇਰਾ ਸਭ ਨੂੰ ਪਤਾ ਇੱਥੇ ਜਿੰਨੇ ਵੀ ਮੇਰੇ ਸਰਕਲ ਚ ਆ ਜਿਨ੍ਹਾਂ ਨੇ ਮੇਰਾ ਮਾਰਾ ਕੀਤਾ ਉਹਨਾਂ ਨੂੰ ਸਭ ਨੂੰ ਪਤਾ ਹੈ ਉਹ ਬੋਲਦੇ ਨਹੀਂ ਹੈਗੇ ਉਹ ਕਹਿੰਦੇ ਵੀ ਮੈਨੂੰ ਵੀ ਇਹ ਕਹਿੰਦੇ ਆ ਕਿ ਤੂੰ ਐਵੇਂ ਬੋਲਿਆ ਨਾ ਕਰ ਖਿਜਿਆ ਨਾ ਕਰ ਤੂੰ ਆਪਣਾ ਕੰਮ ਕਰੇ ਕਰ ਵੱਡਾ ਕਰਕੇ ਦਿਖਾ ਮੈਂ ਕਾਹਤੇ ਵੱਡਾ ਕਰਕੇ ਤੂੰ ਮੇਰਾ ਵੱਡਾ ਕੀਤਾ ਹੋਇਆ ਜੀ ਮੈਂ ਆਪਦੇ ਕੰਮ ਚ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਕਾਪੀ ਹੋ ਚੁੱਕੀਆਂ ਵੱਡੀਆਂ ਸੀਆਂ ਹਮ ਤਦੇ ਹੀ ਕਾਪੀ ਹੋਈਆਂ ਨਾ ਮੈਂ ਕੁਛ ਕੀਤਾ ਸੀਗਾ ਵੀ ਤੂੰ ਗੁਜਾ ਰੱਬ ਨੇ ਕਰਵਾਇਆ ਸੀਗਾ ਹਾਂ ਇਹਨੂੰ ਵਿੱਚ ਰੱਬ ਕਰਤਾ ਕਰਾਉਣ ਵਾਲਾ ਨਾ ਉਹਨਾਂ ਨੇ ਕਰਵਾਇਆ ਤਦੇ ਹੀ ਵੱਡੀਆਂ ਹੋਈਆਂ ਨਾ ਵੱਡੀ ਚੀਜ਼ ਹੀ ਕਾਪੀ ਹੁੰਦੀ ਹੈ ਜੀ ਤੁਸੀਂ ਕਦੇ ਵੀ ਦੇਖ ਲਿਓ ਉਹਨੂੰ ਵੱਡਾ ਬੰਦਾ ਕਾਪੀ ਕਰਕੇ ਆਪਣੀ ਬਣਾ ਕੇ ਵੱਡੀ ਕਹੇ ਤੇ ਉਹ ਵੱਡੀ ਹੋ ਗਈ ਨਹੀਂ ਉਹ ਆਲਰੇਡੀ ਵੱਡੀ ਸੀਗੀ ਕਦੀ ਕਾਪੀ ਹੋਈ ਗਈ ਆ ਵੱਡੀ ਚੀਜ਼ ਹੀ ਕਾਪੀ ਕੀਤੀ ਜਾਂਦੀ ਆ ਆਹ ਤਾਂ ਬਹੁਤ ਵਿਅੰਤ ਚੀਜ਼ਾਂ ਐ ਧਰਤੀ ਤੇ ਜੀ ਮੈਨੂੰ ਐ ਲੱਗਦਾ ਵੀ ਜਿਵੇਂ ਤੁਸੀਂ ਗੱਲ ਜਿਵੇਂ ਆਪਾਂ ਪੋਲਿਟਿਕਸ ਦੀ ਗੱਲ ਕੀਤੀ ਨਾ ਵੀ ਅਸਲ ਚਾਹੇ ਹੋ ਗਿਆ ਵੀ ਕਲਾਕਾਰ ਪੋਲਿਟਿਕਸ ਜਾਵੜੇ ਕਲਾਕਾਰ ਪੋਲਿਟੀਸ਼ਨ ਕਰਨ ਲੱਗ ਪਏ ਮੇਰੀ ਮਾਇ ਨਹੀਂ ਹੈਗਾ ਪੋਲਿਟਿਕਸ ਵਿੱਚ ਜੀ ਮੈਂ ਜੇ ਤੁਸੀਂ ਨਹੀਂ ਮੋਸਟ ਪੰਜਾਬ ਦੀ ਪੋਲਿਟਿਕਸ ਵੇਖੀ ਹੈ ਵੀ ਸਾਰੇ ਕਲਾਕਾਰ ਉਧਰ ਜਾਵੜੇ ਉਹ ਜੀ ਇਹ ਨੇਤਾ ਵੀ ਨੇਤਾ ਸਮਝ ਹੁੰਦੇ ਜੀ ਨੇਤਾ ਨੇਤਾ ਅਭਿਨੇਤਾ ਹਮ ਸੇਮ ਕੈਟਗਰੀ ਆ ਨੇਤਾ ਅਭਿਨੇਤਾ ਨੇਤਾ ਤਾਂ ਹੈਗਾ ਵਿੱਚ ਹਮ ਨੇਤਾ ਤਾਂ ਹੈਗਾ ਹਣੇ ਨੇਤ੍ਰਤਵ ਕਰਨਾ ਜਿਨੇ ਵੀ ਅੱਗੇ ਗਾਂ ਫੜਨਾ ਲੀਡਰ ਕਹਿ ਸਕਦੇ ਆ ਉਹ ਸਾਰੇ ਕਿਤੇ ਹੀ ਆ ਜੀ ਉਹ ਲੀਡਰਸ਼ਿਪ ਤਾਂ ਹੈਗੀ ਆ ਜੀ ਉਹ ਜਾਏ ਕਿਤੇ ਮਰਜੀ ਵਰਤ ਲੋ ਹਮ ਉਹ ਤਾਂ ਰਹਿਣੀ ਆ ਪੰਜਾਬ ਚ ਹੈਗੀ ਸਾਰਿਆਂ ਚ ਹੈਗੀ ਆ ਬਟ ਚੰਗੀ ਚੀਜ਼ ਨੂੰ ਦੀ ਲੀਡਰਸ਼ਿਪ ਕਰੂਗੇ ਕਹਿੰਦੇ ਨੇ ਹੁੰਦੇ ਜੇ ਕਿਸੇ ਫੌਜ ਕਿੰਨੀ ਮੱੜ ਜੀ ਮਾੜੀ ਹੋਵੇ ਜੇ ਉਹਦਾ ਲੀਡਰ ਤਕੜਾ ਨਾ ਫੌਜ ਵਿੱਚਾਂ ਜਿੱਤਦੀ ਆ ਜੇ ਲੀਡਰ ਮਾੜਾ ਨਾ ਫੌਜ ਨਹੀਂ ਕਦੇ ਜਿੱਤਦੀ ਹੈ ਹਣਾ ਇਹ ਤੋਂ ਵੀਰ ਇੰਡਸਟਰੀ ਦਾ ਲੀਡਰ ਕੌਣ ਹੈ ਇੰਡਸਟਰੀ ਜਿਵੇਂ ਮੰਨ ਕੇ ਚੱਲੋ ਆ ਲੱਗ ਲੱਗ ਸਾਰੇ ਆਪੋ ਆਪਣੀ ਲੱਗੀ ਹੋਈ ਬਿਕਰ ਨਹੀਂ ਲੱਗ ਲੱਗ ਗਰੁੱਪ ਵੀ ਬਣਾਏ ਹੋਇਆ ਸਾਰਿਆਂ ਨੇ ਮੈਂ ਠੀਕਾ ਜੀ ਤੁਸੀਂ ਕਿਸੇ ਗਰੁੱਪ ਚ ਹੈ ਨਹੀਂਗੇ ਮੈਂ ਕਿਸੇ ਗਰੁੱਪ ਚ ਨਹੀਂ ਹੈਗਾ ਮੇਰਾ ਆਪ ਦਾ ਢੋਲ ਮੈਂ ਹਰੇਕ ਨੂੰ ਕਹਿਣਾ ਨੂੰ ਮੇਰਾ ਆਪ ਦਾ ਢੋਲ ਆ ਮੈਂ ਬਜਾ ਰਿਹਾ ਜਿਨੇ ਢੋਲ ਸੁਣਨਾ ਆਜੋ ਜਿਨੇ ਨਹੀਂ ਸੁਣਨਾ ਉਹ ਤੁਸੀਂ ਜਾਓ ਕੋਈ ਚੱਕਰ ਨਹੀਂ ਹੈਗਾ ਮੈਨੂੰ ਉਹੀ ਇਸ਼ੂ ਨਹੀਂ ਹੈਗਾ ਮੇਰਾ ਢੋਲ ਮੇਰਾ ਦੇਖੋ ਹੁਣ ਮੈਂ ਜੇ ਤੁਸੀਂ ਅੱਡ ਜੇ ਤੁਸੀਂ ਸਾਈਡ ਲਾਈਨ ਕਰ ਦਿੱਤਾ ਜਾਂਦਾ ਹਨ ਨਹੀਂ ਮੈਂ ਉਹ ਕਿਉਂ ਬੜਾਈ ਮੈਂ ਫਿਲਮ ਬੜਾਈ ਹੈ ਜੀ ਫਿਲਮ ਦੇ ਵਿੱਚ ਮੇਰੇ ਘਰਦਿਆਂ ਨੇ ਪੈਸੇ ਦਿੱਤੇ ਹੋਏ ਮੈਨੂੰ ਮੈਂ ਕਿਸੇ ਪ੍ਰੋਡਿਊਸਰ ਤੋਂ ਨਹੀਂ ਲਿਆ ਮੈਨੂੰ ਤਾਂ ਇੱਕ ਇੱਕ ਪ੍ਰੋਡਿਊਸਰ ਨੇ ਕਿਹਾ ਤੇਰੇ ਤੇ ਕੌਣ ਪੈਸਾ ਲਾਊਗਾ ਹੂੰ ਪਤਾ ਨਹੀਂ ਮੈਨੂੰ ਬੜੀ ਹੋਰ ਤਰ੍ਹਾਂ ਦੀ ਗੱਲ ਲੱਗੀ ਕਿ ਯਾਰ ਆਮ ਗੁੱਡ ਯਾਰ ਮੈਂ ਜਿਹੜਾ ਵੀ ਕੰਮ ਕਰਦਾ ਮੈਂ ਵਧੀਆ ਕਰਦਾ ਜਿੰਨਾ ਕੁ ਵੀ ਕਰ ਸਕਦਾ ਮੈਂ ਡਿਟੇਲਡ ਵਿੱਚ ਕਰਦਾ ਹਾਂ ਉਹਦੇ ਵਿੱਚ ਮੈਂ ਲੜ ਦਜੂ ਰੂਪੇ ਨਾਲ ਜਦੋਂ ਮੈਨੂੰ ਕਿਸੇ ਨਾਲ ਜਦੋਂ ਕੋਈ ਕਿਸੇ ਲਈ ਵੀ ਮਾੜਾ ਕਰਦਾ ਮੈਂ ਉਹਨਾਂ ਨਾਲ ਵੀ ਲੜ ਪਣਾ ਮੈਨੂੰ ਇਹ ਨਹੀਂ ਆ ਹਾਂ ਬਾਕੀ ਜੇ ਕਿਸੇ ਨੂੰ ਚੰਗੀ ਸਲਾਹ ਦੇਣੀ ਜੇ ਕਿਸੇ ਫਿਲਮ ਉਹਦੇ ਵਿੱਚ ਹੀ ਕਰਨੀ ਉਹ ਮੈਂ ਜੇ ਮੇਰਾ ਦੁਸ਼ਮਣ ਵੀ ਉਹਨੂੰ ਵੀ ਮੈਂ ਦੇ ਦਿੰਨਾ ਹਾਂ ਨਾ ਕਿ ਕਹਤ ਨਹੀਂ ਕਿ ਤੇ ਪੋੜਿਆ ਜੇਗਾ ਕਹਿੰਦੇ ਤੁਹਾਡੇ ਦੁਸ਼ਮਣ ਹੋਣੇ ਚਾਹੀਦੇ ਬੰਦਾ ਅੱਖ ਚੜੜਕ ਰਹਿਣੀ ਚਾਹੀਦੀ ਹੈ ਤਾਂ ਕਿ ਸਾਰੀ ਉਮਰ ਬੰਦਾ ਤਣਕੇ ਜੀਦਾ ਹੂੰ ਸਾਹਮਣੇ ਵਾਲਾ ਤਕੜਾ ਹੋਵੇ ਤਦ ਹੀ ਫਾਇਦਾ ਹੈ ਨਾ ਦੁਸ਼ਮਣ ਹੈਗੇ ਆ ਫਿਰ ਨਹੀਂ ਨਹੀਂ ਦੁਸ਼ਮਣ ਦੁਸ਼ਮਣ ਨਹੀਂ ਹੈਗੇ ਮੇਰੇ ਤੋਂ ਫਿਰ ਆ ਗੱਲਾਂ ਕੋਟ ਕਿਉਂ ਕਰੀ ਜਾਂਦੇ ਹੋ ਇਹ ਵੇਸੀ ਕਿਸ ਨੇ ਗੱਲ ਕੀਤੀ ਹੈ ਗੱਲ ਆ ਜਿਵੇਂ ਗੱਲ ਉਹ ਹੋਈ ਹੋਰ ਬਥੇਰੇ ਲੋਕ ਆ ਮੈਂ ਨਹੀਂ ਹੈਗੇ ਮੇਰੇ ਦੁਸ਼ਮਣ ਪਰ ਦੁਨੀਆ ਚ ਤਾਂ ਭਰਮਾ ਰਿਆ ਉਹ ਕਹਿੰਦੇ ਦੁਸ਼ਮਣ ਨੂੰ ਮਾਰਨ ਤੇ ਲੱਗੀ ਰਹਿੰਦੇ ਨਾ ਕਈ ਅਰੇ ਤੂੰ ਤਕੜਾ ਕਰਨਾ ਚਾਹੀਦਾ ਹੁੰਦਾ ਤਾਂ ਕਿ ਉਹ ਬਰਾਬਰਤਾ ਰਵੇ ਕਿਉਂਕਿ ਦੁਸ਼ਮਣ ਉਗਾ ਆਮ ਬੰਦਾ ਨਹੀਂ ਦੁਸ਼ਮਣ ਹੋ ਸਕਦਾ ਕਿਸੇ ਦਾ ਵੀ ਹੁਣ ਮੇਰੇ ਮੇਰੇ ਲਈ ਕੋ ਮੇਰੇ ਹੈ ਹੀ ਨਹੀਂ ਮੈਂ ਕਿਸੇ ਕਿਉਂਕਿ ਦੁਸ਼ਮਣ ਵੀ ਮੇਰੇ ਨਾਲ ਤਾਂ ਹੋਊਗੇ ਜੇ ਮੈਂ ਕਿਸੇ ਚ ਬੰਦਾ ਔੜਦਾ ਮੈਂ ਹੈ ਹੀ ਨਹੀਂ ਅਸਲ ਜੀ ਕੀ ਰੂਟੀਨ ਸਕੈਜੂਲ ਕੀ ਨਿੰਦਾ ਤੁਹਾਡਾ ਮੈਂ ਜਿਮ ਜਾਂਦਾ ਜੀ ਅੱਛਾ ਖਾਣਾ ਪੀਣਾ ਆਪਣਾ ਫੂਡ ਬਣਾ ਕੇ ਬਸ ਹੋਰ ਕੀ ਕੰਮ ਕਰਦਾ ਅਸੀਂ ਤੁਸੀਂ ਆਪਕੋ ਕਰਦੇ ਹੋ ਹਾਂ ਆਪਣਾ ਮੈਂ ਆਪ ਹੀ ਬਣਾਉਣਾ ਜੋ ਮੇਰੇ ਪਸੰਦ ਦਾ ਮੈਂ ਹੀ ਬਣਾਉਂਗਾ ਆਪੀ ਨਹੀਂ ਬਣਾ ਕੇ ਦਿੰਦੇ ਨਹੀਂ ਉਹਨਾਂ ਨੂੰ ਮੈਂ ਖਾਣਾ ਅੱਛਾ ਤਾਂ ਕਹਿੰਦੇ ਨਹੀਂ ਉਹ ਤਾਂ ਨਹੀਂ ਉਹਨਾਂ ਦੀ ਜਿਹੜੀ ਡਿਊਟੀਆਂ ਉਹ ਨਿਭਾਉਂਦੇ ਨੇ ਜਿਨਾਂ ਹੀ ਉਹਨਾਂ ਦੀ ਨਿਊ ਡਿਊਟੀਆਂ ਨੇ ਨਿਭਾਉ ਕੁਕਿੰਗ ਤੁਸੀਂ ਕਰਦੇ ਹੋ ਨਹੀਂ ਉਹ ਕੁਕਿੰਗ ਉਹ ਵੀ ਕਰਦੇ ਇੱਕ ਮੈਂ ਵੀ ਕਰਦਾ ਆ ਮੈਨੂੰ ਜਿਹੜੀ ਚੀਜ਼ ਮੈਨੂੰ ਚਾਹੀਦੀ ਉਹ ਮੈਂ ਆਪ ਬਣਾ ਲਾਂ ਮੈਂ ਉਹ ਚ ਨਹੀਂ ਚੀਜ਼ ਬਣਾਉਣੇ ਤੁਸੀਂ ਫਿਰ ਮੈਨੂੰ ਦੱਸੋ ਸਾਰਾ ਕੁਝ ਬਣਾ ਲਾਂ ਸਾਰਾ ਕੁਝ ਜੋ ਕੁਝ ਬਕਾਉਂਗੇ ਰੋਟੀ ਵੀ ਅਠੋ ਸੌ ਕਨ ਲੈਣੇ ਤੁਸੀਂ ਤੁਸੀਂ ਜੋ ਮਰਜ਼ੀ ਕਹਿ ਦਿਓ ਹਾਂ ਮੈਂ ਤੁਹਾਨੂੰ ਤੁਸੀਂ ਨਹੀਂ ਖਾਦਾ ਹੋਊਗਾ ਉਹਦਾ ਫੂਡ ਹਮ ਬਟ ਜੀ ਤੁਸੀਂ ਸਵਾਦ ਜਿੰਦੋਂ ਮੈਨੂੰ ਕਈ ਅਕਸਰ ਕਹਿੰਦੇ ਹੁੰਦੇ ਆ ਕਿ ਭਾਈ ਫਲਾਨੀ ਜਗ੍ਹਾ ਦਾ ਫੂਡ ਬਹੁਤ ਸਵਾਦ ਆ ਮੈਨੂੰ ਇੰਨਾ ਪਤਾ ਇੱਕ ਘਰ ਦਾ ਫੂਡ ਇੱਕ ਬਾਹਰ ਦਾ ਫੂਡ ਇਹਨਾਂ ਦੋਨਾਂ 'ਚ ਮੈਂ ਡਿਫਰੈਂਸ ਦੱਸ ਸਕਦਾ ਕਿ ਇਹ ਘਰ ਦਾ ਹੈ ਬਾਹਰ ਦਾ ਆ। ਅੱਛਾ। ਅੱਗੇ ਜਿਹੜੇ ਬਾਹਰ ਦੇ ਆ ਉਹਨਾਂ 'ਚ ਨਹੀਂ ਮੈਂ ਡਿਫਰੈਂਸ ਦੱਸ ਸਕਦਾ ਕਦੀ। ਮੈਨੂੰ ਸੇਮ ਹੀ ਲੱਗਦੇ ਸਾਰੇ। ਹੂੰ। ਮੈਨੂੰ ਨਹੀਂ ਪਤਾ ਲੱਗਦਾ। ਅੱਜ ਤੱਕ ਮੈਨੂੰ ਪਤਾ ਲੱਗਾ ਇਹ ਇਹਨਾਂ ਨੇ ਗੁੱਡ ਬਣਾਇਆ ਇਹ ਇਹਨਾਂ ਨੇ ਬੈਡ ਬਣਾਇਆ ਮੈਨੂੰ ਸੇਮ ਹੀ ਲੱਗਦੇ ਸਾਰੇ। ਹਾਂ ਤਾਂ ਪਰ ਘਰ ਦਾ ਦੱਸ ਸਕਦਾ। ਅੱਛਾ ਕੀ ਕੀ ਬਣਾਉਣਾ ਹੈ ਹੁਣ ਮੈਨੂੰ ਦੱਸੋ। ਤੁਸੀਂ ਕੀ ਖਾਣਾ ਚਾਹੁੰਦੇ ਹੋ ਬਣਾ ਦਊਂ ਮੈਂ। ਸਾਡੇ ਕੋਲ ਹੈਗਾ ਕਿਚਨ ਇੱਥੇ। ਹੈਗਾ ਹੈ ਪਿੱਛੇ। ਮੈਂ ਸਾਰਾ ਕੁਝ ਬਣਾ ਦਊਂ। ਫਿਰ ਤੂੰ ਇਹ ਮੈਨੂੰ ਪਹਿਲਾਂ ਦੱਸ ਦੇ ਫਿਰ ਆਪਾਂ ਪੌਡਕਾਸਟ ਹੀ ਉੱਤੇ ਕਰ ਲੈਂਦੇ ਪੌਡਕਾਸਟ ਕਿਚਨ ਤੇ ਕਰਨਾ ਸਿਕਾ ਰਹੇ ਹਾਂ ਤੇ ਉਹ ਮੈਂ ਆਪਣਾ ਸ਼ੁਰੂ ਕਰਨਾ ਹੈ ਆਪਣਾ ਜੱਟ ਦਾ ਕਿਚਨ ਜੱਟ ਦਾ ਕਿਚਨ ਹੈ ਉਹਦੇ ਵਿੱਚ ਮੈਂ ਆਪਣਾ ਜੋ ਮੈਨੂੰ ਪਸੰਦ ਆਉਂਦਾ ਉਹ ਮੈਂ ਬਣਾਇਆ ਕਰਨਾ ਹਲੇ ਬਣਾਉਣਾ ਸ਼ੁਰੂ ਕੀਤਾ ਨਹੀਂ ਹੈਗਾ ਇੱਕ ਵਾਰ ਮੈਂ ਬਲੌਗ ਜੇ ਬਣਾ ਕੇ ਅੱਛਾ ਤੁਸੀਂ ਫੂਡ ਵਲੌਗ ਪਾਇਆ ਕਰੋ ਨਹੀਂ ਨਹੀਂ ਫੂਡ ਬਲੌਗ ਨਹੀਂ ਪਾਉਣਾ ਹਾਂ ਅਰੇ ਬਲੌਗ ਨਹੀਂ ਫੂਡ ਨਹੀਂ ਬਣਾਉਣਾ ਹਾਂ ਮੈਂ ਆਪਣਾ ਜਿਹੜਾ ਮੈਨੂੰ ਬਣਾਉਣਾ ਆਉਂਦਾ ਹਾਂ ਉਹ ਬਣਾਇਆ ਕਰੂੰਗੀ ਉਹ ਬਣਾ ਕੇ ਦੱਸਿਆ ਕਰੂੰਗੀ ਰੈਸਪੀ ਦੱਸਿਆ ਕਰੂੰਗੀ ਰੈਸਪੀ ਨਹੀਂ ਮੈਂ ਬਣਾ ਕੇ ਦੱਸਣਾ ਕਿ ਇਹ ਇਹਦਾ ਪੰਜਾਬ ਦੀਆਂ ਚੀਜ਼ਾਂ ਬਣਾਉਣੀਆਂ ਬਾਹਰ ਦੀਆਂ ਨਹੀਂ ਬਣਾਉਣੀਆਂ ਅੱਛਾ ਅੱਛਾ ਉਹ ਤਾਂ ਸਾਰਾ ਕੁਝ ਹੀ ਮੈਨੂੰ ਹੂੰ ਪਰ ਮੈਂ ਬਣਾਉਣਾ ਉਹ ਹੀ ਬਣਾਉਣਾ ਜਿਹੜਾ ਪੰਜਾਬ ਦਾ ਹੈ ਅੱਛਾ ਕੁਕਿੰਗ ਲਈ ਕਦੋਂ ਇੰਟਰਸਟ ਨਹੀਂ ਸ਼ੁਰੂ ਤੋਂ ਹੀ ਆ ਜੀ ਸ਼ੁਰੂ ਤੋਂ ਹੀ ਆ ਪੁੰਨੇ ਪੜ੍ਹਦੇ ਮਤਲਬ ਜਦੋਂ ਬੰਦਾ ਬਾਹਰ ਰਹਿੰਦਾ ਹੁੰਦਾ ਹਨਾ ਨਹੀਂ ਨਹੀਂ ਉੱਥੇ ਤਾਂ ਹੋਸਟਲ 'ਚ ਸੀਗਾ ਜੀ ਮੈਂ ਹੋਸਟਲ ਲਾਈਫ 'ਚ ਸੀ ਮੈਂ ਮਤਲਬ ਹੋਸਟਲ ਲਾਈਫ 'ਚ ਸੀਗਾ ਉੱਥੇ ਉਹ ਨਹੀਂ ਪੜ੍ਹਨਾ ਵੈਸੇ ਆਉਂ ਮੈਂ ਆਪਣੀ ਮਾਤਾ ਕੋ ਕੋ ਬਹਿੰਦਾ ਰਿਆਂ ਛੂਟੇ ਹੁੰਦੇ ਰਸੋਈ ਵਿੱਚ ਤੇ ਉਹ ਜੋ ਬਣਾਉਂਦੀ ਮੈਂ ਬਣਦੀ ਕਿੰਨੇ ਭੈਣ ਭਰਾ ਤੁਸੀਂ ਹੈਗੇ ਤਾਂ ਵਾਵਾ ਸੀਗੇ ਹੁਣ ਦੋ ਰਹਿ ਗਏ ਆਪਾ ਵਾਵਾ ਸੀਗੇ ਦੋ ਪੰਜ ਸੀਗੇ ਅੱਛਾ ਦੋ ਹੀ ਆ ਆਪਾ ਹੁਣ ਫਿਰ ਤਿੰਨ ਬਾਕੀ ਚਲੇ ਗਏ ਬਾਹਰ ਨਹੀਂ ਅੱਛਾ ਹਾਂ ਰੱਬ ਨੂੰ ਪਿਆਰੇ ਜਿੱਦਾਂ ਕਹਿੰਦੇ ਆ ਉਹ ਹੋ ਗਏ ਚਲੇ ਗਏ ਉਹ ਮੈਂ ਅਸੀਂ ਦੋ ਆ ਹੁਣ ਭਾਈ ਆ ਦੋ ਭਾਈ ਮੇਰਾ ਕੋਈ ਬਾਹਰ ਆ ਆਸਟ੍ਰੇਲੀਆ ਜੀ ਜੀ ਹਾਂਜੀ ਉਹ ਵੀ ਪ੍ਰੋਡਿਊਸਰ ਆ ਪਰ ਉਹਦਾ ਨਾਂ ਨਹੀਂ ਪਾਇਆ ਅੱਛਾ ਜੀ ਉਹਦੀ ਜਗ੍ਹਾ ਤੇ ਮੰਮੀ ਦਾ ਨਾਂ ਪਾਇਆ ਹੋਇਆ ਸਾਰਿਆਂ ਦੀ ਜੀ ਕਰਦੇ ਨੇ ਪੈਸੇ ਤੇ ਤੁਹਾਡੇ ਮੰਮੀ ਦਾ ਨਾਮ ਹੈ ਮੇਰੀ ਫਿਲਮ ਜੀ 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 ਪ੍ਰੋਡਿਊਸਰ ਚ ਬਾਕੀ ਜਦੋਂ ਰਿਲੀਜ਼ ਕਰਨੀ ਸੀ ਕਿ ਤਾਂ ਮੇਰੇ ਇੱਕ ਦੋ ਮਿੱਤਰ ਨੇ ਹਰਦੀਪ ਐ ਮੁੰਡਾਰ ਤੁਧਰਾਲੀ ਪਿੰਤੂ ਹਾਂਜੀ ਉਹ ਵੀ ਨਾਲ ਆਇਆ ਕਿ ਚਲੋ ਭਾਜੀ ਕਰਦੇ ਆਪਾਂ ਹਨਾ ਤਾਂ ਸਿਕਾ ਉਹ ਕੋਈ ਫਿਲਮ ਮੇਕਿੰਗ ਵਾਲਾ ਨਹੀਂ ਹੈਗਾ ਬੰਦਾ ਬਟ ਉਹ ਹੀ ਟਰਸਟ ਮੀ ਹਮ ਬਸ ਇਦਾਂ ਤਾਂ ਆਈਆਂ ਹਮ ਤਾਂ ਵਸੋ ਫਿਲਮ ਬਣੀ ਪਈ ਆ ਜੇ ਫਿਲਮ ਦੀ ਗੱਲ ਕਰੀਏ ਹਮ ਤਾਂ ਦੇਖੋ ਕਦੋਂ ਪਹਿਲਾਂ ਤਾਂ ਮੈਂ ਹੁਣ ਲੱਗਾ ਹੋਇਆ ਹਾਂ ਜੀ ਕਿ ਇੱਥੇ ਕਾਨੂੰਨ ਬਣਾਇਆ ਜਾਵੇ ਮੈਂ ਸੀਐਮ ਤੱਕ ਅਪਰੋਚ ਕੀਤੀ ਆ ਕਿ ਉਹਨਾਂ ਨੂੰ ਦੱਸਿਆ ਕਿ ਭਾਈ ਐਦਾਂ ਹੁੰਦਾ ਆ ਕਿ ਸਾਨੂੰ ਤਰੀਕਾਂ ਪਵਾਈਆਂ ਜਾਂਦੀਆਂ ਜਿੱਦਾਂ ਅਸੀਂ ਮੁਕਾਦਮੇ ਤੇ ਆਏ ਆ ਜੀ ਪੰਜਾਬ 'ਚ ਹੀ ਮੁਕਦਮਾ ਲੜੀ ਜਾਂਦੇ ਆ ਆਪਣੀਆਂ ਚੀਜ਼ਾਂ ਦਾ ਹੀ ਆਪਣੀ ਚੀਜ਼ਾਂ ਦਾ ਸਾਨੂੰ ਮੁਕਦਮਾ ਲੜਨਾ ਪੈ ਰਿਹਾ ਦੂਜੇ ਆ ਕੇ ਮੁਕਦਮਾ ਸਾਡੇ ਤੇ ਕਿਸ ਕਰੀ ਬੈਠੇ ਆ ਹਮ ਹੈਨਾ ਤਾਂ ਕੀ ਇਥੇ ਕਾਨੂੰਨ ਹੋਵੇ ਕਿ ਜਦੋਂ ਵੀ ਪੰਜਾਬੀ ਫਿਲਮ ਆਵੇ ਕੋਈ ਉਹਨਾਂ ਦੀ ਮਿੱਥੀ ਤਰੀਕ ਤੇ ਉਹਨਾਂ ਨੂੰ ਸ਼ੂਜ਼ ਮਿਲਣ ਹਮ ਜਦੋਂ ਮੇਰੀ ਮਿੱਥੀ ਹੋਈ ਸੀ ਪਹਿਲਾਂ ਮੈਂ 6 ਤਰੀਕ ਮਿੱਥੀ ਸੀਗੀ ਮੈਨੂੰ 8 ਕਰਾਤੀ ਮੈਂ 8 ਕਰ ਦਿੱਤੀ ਉਹਨਾਂ ਦੇ ਕਹੇ ਦੇ ਹੁਣ 8 ਨੂੰ ਵੀ ਨਹੀਂ ਮਿਲਿਆ ਮੈਨੂੰ ਜੀ ਚਲੋ ਮੈਨੂੰ ਇੱਕ ਇੱਕ ਸ਼ੋਅ ਮਿਲਣਾ ਸੀ ਕਿਉਂਕਿ ਮੈਂ ਅੱਗੇ ਨਹੀਂ ਜਾਣਾ ਚਾਹੁੰਦਾ ਮੇਰੇ ਹੋਰ ਵੀ ਕੰਮ ਨੇ ਰੁਝੇ ਮੈਂ ਹਰੇਕ ਬੰਦੇ ਦੇ ਰੁਝੇ ਮੈਂ ਆਖੇ ਬਾਲੀਵੁੱਡ ਦੇ ਕੋਲ ਜ਼ਿਆਦਾ ਰੁਝੇ ਮੈਂ ਆ ਸਾਡੇ ਕੋਲ ਹੈ ਨਹੀਂਗੇ ਹੂੰ ਸਿੰਪਲ ਜੀ ਗੱਲ ਆ ਪੰਜਾਬ ਵੀ ਦੇ ਕੋਲ ਰੁਝੇ ਮੈਂ ਹੈ ਨਹੀਂਗੇ ਪੰਜਾਬ ਦੇ ਕੋਲ ਹੋਰ ਕੋਈ ਕੰਮ ਨਹੀਂ ਆ ਕੋਈ ਬਦਿਹਰੇ ਕੰਮ ਨਹੀਂ ਜੀ ਮੇਰੇ ਕੋਈ ਕੰਮ ਨਹੀਂ ਮੈਂ ਆਪਣੀ ਤਰੀਕ ਅੱਗੇ ਕਦੇ ਲੈ ਕੇ ਜਾਵਾਂ ਹੂੰ ਸਾਡਾ ਪੰਜਾਬ ਆ ਸਾਡੀ ਸਟੇਟ ਆ ਸਾਡੇ ਸਟੇਟ ਵਿੱਚ ਸਾਡੀ ਜ਼ਮੀਨ ਤੇ ਕਿੰਨੇਵੇਂ ਬੜੇ ਹੋਏ ਸਾਡੇ ਤੋਂ ਬਿਜ਼ਨਸ ਕਰ ਰਹੇ ਸਾਨੂੰ ਈ ਸ਼ੂਰ ਨਹੀਂ ਦਿੰਦੇ ਪਏ ਸਾਨੂੰ ਕਹਿੰਦੇ ਤੁਹਾਨੂੰ ਬੰਬੇ ਦੱਸਾਂਗੇ ਇੱਕ ਦਿਨ ਪਹਿਲਾਂ ਇੱਕ ਮਿਲਣਾ ਕਿ ਦੋ ਮਿਲਣੇ ਆ ਚਾਹੇ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ ਕਲਾਕਾਰ ਦਾ ਕਲਾਕਾਰ ਹੈ ਪੁਰਾਣਿਆਂ ਨੂੰ ਪੁਰਾਣੇ ਕੋਈ ਜ਼ਿਆਦਾ ਬਾਲਿਆ ਕੀ ਪਤਾ ਨਵੇਂ ਕੋਈ ਜ਼ਿਆਦਾ ਪਾਵਰ ਹੋਵੇ ਨਵਾਂ ਪੁਰਾਣੇ ਨੂੰ ਉਸੇ ਇੱਕ ਪਹਿਲੇ ਦਾ ਚੇ ਸਿੱਟ ਦੇਵੇ ਕਰ ਸਕਦਾ ਇਹ ਕਾਤੇ ਕਰਦੇ ਐ ਇਦਾਂ ਹਣਾ ਪਤਾ ਨਹੀਂ ਇਹ ਪੰਜਾਬ ਚ ਉਸੇ ਕੀ ਲੱਗਾ ਇੱਥੇ ਵੀ ਕਾਨੂੰਨ ਲੱਗੇ ਕਿ ਜਦੋਂ ਵੀ ਪੰਜਾਬੀ ਫਿਲਮ ਆਵੇ ਉਹਨੂੰ ਮਿਨੀਮਮ ਸ਼ੋਅ ਦੇਣ ਇਹ ਪੰਜਾਬ ਚ ਬਾਹਰ ਦਾ ਨਹੀਂ ਮੈਨੂੰ ਪਤਾ ਹੈ ਜੀ ਅੱਛਾ ਕਦੋਂ ਹੁਣ ਰਿਲੀਜ਼ ਕਦੋਂ ਕਰ ਰਹੇ ਹੁਣ ਰਿਲੀਜ਼ ਪਤਾ ਹੀ ਨਹੀਂ ਜੀ ਅੱਗੇ ਵੀ ਹੁਣ ਹਿੰਦੀ ਫਿਲਮਾਂ ਬਹੁਤ ਵੱਡੀਆਂ ਵੱਡੀਆਂ ਵੱਡੇ ਵੱਡੇ ਕਲਾਕਾਰ ਆ ਮੈਂ ਵੀ ਮੈਨੂੰ ਆਪਣੇ ਨਾਲ ਤਾਂ ਮੈਂ ਵੀ ਬਹੁਤ ਵੱਡਾ ਆ ਯਾਰ ਕਿਉਂਕਿ ਮੈਂ ਕੀਤਾ ਹੋਇਆ ਮੈਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਜੀ ਮੈਨੂੰ ਮੇਰੇ ਪਿੱਛੇ ਤਾਕਤ ਇੱਕ ਹੈਗੀ ਹੋਲਡ ਕਰਦੀ ਪਈ ਮੈਨੂੰ ਵੱਡੀ ਜਿਹਨੂੰ ਸਾਰੇ ਕਰਦੇ ਮੈਨੂੰ ਵੀ ਕਰਦੀ ਪਈ ਆ ਇਹਦੇ ਚ ਕੀ ਹਰਜ ਆ ਮੈਂ ਵੱਡਾ ਆ ਹਾਂ ਮੰਨਾ ਕੋਈ ਮਤਲਬ ਜੇ ਕਹਿੰਦੇ ਤੁਸੀਂ ਕੁਝ ਕੀਤਾ ਉਹਦਾ ਪ੍ਰਾਊਡ ਕਰਨਾ ਚਾਹੀਦਾ ਕਰ ਸਕਦੇ ਆ ਇਹਦੇ ਚ ਕੋਈ ਦੂਰ ਆਈ ਨਹੀਂ ਹੈਗੀ ਹਨਾ ਤਾਂ ਅਸੀਂ ਸਾਹਮਣੇ ਵਾਲਾ ਕੋਈ ਹੋਰ ਹੁੰਦਾ ਉਹ ਉਹਨੂੰ ਮੈਂ ਮੈਂ ਕਹਿ ਦਿੰਦੇ ਮੈਂ ਇਹ ਨਹੀਂ ਹੁੰਦੀ ਹੈਗੀ ਉਹਦੇ ਵਿੱਚ ਵੀ ਫਿਰ ਮੈਂ ਕੀ ਹੁੰਦੀ ਆ ਮੇਰੇ ਮਨੇ ਮਨਚੀ ਚੱਲ ਰਿਹਾ ਸੀ ਸਵਾਲ ਮੈਂ ਹੁੰਦੀ ਆ ਜਦੋਂ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਪ੍ਰਾਊਡ ਫੀਲ ਕਰਦੇ ਆ ਜਦੋਂ ਮੈਂ ਵੀ ਵੱਡੀ ਚੀਜ਼ ਆ ਮੈਂ ਤੇ ਤੂੰ ਇੱਕੋ ਹੀ ਹੁੰਦਾ ਹਮ ਮੈਂ ਤੇ ਤੂੰ ਇੱਕ ਆ ਤੇ ਜੇ ਤੂੰ ਆ ਤਾਂ ਮੈਂ ਵੀ ਹੈਗੀ ਆ ਹਮ ਤੂੰ ਤੋਂ ਬਿਨਾ ਮੈਂ ਨਹੀਂ ਹੋ ਸਕਦੀ ਹਮ ਹੁਣ ਮੇਰੇ ਚ ਜਿਹੜੀ ਮੈਂ ਆ ਉਹ ਤੂੰ ਤੋਂ ਬਿਨਾ ਨਹੀਂ ਹੈਗੀ ਤੂੰ ਆ ਉਹਦੇ ਵਿੱਚ ਤੂੰ ਜਿਹੜਾ ਤੂੰ ਜਿਹਨੂੰ ਤੂੰ ਤੂੰ ਕਰਦੇ ਆ ਨਾ ਆਪਾਂ ਉਹਨੇ ਕਿਹਾ ਤੂੰ ਕਰਮ ਹੈ ਮੈਂ ਤੇਰੇ ਪਿੱਛੇ ਹੀ ਹੈਗਾ ਸੋ ਮੈਂ 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 ਕਰ ਰਿਹਾ ਹੈ ਨਾ ਕਿਤੇ ਕਿ ਕਿ ਨਹੀਂ ਉਹ ਤੂੰ ਤੋਂ ਤੂੰ ਤੇ ਮੈਂ ਕਿਹਾ ਤੋਹੀ ਮੋਹੀ ਅੰਤਰਕੈਸਾ ਮਹਾਰਾਜ ਕਹਿੰਦੇ ਫੇ ਉਹ ਤਾਕਤ ਹੁੰਦੀ ਆ ਮੇਰੇ ਕੋਲ ਮੈਂ ਕੀਤਾ ਵੀ ਇਹਦੇ ਵਿੱਚ ਇਹਦੇ ਵਿੱਚ ਦੋ ਉਹ ਨਹੀਂ ਹੈਗਾ ਮੈਂ ਕੁਝ ਕੀਤਾ ਹੋਇਆ ਆ ਉਹ ਮੈਂ ਦਿਖਾਉਣਾ ਚਾਹਣਾ ਜੀ ਮੇਰੇ ਕੋ ਵੀ ਸਮਾਂ ਲਿਮਟਡ ਆ ਹੂੰ ਉਹ ਨਹੀਂ ਮੈਂ ਉਹ स्लॉट ਕਰਕੇ ਹਨਾ ਉਹ ਦੇਖਿਆ ਸੀ ਨਹੀਂ ਨਹੀਂ ਮੈਂ ਵੈਸੇ ਤਾਂ ਜਨਰਲ ਕਰਦਾ ਹਾਂ ਉਹ ਸਿਰ ਇਸ ਫਿਲਮ ਲਈ ਵੀ ਆ ਕਿ ਹਰੇਕ ਬੰਦੇ ਕੋ ਉਨਾ ਹੀ ਸਮਾਂ ਆ ਉਹ ਸਮਾਂ ਦਿੱਤਾ ਜਾਣਾ ਚਾਹੀਦਾ ਆ ਆਪਦੇ ਘਰੇ ਨਹੀਂ ਸਮਾਂ ਦੇਵੋਗੇ ਫਿਰ ਕੀ ਦੇ ਅਸੀਂ ਗਵਾਂਡੀਆਂ ਦੇ ਘਰੇ ਥੋੜੀ ਹੁਣ ਰੀਜIONAL ਸਿਨੇਮੇ ਨੂੰ ਮਹਾਰਾਸ਼ਟਰਾ ਸਪੋਰਟ ਕਰਦਾ ਮੈਂ ਉੱਥੇ ਥੋੜੀ ਫਿਲਮ ਜਾ ਕੇ ਰਿਲੀਜ਼ ਕਰੂੰਗਾ ਮੈਨੂੰ ਤਾਂ ਪੰਜਾਬ ਜੀ ਕਰਨੀ ਪਈ ਕਿਉਂਕਿ ਮੈਂ ਬੜਾਈ ਪੰਜਾਬੀ ਚ ਆ ਬਿਲਕੁਲ ਹੈਨਾ ਤੇ ਇੱਥੇ ਕਹਿੰਦੇ ਤੂੰ ਕੌਣ ਆ ਫਿਰ ਕਹਿੰਦੇ ਤੂੰ ਲੋਬੀ ਚ ਨਹੀਂ ਹੈਗਾ ਫਿਰ ਤੇਰੀ ਕਹਿੰਦੇ ਆਰਟ ਫਿਲਮ ਐ ਲਵ ਸਟੋਰੀ ਫਿਲਮ ਬਣਾਈ ਕਮਰਸ਼ੀਅਲ ਲਵ ਸਟੋਰੀ ਫਿਲਮ ਐ ਆ ਮੰਟੋ ਸਾਹਿਬ ਦੀ ਕਹਾਣੀਆਂ ਸਵਾਦ ਅਥਾ ਸਨ ਮੰਟੋ ਦੀ ਉਹਨਾਂ ਦੀ ਕਹਾਣੀ ਆ ਉਹ ਵਿਚਾਰੇ ਸਾਰੀ ਉਮਰ ਤਰੀਕਾਂ ਤੇ ਰਹੇ ਆ ਉਹ ਕਿੱਥੋਂ ਆਰਟ ਕਰੂਗੇ ਤਰੀਕਾਂ ਦੇ ਬੜਾ ਹੰਡਾੜ ਕਿ ਤੋਰੂਗਾ ਹੈਨਾ ਐਵੇਂ ਆ ਮੈਨੂੰ ਮੈਂ ਚੋਣਾ ਕਿ ਫਿਲਮ ਦੇਖਣਾ ਅਗਲੀਆਂ ਫਿਲਮਾਂ ਮੈਂ ਐਕਸ਼ਨ ਹੀ ਬਣਾਉਂਗਾ ਜਿੱਦਾਂ ਦੀ ਇਹ ਕਹਿੰਦੇ ਐ ਕਿ ਐਕਸ਼ਨ ਦੇਖਦੇ ਆ ਸਾਰੀਆਂ ਐਕਸ਼ਨ ਹਮਮ ਹੁਣ ਨੀ ਮੈਂ ਬਣਾਦਾ ਲਫਸੋ ਯਾਰ ਸੋਚ ਲਿਆ ਹੁਣ ਕੀ ਕਰਨਾ ਕਿ ਨਹੀਂ ਸੋਚਿਆ ਕਿ ਪਹਿਲਾਂ ਹੀ ਬਣੀਆਂ ਪਹਿਲਾਂ ਹੀ ਬਣੀਆਂ ਪਈਆਂ ਐਕਸ਼ਨ ਇਹ ਤਾਂ ਅਸਲ 'ਚ ਮੇਰੇ ਮਿੱਤਰਾਂ ਨੇ ਮੈਨੂੰ ਕਾਸਟ ਕੀਤਾ ਸੀ ਉਹਨਾਂ ਦਾ ਪ੍ਰੋਡਿਊਸਰ ਬੈਕ ਆਫ ਕਰ ਗਿਆ ਤੇ ਉਹ ਮੇਰੇ ਕੋਲ ਮੈਂ ਆਪਣੀ ਫਿਲਮਾਂ ਜਿਹੜੀਆਂ ਐਕਸ਼ਨ ਬਣਾਉਣੀ ਸੀਆਂ ਉਸ ਲਈ ਪੈਸੇ ਰੱਖੇ ਹੋਏ ਸੀਗੇ ਹਮਮ ਫਿਰ ਉਹ ਲਾਤੇ ਥੋੜੇ ਜੇ ਕਰਦੇਆਂ ਤੋਂ ਲੈ ਲੈ ਹਣਾ ਉਹ ਉਹਨਾਂ ਨੂੰ ਬੜਾ ਮੈਂ ਕਿ ਪਹਿਲਾਂ ਤੁਸੀਂ ਕਰ ਲਓ ਕੋਈ ਚੱਕਰ ਨਹੀਂ ਹੈਗਾ ਮੈਂ ਅਗਲੀ ਤੇ ਬੜਾ ਲੂੰਗਾ ਫਿਰ ਮੈਨੂੰ ਇੱਥੇ ਫੈਸਟੀਵਲ ਚ ਮੇਰੀ ਫਿਲਮ ਨੂੰ ਆਨਰੇਬਲ ਮੈਂਚ ਲੈ ਲੈਂਡਰ ਨੂੰ ਇੰਟਰਨੈਸ਼ਨਲ ਫਿਲਮ ਫੈਸਟੀਵਲ ਚ ਹਣਾ ਇੱਕ ਦੋ ਥਾਂ ਤੇ ਹੋਰ ਵੀ ਹੈਗੇ Shimla ਫਿਲਮ ਫੈਸਟੀਵਲ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੁੰਦਾ ਉੱਥੇ ਸਪੈਸ਼ਲ ਜੂਰੀ ਰਿਵਾਰਡ ਆ ਫਿਰ ਇੱਕ ਇੱਥੇ ਚੰਡੀਗੜ੍ਹ ਹੋਇਆ ਸੀਗਾ ਉੱਥੇ ਸਕਰੀਨਿੰਗ ਹੋਈ ਸੀਗੀ ਸਿਨੇਮੇ 34 ਚ ਤਾਂ ਮੈਂ ਦੇਖਿਆ ਵਧੀਆ ਫਿਲਮ ਬਣੀ ਹੋਈ ਆ ਸਕਰੀਨ ਤੇ ਆਪਾਂ ਸਿਨੇਮਾ ਚ ਰਿਲੀਜ਼ ਕਰ ਸਕਦੇ ਆ ਤਾਂ ਮ ਪਰ ਇੱਥੇ ਕੁਝ ਹੋਰ ਚੱਲਦਾ ਪਿਆ ਹੈ। ਅਸੀਂ ਇੱਕ ਪਾਸੇ ਪੰਜਾਬੀ ਦੀ ਗੱਲ ਕਰਦੇ ਆਂ ਦੂਜੇ ਪਾਸੇ ਉਹਨੂੰ ਕੱਟ ਦਿੰਨੇ ਆਂ। ਗਵਾਂਡੀਆਂ ਨਾਲ ਰਲ ਜਾਂਦੇ ਆਂ। ਉਹਨੂੰ ਕਹਿੰਦੇ ਤੁਸੀਂ ਬਾ ਨਾਲਕਾ ਸਾਡੇ ਕਰਦਾ ਆ ਪਾਣੀ ਤੁਸੀਂ ਭਰ ਲਓ ਕੋਈ ਚੱਕਰ ਨਹੀਂ ਹੈਗਾ। ਤੁਹਾਨੂੰ ਲੱਗਦਾ ਮਤਲਬ ਪੰਜਾਬੀ ਸਿਨੇਮਾ ਕੁਝ ਸੰਖੇਪ ਜਿਹਾ ਸਵਾਲ ਕਰੂੰਗਾ ਮੈਂ। ਪੰਜਾਬੀ ਸਿਨੇਮੇ ਚ ਚਲੋ ਤੁਸੀਂ ਕੰਮ ਕੀਤਾ ਤੁਸੀਂ ਇੱਕ ਵੱਖਰਾ हटके ਕੰਮ ਕੀਤਾ ਜਿਹੜਾ ਰਜ਼ਾਏ ਜਿੰਨਾ ਕਿ ਮੈਂ ਟ੍ਰੇਲਰ ਜਿੰਨਾ ਕਿ ਮੈਂ ਟ੍ਰੇਲਰ ਦੇਖਿਆ ਇੱਕ ਹਟਕੇ ਕੀਤਾ ਹੋਇਆ ਕੰਮ ਆ ਨਹੀਂ ਤਾਂ ਆਦਰਵਾਈਜ਼ ਜੋ ਮੈਂ ਦੇਖਦਾ ਵੀ ਕਮੇਡੀ ਫਿਲਮਾਂ ਆ ਰਹੀਆਂ ਪੰਜਾਬੀ ਦੇ ਵਿੱਚ ਤੇ ਉਹ ਉਹਨਾਂ ਦਾ ਸਟਾਈਲ ਹੈ ਜੀ ਕਮੇਡੀ ਫਿਲਮ ਮਿੱਤੂ ਵੀ ਹੈਗੀਆਂ ਆ ਹਾਂ ਪਰ ਮੇਰੀ ਸਿਚੁਏਸ਼ਨਲ ਕਮੇਡੀ ਆ ਮੈਂ ਉਹ ਨਹੀਂ ਕਰਦਾ ਹੈਗਾ ਮੈਂ ਤੁਹਾਨੂੰ ਗੱਲ ਕਹੀ ਤੁਸੀਂ ਮੈਨੂੰ ਟੌਂਟ ਜਾਂ ਮਾਰਨਾ ਨਹੀਂ ਤੁਹਾਨੂੰ ਕਹੀ ਉਹ ਨਹੀਂ ਮੇਰੇ ਕੋਲ ਹੈਗਾ ਹਾਸ ਸਾਹਮਣੇ ਵਾਲਾ ਇਸ ਫਿਲਮ ਚ ਵੀ ਹੈਗੀ ਕਮੇਡੀ ਉਹ ਥੋੜੇ ਤੇ ਆ ਤੁਹਾਨੂੰ ਹਾਸਾ ਆਊਗਾ ਕਿ ਨਹੀਂ ਆਊਗਾ ਜੇ ਮੈਨੂੰ ਹਾਸਾ ਆਉਂਦਾ ਤੇ ਤੁਹਾਨੂੰ ਵੀ ਆਊਗਾ ਸਿਚੁਏ ਹਣਾ ਇਹ ਨਹੀਂ ਹੈਗਾ ਕਿ ਤੱਕੀ ਨਾ ਮੈਂ ਤੁਹਾਨੂੰ ਹਸਾ ਹਸਾ ਮਾ ਤੱਕੇ ਵਾਲਾ ਨਹੀਂ ਹੈਗਾ ਉਹ ਤਾਂ ਕਹਾ ਤਾਂ ਹਸਣਾ ਹੋਇਆ ਹਮ ਹਣਾ ਮਤਲਬ ਉਹ ਤਾਂ ਲਿਖਦੇ ਆ ਪੰਜੋ ਕੋਈ ਚੱਕਰ ਨਹੀਂ ਹੈਗਾ ਉਹ ਉਹਨਾਂ ਦਾ ਪੈਟਰਨ ਮੈਂ ਹਟਕੇ ਨਹੀਂ ਕਰਦਾ ਮੈਨੂੰ ਜੋ ਪਸੰਦ ਹੁੰਦਾ ਮੈਂ ਉਹ ਕਰਦਾ ਨਹੀਂ ਮੈਨੂੰ ਇਹ ਲੱਗਿਆ ਸੀਗਾ ਵੀ ਜਿਵੇਂ ਕੋਈ ਫਿਲਮਾਂ ਹਟਕੇ ਆਈਆਂ ਜਿਵੇਂ ਜੋਰਾਦਾਸ ਨੰਬਰੀਆ ਸੀ ਜਾਂ ਜਿਵੇਂ ਥੋਡੀ ਫਿਲਮਾਂ ਜਾਂ ਹੋਰ ਕਈ ਫਿਲਮਾਂ ਮਤਲਬ ਮੈਡਲ ਵੀ ਇੱਕ ਹਟਕੇ ਸੀਗੀ ਹੋਰ ਕਈ ਫਿਲਮਾਂ ਇਦਾਂ ਹਟਕੇ ਆਈਆਂ ਹਣਾ ਨਹੀਂ ਮੈਂ ਹਟਕੇ ਮੈਨੂੰ ਪਤਾ ਨਹੀਂ ਹੈਗਾ ਹਟਕੇ ਕੀ ਹੁੰਦਾ ਨੇ ਮੈਂ ਕਿਉਂ ਜੋ ਮੈਂ ਦੇਖਦਾ ਮੈਂ ਪਹਿਲੇ ਕੀ ਮੈਂ ਪੰਜਾਬੀ ਸਿਨੇਮਾ ਬਹੁਤ ਘੱਟ ਵੇਖਦਾ ਹਾਂ ਜਿਵੇਂ ਪੰਜਾਬੀ ਸਿਨੇਮਾ ਮੈਨੂੰ ਆ ਲੱਗਦਾ ਵੀ ਸਾਰੀਆਂ ਕਮੇਡੀ ਫਿਲਮਾਂ ਹੀ ਬਣੀਆਂ ਜਾਂਦੀਆਂ ਨੇ ਜੋ ਮੇਰੀ ਅਬਜ਼ਰਵੇਸ਼ਨ ਹੈ ਨਾ ਮੈਨੂੰ ਜਿਹੜੀਆਂ ਥੋੜੀਆਂ ਹੀ ਆ ਅਲੱਗ ਹੁੰਦੀਆਂ ਮੂਵੀਜ਼ ਮੈਨੂੰ ਮੈਨੂੰ ਮੇਰਾ ਓਪੀਨੀਅਨ ਹੈ ਨਹੀਂ ਸੀ ਪਤਾ ਹੀ ਇਹ ਫਿਲਮ ਦੇਖਿਓ ਜਿਹੜੀਆਂ ਅਗਲੀਆਂ ਫਿਲਮਾਂ ਹੋ ਗਈਆਂ ਸਾਰੀਆਂ ਅੱਡ ਹੋ ਗਈਆਂ ਤੁਸੀਂ ਇਸ ਫਿਲਮ ਜਦੋਂ ਦੇਖੋਗੇ ਤੁਸੀਂ ਹੁਣ ਮੈਨੂੰ ਦੇਖ ਲਿਆ ਮੈਂ ਕਿਦਾਂ ਬੋਲਦਾ ਆ ਸਭ ਨੇ ਆਡੀਅנס ਨੇ ਵੀ ਦੇਖ ਲਿਆ ਜੇ ਤੁਸੀਂ ਫਿਲਮ ਦੇਖੂਗੇ ਉੱਥੇ ਮੇਰਾ ਕਰੈਕਟਰ ਨਾ ਅੱਬੂ ਆ ਮੁਸਲਿਮ ਫੈਮਿਲੀ ਬੇਸਡ ਫਿਲਮ ਆ ਘੁਮੰਟੋ ਸਾਹਿਬ ਦੀ ਕਹਾਣੀ ਸ਼ੂਟ ਪੰਜਾਬ ਚ ਹੋਈ ਇੱਧਰ ਜੀ ਤਾਂ ਕਹਾਣੀ ਉਧਰ ਦੀ ਆ 40s 40s ਵਿਲੇਜ ਦੀ ਉਧਰ ਦੀ ਆ ਪਰ ਅਸੀਂ ਉਹ ਸੋਲ ਰੱਖੀ ਹੋਈ ਆ ਹਨਾ ਕਰੈਕਟਰ ਨਾ ਹੋਣ ਹਨਾ ਜੇ ਤੁਸੀਂ ਫਿਲਮ ਦੇਖੂਗੇ ਤੁਸੀਂ ਫਿਲਮ ਤੋਂ ਬਾਹਰ ਆਉਂਗੇ ਤੁਹਾਡੇ ਜ਼ਿਹਨ ਚ ਅੱਬੂ ਹੋਊਗਾ ਹਾਰਪ ਫਾਰਮਰ ਨਹੀਂ ਹੋਊਗਾ ਤੁਸੀਂ ਇਹ ਕਹੋਗੇ ਅੱਬੂ ਵਾਸ ਗੁੱਡ ਅੱਬੂ ਨੇ ਵਧੀਆ ਕਰੈਕਟਰ ਕੀਤਾ ਮੈਂ ਇਹ ਕਹਿ ਸਕਦਾ ਕਿ ਅੱਬੂ ਨੇ ਵਧੀਆ ਕਰੈਕਟਰ ਨ ਇਹ ਨਹੀਂ ਕਹੂੰਗੇ ਕਿ ਹਾਰ ਫਾਰਮਰ ਨੇ ਅਬੂ ਨਵਾਇਆ ਅਬੂ ਵਧੀਆ ਸੀਗਾ ਪੂਰੇ ਕੈਰੈਕਟਰ ਬਹੁਤ ਵਧੀਆ ਕੀਤਾ ਇਹ ਕਹਿ ਸਕਦੇ ਤੁਸੀਂ ਹਣਾ ਤਾਂ ਸਾਰੀ ਫਿਲਮ ਸੋਹਣੀ ਆ ਸਾਰੀ ਨਵੇਂ ਆ ਇਹਦੇ ਚ ਮੈਂ ਵੀ ਨਵਾਂ ਹੀ ਆ ਵੈਸੇ ਤਾਂ ਮੈਂ ਫਿਲਮ ਲਈ ਤਾਂ ਮੈਂ ਨਵਾਂ ਹੀ ਆ ਬਾਕੀ ਵੀ ਨਵੇਂ ਆ 2-4 ਹੈਗੇ ਨੇ 1-2 ਜਿਹੜੇ ਥੀਏਟਰ ਵਾਲੇ ਪੁਰਾਣੇ ਕਲਾਕਾਰ ਨੇ ਖੁੰਡ ਨੇ ਉਹ ਵੀ ਹੈਗੇ ਨੇ ਬਾਕੀ ਜਿੰਨੇ ਵੀ ਆ ਸਾਰੇ ਨਵੇਂ ਨੇ ਡਾਇਰੈਕਟਰ ਵੀ ਸਿਮਟੋਗ੍ਰਾਫੀ ਵੀ ਸਭ ਪਰ ਉਹ ਆਪ ਥੋੜਾ ਥੋੜਾ ਉਹਨਾਂ ਨੇ ਕੰਮ ਕੀਤਾ ਆ ਪਰ ਫੀਚਰ ਫਿਲਮ ਲਈ ਇੱਕ ਨਿਊ ਆ ਤਾਂ ਬਾਕੀ ਫਿਲਮਾਂ ਚ ਵੀ ਮੇਰੇ ਚਿੱਤੇ ਹੋਣਗੇ ਐਵੇਂ ਆ ਜੀ ਜੀ ਸ਼ੁਕਰੀਆ ਹਰਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਸਮਾਂ ਦਿੱਤਾ ਤੁਸੀਂ ਆਏ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਜੀ ਮੇਰੀ ਫਿਲਮ ਦੇਖਿਓ ਜੀ ਰਜ਼ਾਇਸ਼ ਜੀ ਜੀ YouTube ਤੇ ਉਧਰ ਕਹਿ ਸਕਦਾ ਮੈਂ ਹਾਂ ਹਾਂ ਸ਼ੂਰ ਰਜ਼ਾਇਸ਼ ਕ ਦਾ ਟ੍ਰੇਲਰ ਆ YouTube ਤੇ ਪਿਆ ਹੋਇਆ ਮੇਰੇ ਸੋਸ਼ਲ ਮੀਡੀਆ ਤੇ ਵੀ ਪਿਆ ਹੋਇਆ ਉਹ ਤੁਸੀਂ ਦੇਖੋ ਪਲੀਜ਼ ਤੁਸੀਂ ਕਮੈਂਟ ਬਾਕਸ ਵਿੱਚ ਜਦੋਂ ਦੇਖੋਗੇ ਜਰੂਰ ਲਿਖਿਓ ਕਿ ਤੁਹਾਨੂੰ ਕਿਵੇਂ ਦਾ ਲੱਗਾ ਆ ਲਵ ਸਟੋਰੀ ਫਿਲਮ ਆ ਮੈਂ ਇਹ ਕਹਿੰਦਾ ਨਾ ਆਰਟ ਫਿਲਮ ਨਹੀਂ ਹੈਗੀ ਲਵ ਸਟੋਰੀ ਫਿਲਮ ਆ ਤਾਂ ਥੋੜੀ ਦੇਖਣੀ ਬਣਦੀ ਆ ਪੰਜਾਬ ਦੀ ਕਿਉਂਕਿ ਸਪੀਕਿੰਗ ਲਿਸਨਿੰਗ ਸਭ ਤੋਂ ਪਹਿਲਾਂ ਕਿਸੇ ਵੀ ਲੈਂਗੁਏਜ ਨੂੰ ਸਿੱਖਣਾ ਹੁੰਦਾ ਨਾ ਉਹਦੀ ਪਹਿਲਾਂ ਲਿਸਨਿੰਗ ਹੁੰਦੀ ਆ ਫਿਰ ਸੁਣਨਾ ਫਿਰ ਬੋਲਣਾ ਫਿਰ ਰੀਡਿੰਗ ਫਿਰ ਰੀਡਿੰਗ ਹੁੰਦੀ ਆ ਫਿਰ ਰਾਈਟਿੰਗ ਹੁੰਦੀ ਆ ਪੜ੍ਹਨਾ ਫਿਰ ਲਿਖਣਾ ਹਨਾ ਲਾਸਟ ਜੀ ਲਿਖਣ ਵਾਲੀ ਹੁੰਦੀ ਆ ਵੀ ਸਾਡੀ ਭਾਸ਼ਾ ਸੁਣੂਗੇ ਤਾਂ ਬੋਲੂਗੇ ਹਾਂ ਹਨਾ ਜੀ ਤਾਂ ਸੋ ਸੁਣਨਾ ਸ਼ੁਰੂ ਕਰੋ ਦੂਜੀਆਂ ਤਾਂ ਚਲਦੀਆਂ ਰਹਿਣਗੀਆਂ ਉਹ ਵੀ ਸਿੱਖਣੀਆਂ ਜ਼ਰੂਰੀ ਆ ਕਿਉਂਕਿ ਅਸੀਂ ਕਿਤੇ ਹੋਰ ਜਾਈਏ ਤਾਂ ਉੱਥੇ ਪਾਉ ਉਹਨਾਂ ਦੀ ਭਾਸ਼ਾ ਵੀ ਚਾਹੀਦੀ ਹੁੰਦੀ ਆ ਕਮਿਊਨੀਕੇਸ਼ਨ ਲਈ ਬਟ ਇਹ ਨਹੀਂ ਕਿ ਆਪਦੀ ਚੀਜ਼ ਨੂੰ ਪਰੇ ਰੱਖ ਕੇ ਨਹੀਂ ਨਹੀਂ ਆਹ ਖਾਣਾ ਪੀਜ਼ਾ 버ਗਰ ਵੀ ਖਾ ਸਕਦੇ ਕੋਈ ਐਡਾ ਇਸ਼ੂ ਨਹੀਂ ਹੈਗਾ ਉਹ ਵੀ ਫੂਡ ਹੀ ਆ ਬਟ ਆਪਦੀ ਮਿਲਟ ਵੀ ਖਾਣੇ ਆ ਹਮ ਠੀਕ ਆ ਭਾਈ ਥੈਂਕ ਯੂ ਧੰਨਵਾਦ ਜੀ ਤਾਂ ਇਹ ਸੀ ਕਿ ਹਰ ਫਾਰਮਰ ਅੱਜ ਦਾ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ